ਨਿੱਕਾ ਜ਼ਹਿਲਦਾਰ ਆਖ ਦੇ, ਗੱਭਰੂ ਨੂੰ ਨਿੱਕਾ ਜ਼ਹਿਲਦਾਰ ਆਖ ਦੇ। ਪੰਜਾਬ 'ਚ ਜਿੰਨੇ ਵੀ ਆਸ਼ਕ ਹੋਏ ਆ, ਐਂਡ ਸਭ ਦਾ ਸੈਡ ਹੀ ਹੋਇਆ। ਇਹਨਾਂ ਨੇ ਪਿਆਰ ਤਾਂ ਬਥੇਰਾ ਕੀਤਾ, ਪਰ ਅਕਲ ਵਾਲੇ ਪਾਸਿਓ ਮਾਤ ਖਾ ਗਏ। ਮਿਰਜ਼ਾ, ਇਹ ਸਾਹਿਬਾਂ ਨੇ ਤੀਰ ਹੀ ਤੋੜੇ ਸੀ, ਲੱਤਾਂ ਤਾਂ ਨਹੀਂ ਸੀ ਤੋੜੀਆਂ। ਭੱਜ ਲੈਂਦਾ, ਮਈ ਵਾਲ ਤੋੜੇ 'ਤੇ ਭਰੋਸਾ ਕਰਕੇ ਬੈਠਾ ਸੋਹਣੀ ਨੂੰ ਉਡੀਕਦਾ ਰਿਹਾ। ਪਤੰਦਰਾ ਸਵਿਮਿੰਗ ਹੀ ਸਿੱਖ ਲੈਂਦਾ। ਰਾਂਝਾ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਰਿਹਾ। ਉਹ ਜੇ ਚਾਰਨਾ ਸੀ ਤਾਂ ਉਹਦੇ ਮਾਂ ਪਿਓ ਨੂੰ ਚਾਰਦਾ ਯਾਰ। ਮੈਂ ਲਾ ਲਿਆ ਸਾਹਿਬ, ਇਕੱਲੇ ਦਿਲ ਨਾਲ ਕੰਮ ਨਹੀਂ ਚੱਲਦਾ, ਦਿਮਾਗ ਲਾਉਣਾ ਪੈਂਦਾ ਤਾਂ ਕਿਤੇ ਜਾ ਕੇ ਗੱਲ ਸਿਰੇ ਚੜ੍ਹਦੀ ਆ। ਇਹਨਾਂ ਵਾਂਗੂ ਪਿਆਰ ਤਾਂ ਮੈਂ ਵੀ ਦਿਲ ਨਾਲ ਕੀਤਾ, ਪਰ ਆਪਾਂ ਸਕੀਮ ਲਾ ਲਈ। ਮੇਰੇ ਵੱਲ ਕੀ ਦੇਖਦੇ ਹੋ, ਪੈਸੇ ਤੁਸੀਂ ਉਹਨੂੰ ਦੇਖਣ ਦੇ ਦਿੱਤੇ ਆ। ਉਹ ਆ ਗਿਆ। ਹਾਂਜੀ, ਬਸ ਨਾਂ ਦੀ ਜੈਲਦਾਰ ਸਾਹਿਬ, ਹੜ ਸਿਆਲ ਪਿੰਗਾਂ ਝੂਟਦੇ ਤੀਆਂ ਹੀ ਤੀਆਂ। ਬੇਬੇ ਪੈਸੇ ਲੈ ਪੁੱਤ, ਕੁੜੀਆਂ ਚਿੜੀਆਂ ਤੋਂ ਬਚ ਕੇ ਰਹੀ, ਜੀ ਲਾ ਕੇ ਪੜ੍ਹੀ ਮੇਰਾ ਪੁੱਤ। ਬੇਬੇ ਇੰਨੇ ਨਾਲ ਕੀ ਬਣਨਾ, ਅੰਗਰੇਜ਼ੀ ਪਤਾ ਕਿੰਨੀ ਔਖੀ ਆ, ਉਹਦੀ ਟਿਊਸ਼ਨ 7000 ਹੋਰ ਦੋ ਮੈਨੂੰ। ਚੰਗਾ ਪੁੱਤ, ਹਿਸਾਬ ਨਾ ਖਰਚ ਕਰੀ, ਐਰਕੀ ਫਸਲ ਚੰਗੀ ਨਹੀਂ ਹੋਈ। ਮੈਂ ਪਹਿਲੀ ਕੱਚੀ ਤੋਂ ਲੈ ਕੇ ਨਾ 15ਵੀਂ ਤੱਕ ਪਹੁੰਚ ਗਿਆ। ਮੈਂ ਨਹੀਂ ਸੁਣਿਆ ਸਰਦਾਰ ਸਾਹਿਬ ਤੁਹਾਡੀ ਕਿਤੇ ਫਸਲ ਹੋਈ ਹੋਵੇ। ਮੈਨੂੰ ਲੱਗਦਾ ਤੁਹਾਨੂੰ ਆਉਂਦਾ ਜਾਂਦੀ ਕੱਖ ਨਹੀਂ, ਉਹ ਏਦਾਂ ਥੋੜੀ ਡੀਸੀ ਲੱਗ ਹੋਣਾ, ਖਰਚਾ ਤੇ ਕਰਨਾ ਹੀ ਪੈਣਾ ਕਿ ਨਹੀਂ। ਚੰਗਾ ਚੰਗਾ ਲੈ ਪਾਲਾ ਜੇਬ ਚ। ਆ ਪੁੱਤ ਘਿਓ ਹੈ ਤੇ ਨਾਲੇ ਪੰਜੀਰੀ, ਤੂੰ ਜਿੰਦਾ ਲਾ ਕੇ ਰੱਖੀ, ਲੋਕਾਂ ਨੂੰ ਨਾ ਖਵਾ ਦੀ, ਇਸ ਕਰਕੇ ਤਾਂ ਤੇਰੇ ਨੰਬਰ ਆਉਣੇ ਆ। ਘਿਓ ਨੂੰ ਅਸੀਂ ਕਿਹੜਾ ਘੁਲਣਾ, ਬੇਬੇ ਸਹੀ ਆ, ਮਾਸਟਰ ਨੂੰ ਇਹ ਦੇ ਕੇ ਤਾਂ ਨੰਬਰ ਆਉਂਦੇ ਆ। ਚੰਗਾ ਮੱਥਾ ਟੇਕਦਾ ਬੇਬੇ। ਜਿਉਂਦਾ ਰਹੇ ਪੁੱਤ। ਚੰਗਾ ਮਾਤਾ ਮੱਥਾ ਟੇਕਦਾ। ਚੰਗਾ ਪੁੱਤ, ਧਿਆਨ ਰੱਖੀ ਆਪਣਾ। ਮੈਂ ਕਾਲਜ ਚੱਲਿਆ, ਜੰਗ ਤੇ ਥੋੜਾ ਚੱਲਿਆ, ਐਵੇਂ ਮੂੰਹ ਸਜਾਏ ਤੁਸੀਂ, ਕੋਈ ਨੀ। ਚੰਗਾ ਫਿਰ ਬੇਬੇ ਤੋਂ ਨਾ ਡਰੀ ਜਾਵਾਂ, ਆਪਦਾ ਵੀ ਦਬਕਾ ਰੱਖੀ। ਕਿਵੇਂ ਸੱਟ ਹੈ,
ਹੋਰ ਪਿੰਦੇ ਕਿਵੇਂ? ਚੱਲ ਚੜੀ ਚੱਲ। ਹੋਰ ਬਾਈ ਕੀ ਹਾਲ ਨੇ? ਤੌਲੀਆ ਲੈ ਜਾਣਾ ਤੇਰਾ, ਓਏ ਤੌਲੀਆ ਰੈਡੀ ਕਰਨ ਦਿੰਦਾ ਬਾਈ। ਹਾਂ ਵੀ ਗੱਪ ਐ ਪੈ ਕੀ ਗੱਲ? ਕਾਲੇ ਨਾਗੇ ਦੱਸ ਗਈ ਓਏ। ਨਹੀਂ ਖਾਲੇ ਨਿੱਕੇ, ਮੇਰਾ ਮੰਜਾ ਉੱਡੀ ਜਾਂਦਾ ਥੱਲੇ ਤਾਰੇ ਨੂੰ। ਓਏ ਨਿੱਕੇ, ਮੇਰਾ ਮੰਜਾ ਉੱਡੀ ਜਾਂਦਾ। ਉੱਤਰ ਗਿਆ ਹਿਸਾਬ ਲਾ ਲਈ ਗਾਂ ਨੂੰ ਖਾਧੀ। ਭੋਲਾ ਕਿੱਥੇ ਨਾਲੇ ਬਾਹਰ? ਐਤਕੀ ਤਾਂ ਕਣਕ ਤੇ ਲਾਤਾ ਸੀ ਬਾਪੂ ਨੇ। ਕਣਕ ਵੱਢਾਂ ਤੇਰੀ ਯਾਦ, ਹੜੰਬੇ ਚ ਰੁਗ ਲਵਾਂ ਤੇਰੀ ਯਾਦ। ਇੰਨਾ ਸ਼ੁਕਰ ਹੜੰਬੇ ਚ ਬਾਹ ਨਹੀਂ ਆ ਗਈ ਮੇਰੀ। ਛੁੱਟੀਆਂ ਤਾਂ ਹੋਣੀ ਨਹੀਂ ਚਾਹੀਦੀ। ਬਾਈ ਗੌੜ, ਛੁੱਟੀਆਂ ਚ ਬਹੁਤ ਮਿਸ ਕੀਤਾ ਤੈਨੂੰ। ਅੱਛਾ, ਉੱਤੋਂ ਫੋਨ ਹੜੰਬੇ ਚ ਆ ਗਿਆ। ਭੁੱਲਿਆ ਕੀ ਹੋਏ? ਤੂੰ ਨੀ ਮਿਸ ਕੀਤਾ ਮੈਨੂੰ? ਮੈਂ ਵੀ ਕੀਤਾ ਯਾਰ। ਦਾਰੂ ਦੀ ਬੋਤਲ ਚ ਤਾਂ ਕੀ, ਹੁਣ ਤਾਂ ਤੂੰ ਮੈਨੂੰ ਚਾਹ ਦੇ ਪਤੀਲੇ ਚ ਵੀ ਦਿਸਣ ਲੱਗ ਗਿਆ ਜੀ। ਸੌ ਲੱਗੇ ਵੱਡੇ ਮਹਾਰਾਜ, ਬਹੁਤ ਯਾਦ ਆਉਂਦੀ। ਤੈਨੂੰ ਮੇਰੀ ਯਾਦ ਆਈ ਕਿ ਨਹੀਂ? ਆਉਂਦੀ ਸੀ। ਪੱਕਾ? ਓਲੇ ਓਏ, ਕਿਹੜਾ ਹੈ? ਅੱਛਾ ਪਰ ਹੀ ਆ ਕੋਈ, ਬਸ ਤੇਰੀ ਸਮਾਈਲ ਬਹੁਤ ਵਧੀਆ ਲੱਗਦੀ ਹੈ ਮੈਨੂੰ। ਸੁਣਦਾ ਨਹੀਂ ਓਏ? ਕਿਹੜਾ ਉਹ ਵੀਰ ਸਮੀਰ ਜਿਹੜਾ ਮਿਰਜੇ ਜੱਟ ਨਾਲ ਪੰਗੇ ਲੈ ਜਾਂਦਾ? ਸਾਹਮਣੇ ਤਾਂ ਅਜੇ ਵੱਡਾ ਸੂਰਮਾ ਕਹੋ ਨਾ ਆਪਣੇ ਆਪ ਨੂੰ। ਉਹ ਤੂੰ ਇਹਦੇ ਨਾਲ ਕਿੱਧਰ ਤੁਰੀ ਫਿਰਦੀ ਹੈ? ਇਹਦੀ ਤਾਂ ਪਿੰਡ ਆ ਸਹੇਲੀ, ਅਹੇ ਦੇ ਘਰ ਦੇ ਰਿਸ਼ਤਾ ਲੱਭਦੇ ਫਿਰਦੇ ਆ। ਤੇਰੇ ਨਾਲ ਤਾਂ ਸ਼ੁਗਲੀ ਆ ਬਸ। ਪਕਾਈ ਮਾਰਦਾ ਇਹ ਟੌਂਡਾ, ਇੱਕ ਨੰਬਰ ਦਾ ਝੂਠਾ। ਸੱਚੀ ਬੋਲ ਰਿਹਾ ਮੈਂ, ਝੂਠਾ ਇੱਕ ਨੰਬਰ ਦਾ। ਹਾਂ ਖੇਡੀਏ ਨਾ ਖੇਡਣ ਦਈਏ ਬਸ। ਪੈਗੀ ਕਾਰ ਚ ਠੰਡ? ਏਸੀ ਚੱਲ ਰਹੇ ਨੇ ਮੇਰੇ। ਚੱਲ ਵੀ ਤੇਰੀ ਵਾਰੀ ਹੁਣ। ਸਰ ਮੇਰੇ ਤੋਂ ਨਹੀਂ ਹੋਣਾ। ਤਾਂ ਤੂੰ ਚੱਲ ਗਿੱਧਾ ਹੀ ਪਾ ਦੇ। ਮੇਰੀ ਚਿੱਠੀ ਉੱਤੇ ਬਹਿ ਗਿਆ, ਚੂਚਾ ਕਰਕੇ ਉਡਾ ਦੇਨੀ ਆ। ਭੋਲੇ ਮਨ ਜਾ ਯਾਰ, ਏਡਾ ਕਾਹਦਾ ਗੁੱਸਾ ਹੁਣ ਤੱਕ, ਕਈ ਦਿਨ ਹੋ ਗਏ ਵੀਰੇ। ਆਹ ਕੰਮ ਕਰਕੇ ਤਾਂ ਕੇਜਰੀਵਾਲ ਤੋਂ ਟਿਕਟ ਦਾ ਦਾਅਵੇਦਾਰ ਬਣ ਗਿਆ ਹੋਵੇਗਾ ਨਾ ਤੂੰ। ਮਸਾ ਮਸਾ ਗੱਲ ਬਣੀ ਸੀ, ਮਿੰਟਾਂ ਚ ਖੇਡ ਖਰਾਬ ਕਰਕੇ ਰੱਖਤੇ। ਤੇਰਾ ਤਾਂ ਸੱਚੀ ਹੀ ਉਹ ਕੰਮ ਹੈ, ਨਾ ਖੇਡੀਏ ਨਾ ਖੇਡਣ ਦੇਈਏ, ਬਸ ਕੁੱਤੀ ਚ ਮੁੱਤਣਾ। ਕੋਈ ਨੀ ਪੁੱਤ, ਦੇਵੇਂਗਾ ਲਿਖੇ ਤੂੰ ਵੀ। ਭੋਲੇ ਮੰਨ ਲੈ ਮੇਰੀ ਗੱਲ, ਕੁੱਝ ਨੀ ਰੱਖਿਆ ਪੈਰਾਂ ਪੂਰਾਂ ਚ ਬਾਈ, ਨਾ ਤਾਂ ਆਪਾਂ ਬਣਾਈ ਆ ਤੇ ਨਾ ਬੰਨ ਦੇਣੀ ਆ, ਸਿੱਧੀ ਜੀ ਗੱਲ। ਚੱਲ ਸਰਵਿਸ ਕਰਾ। ਐਕਸਕਿਊਜ਼ ਮੀ। ਮੈਂ ਫਸਟ ਈਅਰ 'ਚ ਨਵੀਂ ਆਈ ਹਾਂ। ਦੇਖੋ ਮੈਂ ਬਹੁਤ ਹੀ ਸਿੰਪਲ ਜਿਹੀ ਕੁੜੀ ਹਾਂ, ਮੈਨੂੰ ਜ਼ਿਆਦਾ ਲੱਲੋ ਪੱਪੋ ਤਾਂ ਕਰਨੀ ਨਹੀਂ ਆਉਂਦੀ। ਜੇ ਮੈਂ ਬਹੁਤ ਸੋਹਣੀ ਨਹੀਂ ਤਾਂ ਮਾੜੀ ਵੀ ਨਹੀਂ। ਨਾਲੇ ਮੈਂ 5-7 ਦਿਨਾਂ 'ਚ ਹਿਸਾਬ ਲਾ ਲਿਆ, ਹੈ ਤਾਂ ਸਾਰੇ ਇੱਥੇ ਵਿੰਗੇ ਟੇਢੇ ਜਿਹੇ ਹੀ ਆ, ਪਰ ਮੁਕਤੀ ਗੱਲ ਇਹ ਆ ਕਿ ਤੂੰ ਮੈਨੂੰ ਪਸੰਦ ਆ।
I love you. ਸੋਚ ਕੇ ਜਵਾਬ ਦੇ ਦੀ, ਮੈਨੂੰ ਕਾਹਲੀ ਨਹੀਂ ਆ। ਓ ਨਿਕਲਿਆ ਬਾਹਰ ਕੋਮਾ ਚੋਂ ਹੁਣ। ਓਲੇ ਬਹੁਤ ਦਲੇਰ ਕੁੜੀ ਸੀ ਵੀਰੇ। ਗੁੱਡ ਜੋਬ। ਥੈਂਕ ਯੂ ਸਰ। ਸਰ ਮੈਂ ਜਾਵਾਂ ਹੁਣ। ਜਾਓ। ਥੈਂਕ ਯੂ। ਇੱਕ ਮਿੰਟ, ਆ ਫੈਸ਼ਨ ਫੂਸ਼ਨ ਜੇ ਘੱਟ ਕਰਕੇ ਆਇਆ ਕਰੋ ਕਾਲਜ। ਓਕੇ। I love you. ਤੂੰ ਮੈਨੂੰ ਪਸੰਦ ਹੈ। ਓਏ ਆ ਕੀ ਓਏ! ਪਛਾਣ ਆ ਗਿਆ। ਸਾਰਾ ਕੁਝ ਗੁਲਾਬੀ ਹੋ ਗਿਆ। ਓਏ ਸਾਰਾ ਕੁਝ ਕਿੱਥੇ ਗੁਲਾਬੀ ਹੋ ਗਿਆ? ਹੋਏ ਤਾਂ ਪਿਆ ਸਾਰਾ ਕੁਝ। ਕੀ ਹੋ ਗਿਆ ਤੈਨੂੰ? ਉਹ ਨਹੀਂ ਬਈ, ਕੰਧਾਂ, ਪਰਦੇ, ਸਰਾਣਾ ਵੀ ਗੁਲਾਬੀ, ਇਹਦਾ ਝੱਗਾ ਵੀ ਗੁਲਾਬੀ ਆ, ਪਜਾਮਾ ਵੀ ਗੁਲਾਬੀ ਆ ਬਾਈ। ਓਏ ਕਿਉਂ ਬਕਵਾਸ ਮਾਰੀ ਜਾਂਦਾ? ਨਹੀਂ ਬਈ, ਮੈਨੂੰ ਲੱਗਦਾ ਯਾਰ ਮੈਨੂੰ ਕੁਛ ਹੋ ਗਿਆ ਬਾਈ। ਸੱਚੀ ਸਾਰਾ ਕੁਛ ਗੁਲਾਬੀ ਹੈ ਯਾਰ, ਮੈਂ ਤਾਂ ਨਹੀਂ ਬਚਦਾ ਯਾਰ। ਭੋਲੇ, ਹਾਂ ਮੈਨੂੰ ਲੱਗਦਾ ਇਹਨੂੰ ਪਿੰਕ ਨਾਗਨ ਦੱਸ ਗਈ। ਇਹਨੂੰ ਪਿੰਕੇਰੀਆ ਹੋ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ। ਕੱਲ੍ਹ ਲਈ ਮੈਂ ਬਹੁਤ ਸੌਰੀ ਹਾਂ। ਉਹ ਸੀਨੀਅਰਸ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ ਪ੍ਰਪੋਜ਼ ਕਰਨ ਲਈ। ਮੇਰੀ ਰੈਗਿੰਗ ਚੱਲ ਰਹੀ ਸੀ ਨਾ। ਅੱਛਾ, ਚਲੋ ਕੋਈ ਨਾ, ਅੱਗੇ ਤੋਂ ਮੇਰਾ ਨਾਂ ਲੈ ਦਿਓ ਯਾਦਵਿੰਦਰ ਸਿੰਘ ਜੀ। ਉਹ ਨਿੱਕਾ ਕਹਿੰਦੇ ਆ ਕੋਈ ਰੈਗਿੰਗ ਨਹੀਂ ਕਰੂਗਾ ਜੀ। ਥੈਂਕ ਯੂ। ਪਤਾ ਕੀ ਆ, ਪਿਛਲੇ 2 ਸਾਲਾਂ 'ਚ ਮੈਂ ਸੋਨੂੰ, ਮੋਨੂੰ, ਜਾਨੂ, ਬੇਬੀ ਇਹੋ ਜਿਹੀਆਂ ਬਹੁਤ ਕੁੜੀਆਂ ਨੂੰ ਨਾਂਹ ਕੀਤੀਆਂ ਮੈਂ। ਤੂੰ ਪਹਿਲੀਆਂ ਜਿਹਨੇ ਚਲਾਂ ਵੀ ਟੰਗ ਸਿੱਧਾ ਮੱਥੇ 'ਚ ਪ੍ਰਪੋਜ਼ ਮਾਰਿਆ। ਸੰਭਲਿਆ ਨਹੀਂ ਗਿਆ, ਸੱਟ ਖਾ ਬੈਠਣਾ ਹੁਣ। ਹੁਣ ਤਾਂ ਹਵਾ ਵੀ ਬਹੁਤ ਠੰਡੀ ਲੱਗਦੀ ਆ, ਚਾਰੇ ਪਾਸੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਹੁਣ ਤੁਸੀਂ ਮੇਰੀ ਰੈਗਿੰਗ ਕਰ ਰਹੇ ਹੋ ਨਾ? ਅੱਛਾ, ਮੇਰੀ ਕਲਾਸ ਦਾ ਟਾਈਮ ਹੋ ਗਿਆ, ਮੈਂ ਲੇਟ ਹੋ ਰਹੀ ਹਾਂ, ਬਾਏ। ਤਾਂ ਕਾਲੀ ਬਾਲੀ ਰਹਿੰਦੀ ਹੈ ਯਾਰ।
ਅੱਜ ਕਲਾਸ 'ਚ ਬੁਆਇਜ਼ ਨਹੀਂ ਨਜ਼ਰ ਆ ਰਹੇ ਜਸਪ੍ਰੀਤ? ਪਤਾ ਨਹੀਂ ਮੈਮ। ਖੈਰ ਛੱਡੋ, ਅੱਜ ਆਪਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਪੜਾਂਗੇ ਆਇਲ ਪੇਂਟਿੰਗ ਤੇ ਕਲੇ ਮਾਡਲਿੰਗ ਬਾਰੇ। ਲੱਗਦਾ ਹੈ ਕਿਸੇ ਨੇ ਤੇਰੇ ਨਾਂ ਤੇ ਪੱਕੀ ਮੋਹਰ ਲਾਤੀ। ਤੇ ਤੁਸੀਂ ਸਾਰੇ ਪੇਜ ਨੰਬਰ 21 ਖੋਲੋ ਤੇ ਸਭ ਤੋਂ ਪਹਿਲਾਂ ਆਪਾਂ ਫਿਗਰ ਨੰਬਰ 3 ਦਾ ਇੱਕ ਸਕੈਚ ਤਿਆਰ ਕਰਦੇ ਹਾਂ। ਓਏ ਨਵੇਂ ਨਵੇਂ ਕਾਲਜ ਆਏ ਹੋ ਯਾਰ, ਜਾਓ ਜਾ ਕੇ 20 ਦਿਨ ਪਾਰਕਾਂ ਪੂਰਕਾਂ 'ਚ ਬੈਠੋ, ਨਾਲੇ ਫਿਲਮਾਂ ਦੇਖੋ ਕਿਹੜੇ ਕੰਮੀ ਲੱਗੇ ਤੁਸੀਂ ਨਹੀਂ ਸਵੇਰੇ ਆ ਕੇ। ਵੀਰੇ ਪੜ੍ਹਾਈ ਖਰਾਬ ਹੋਜੂ। ਉਹ ਪੜ੍ਹਾਈ ਆ ਕਿ ਤੇਰੀ ਗੋਭੀ ਗਜਰਾਂ ਦਾ ਅਚਾਰ ਹੈ ਜਿਹੜਾ ਉੱਲੀ ਲਾ ਕੇ ਖਰਾਬ ਹੋਜੂ, ਨਾਲੇ ਮੁੱਛਾਂ ਤਾਂ ਐਂ ਚੜੀਆਂ ਜਿਵੇਂ ਕਲਾਸ ਲਾਉਣ ਨਹੀਂ ਕਬਜ਼ਾ ਲੈਣ ਚੱਲਿਆ ਉਹਨਾਂ। ਤੂੰ ਘਬਰਾ ਨਾ, ਮੇਰੇ ਨੋਟਸ ਲੈ ਲਈ। ਚਲੋ ਜਾ ਜਾ ਚਲੋ ਚਲੋ ਖੇਡੋ, ਮੌਲ ਮੂਲ ਘੁੰਮੋ, ਜਾਓ ਪੂਰੀ ਛੋਲੇ ਖਾਓ। ਚਲੋ ਚਲੋ ਸ਼ਾਬਾਸ਼। ਹਾਂ ਬੈਟਰੀ ਇੱਧਰ। ਕੋਈ ਨੀ ਗੱਪ, ਜਾਣ ਦੇ ਨੂੰ। ਮੇਰੀ ਗੱਲ ਸੁਣੋ, ਚਾਰ ਪੰਜ ਛੱਡ ਕੇ ਬਹਿਣਾ ਦੋ ਦਿਨ ਨਾਲੋਂ। ਕਿਤੇ ਤਾਂ ਭਾਜੀ? ਅੱਛਾ ਅੱਛਾ ਅੱਛਾ, ਉਹ ਲੰਮੀ ਜਹੀ ਜਿੰਦੇ ਕੱਲ ਹਰਾ, ਪਰਸੋਂ ਗੁਲਾਬੀ ਤੇ ਅੱਜ ਕਰੀਮ ਜਿਹਾ ਸੂਟ ਪਾਇਆ। ਭਾਜੀ ਕਿੰਨੀ ਸੋਹਣੀ ਹੈ ਨਾ, ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਤੇ ਭਾਜੀ ਉਹਦੇ ਬੁੱਲ। ਰੋਕੋ ਇਹਨੂੰ, ਇਹ ਤਾਂ ਹੁਣੇ ਬੁੱਲਾਂ ਤੱਕ ਪਹੁੰਚ ਗਿਆ। ਇਹ ਤਾਂ ਪੂਰੀ PhD ਕਰੀ ਫਿਰਦਾ ਕੁੜੀ ਤੇ। ਉਹ ਤੂੰ ਮੇਰੇ ਤੋਂ ਵੱਖੀਆਂ ਨਾ ਸਕਾਲੀ। ਓਏ ਜੇ ਤੂੰ ਮੈਨੂੰ ਕਲਾਸ ਦੇ ਨੇੜੇ ਤੇੜੇ ਵੀ ਦੇਖ ਗਿਆ ਫਿਰ ਮੈਂ ਗਿੱਟੇ ਛਾਂਗੂੰਗਾ। ਜਾ ਭੱਜ ਤੂੰ। ਚੱਲ ਚੱਲ, ਤੇਲ ਘੱਟ ਲਾਇਆ ਕਰਨ ਵਾਲੇ ਵਾਲਾਂ ਨੂੰ। ਚਲੋ ਚਲੋ ਖੇਤੀ ਚਲੋ। ਭੱਜ ਲਓ ਭੱਜ ਲਓ। ਚੱਲ ਮਨਵੀਰ, ਤੂੰ ਨੈਕਸਟ ਕਲਾਸ ਲਾਉਣੀ ਹੈ ਕਿ ਲਾਇਬ੍ਰੇਰੀ ਜਾਣਾ? ਨਹੀਂ ਮੈਂ ਤਾਂ ਨੈਕਸਟ ਕਲਾਸ ਲਾਉਣੀ ਹੈ, ਭੁੱਖ ਵੀ ਲੱਗੀ ਹੈ ਯਾਰ। ਨਿਕਲੋ ਜੀ ਨਿਕਲੋ, ਸ਼ਾਬਾਸ਼ ਸ਼ਾਬਾਸ਼। ਆ ਜਾ ਆ ਜਾ, ਲਾ ਲਿਆ ਲੈਕਚਰ ਛੇਤੀ। ਇੱਕ ਮਿੰਟ ਇੱਕ ਮਿੰਟ, ਤੁਸੀਂ ਬੈਠੋ ਬੈਠੋ। ਸ਼ਾਬਾਸ਼। ਨਾਂ ਕੀ ਹੈ ਤੁਹਾਡਾ? ਮਨਰਾਜ ਕੌਰ। ਵੈਰੀ ਗੁੱਡ, ਬੜਾ ਅੱਛਾ ਨਾਂ ਹੈ ਬਾਈ ਮਨਰਾਜ। ਕਿੱਦਾਂ ਦੇ ਮੁੰਡੇ ਪਸੰਦ ਨੇ ਤੁਹਾਨੂੰ? ਵੀਰੇ ਮੈਂ ਕਾਲਜ ਪੜ੍ਹਨ ਆਉਣੀ ਹਾਂ, ਮੁੰਡੇ ਪਸੰਦ ਕਰਨ ਨਹੀਂ। ਵੀਰੇ ਨਾਲ ਬਾਅਦ 'ਚ ਗੱਲ ਕਰ ਲਿਓ ਤੁਸੀਂ, ਬੰਦੇ ਦੀ ਆਪਣੀ ਵੀ ਕੋਈ ਚੋਇਸ ਹੁੰਦੀ ਹੈ ਨਾ। ਚੋਇਸ ਮੀਨਸ ਕਿ ਸਾਡੇ ਤਿੰਨਾਂ 'ਚੋਂ। ਔਰ ਠੀਕ ਆ, ਤੇ ਮੁੰਡਿਆਂ 'ਚ ਕੀ ਕੀ ਪਸੰਦ ਹੈ? ਫੁਕਰਾਪੰਤੀ ਨਹੀਂ ਪਸੰਦ ਮੈਨੂੰ, ਸਮਝ ਨਹੀਂ ਆਉਂਦੀ ਆ ਬ੍ਰੈਂਡਾਂ ਬਰੂੰਡਾਂ ਦੇ ਚੱਕਰ 'ਚ ਕਿਉਂ ਘਰ ਫੂਕਦੇ ਹੋ। ਸ਼ੂਜ਼ ਭਾਵੇਂ 12,000 ਦੇ ਪਾ ਲਓ, ਪਿੱਛੇ ਤਾਂ ਤੁਸੀਂ 100 ਦੀ ਜੁੱਤੀ ਪਾਉਣ ਵਾਲੀ ਦਾ ਹੀ ਕਰਨਾ ਹੁੰਦਾ। ਸੋ ਸਿੰਪਲ ਰਹਿਣ 'ਚ ਕੀ ਪ੍ਰੋਬਲਮ ਆ? ਤੇ ਹਾਂ, ਉਹ ਮੁੰਡੇ ਤਾਂ ਮੈਨੂੰ ਬਿਲਕੁਲ ਹੀ ਨਹੀਂ ਪਸੰਦ ਜੋ ਇੱਕ ਕੁੜੀ ਨਾਲ ਗੱਲ ਕਰਨ ਤਿੰਨ ਤਿੰਨ ਜਣੇ ਆਉਣ। ਹੋਰ ਕੁਛ ਵੀਰੇ? ਨਹੀਂ ਜੀ, ਬਸ ਹੋ ਗਈ ਤਸੱਲੀ। ਹਾਂਜੀ ਹੁਣ ਦੱਸੋ ਯਾਰ। 30-32,000 ਲਾਇਆ ਯਾਰ, ਕਹਿੰਦੀ ਬ੍ਰਾਂਡ ਕਿਹੜੇ ਕੰਮ ਦੇ? ਉਹ ਇਹ ਤਾਂ HMT ਟਰੈਕਟਰ ਵੇਲੇ ਦੀ ਹੈ, ਇਹਨੂੰ ਨਹੀਂ ਸ਼ਕੀਨੀ ਵਾਲੇ ਮੁੰਡੇ ਪਸੰਦ। ਮੈਨੂੰ ਤਾਂ ਲੱਗਦਾ ਤੂੰ ਕੁੜਤਾ ਚਾਦਰਾ ਪਾ ਕੇ ਆਇਆ ਕਰ ਹੁਣ ਕਾਲਜ ਵੀ। ਲਿਆ ਫੜਾ ਇੱਧਰ ਕਰ, ਇਹ ਚੀਜ਼ਾਂ ਤਾਂ ਹੁਣ ਤੇਰੇ ਲਈ ਮਿੱਟੀ ਨੇ ਸਭ। ਇਹ ਵੀ ਤੇਰੇ ਕਿਸੇ ਕੰਮ ਦੀਆਂ ਨੇ ਹੁਣ, ਇਹ ਅਲੱਗ। ਉਹ ਇਹ ਝੱਗਾ ਵੀ ਬ੍ਰਾਂਡਡ ਹੈ। ਉਹ ਤੂੰ ਜਾ ਪਰੇ ਮਰ, ਰਹਿਣ ਦੇ, ਪਹਿਲਾਂ ਹੀ ਝੁੱਗਾ ਚੌੜ ਕਰ ਗਈ ਉਹ। ਚੱਲ ਠੀਕ ਹੈ, ਚੱਲ ਚੰਗਾ ਬਾਈ, ਖਿਆਲ ਰੱਖੀ ਆਪਣਾ। ਹੈ ਨਿੱਕੇ, ਇਹਦੀ ਡੱਬੀ ਜ਼ਰੂਰ ਲਿਆ ਦੀ। ਜਾ ਯਾਰ, ਵਾਕਈ ਬੜੀ ਦਲੇਰ ਆ ਕੁੜੀ ਤਾਂ। ਹੈਲੋ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ ਬਾਈ ਜੀ, ਮੈਂ ਹਾਂਜੀ, ਪਰ ਬਾਈ ਜੀ ਮੈਂ ਤਾਂ ਕਦੇ ਪਿੰਡ ਦੀ ਜੂਹ ਨਹੀਂ ਟੱਪਿਆ,
ਹੈ ਜੀ ਤੁਸੀਂ ਕਹਿ ਰਹੇ ਘਰ ਨਹੀਂ ਦੱਸਣਾ ਜੈਲਦਾਨੀ ਦਾ ਸੁਭਾਅ ਨਹੀਂ ਤੁਹਾਨੂੰ ਪਤਾ ਹਾਂਜੀ ਠੀਕ ਆ ਜੀ ਹਾਂਜੀ ਤੁਸੀਂ ਕਹਿੰਦੇ ਫਿਰ ਕਰਨਾ ਹੀ ਪਊ ਜੀ ਹੈਂਜੀ ਠੀਕ ਆ ਜੀ ਠੀਕ ਆ ਭਾਈ ਜੀ ਉਹ ਭਾਈ ਇੰਨਾ ਘੱਟ ਇੰਨਾ ਘੱਟ ਤਾਂ ਆਪਣੇ ਪਿੰਡ ਦੇ ਲੰਬੜਦਾਰ ਦੇ ਭੋਗ ਤੇ ਨਹੀਂ ਹੋਇਆ ਸੀ ਆਪੋਏ ਮੁੱਛਾਂ ਠੀਕ ਆ ਭਰਾ ਦੀਆਂ ਜਮਾ ਹੀ ਬੰਬ ਧੂੜ ਨਿਕਲ ਜੂ ਅੱਜ ਤਾਂ ਉਹ ਬਾਈ ਜੀ ਬਾਈ ਜੀ ਉਹ ਮੈਨੂੰ ਤਾਂ ਸਕੂਲ ਚ ਹੀ ਸੀਰੀ ਲਾ ਦੇ ਧਰਮ ਨਾਲ ਬੜੀ ਮੌਜ ਆਏ ਤੇ ਮੈਂ ਤਾਂ ਆਪਣੀ ਕੱਲ ਨੂੰ ਬਾਡੀ ਚੱਕ ਲਿਆਉਣਾ ਉਹ ਪੈਰ ਪਰੇ ਕਰ ਯਾਰ ਕੱਪੜਿਆਂ ਨੂੰ ਗਰੀਸ ਨਾ ਲਾ ਦੀ ਲੱਗਦਾ ਮੌਜ ਦਾ ਇਹ ਕਿੱਥੇ ਰਹਿ ਗਈ ਯਾਰ ਨਿੱਕੇ ਆ ਗਈ ਓਏ ਮਾਰ ਸੈਲਫ ਪਾਲਾ ਗਿਰ ਖੜ ਜਾ ਓਏ ਦੇਸੀ ਪਸੰਦ ਆ ਕਹਿੰਦੇ ਪਿੱਛੇ ਹੁਣ ਹੁਣ ਦਾਣੇ ਵਾਲੇ ਟੈਂਕ ਚ ਵੜ ਜਾਈਏ ਇੱਥੇ ਹੀ ਦੜਾਂਗੇ ਅਸੀਂ ਤੁਹਾਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਪਣੇ ਪਿੰਡਾਂ ਵਾਲਿਆਂ ਦਾ ਜਲੂਸ ਕਢਾ ਰਿਹਾ ਇੱਥੇ ਕਿਹੜਾ ਝੋਨਾ ਬੀਜਿਆ ਜਿਹੜਾ ਕੰਪੈਨ ਲੈ ਕੇ ਆ ਗਿਆ ਪਾਗਲ ਇਹਨੂੰ ਕੀ ਹੋਇਆ ਤੂੰ ਪਤਾਸੇ ਲੈਣੇ ਕੁੜੀ ਬਾਹਲੀ ਚੈਂਟ ਆ ਉਹ ਮੈਨੂੰ ਤਾਂ ਆਪ ਪੂਰੀਆਂ 35 ਬੜੀ ਲੱਗਦੀ ਆ ਉਹ ਤੁਸੀਂ ਰਹਿਣ ਦਿਓ ਯਾਰ ਮੈਨੂੰ ਲੱਗ ਗਿਆ ਪਤਾ ਸਿੱਧਾ ਹੋਣੀ ਪੈਣਾ ਮੈਨੂੰ ਸਿੱਧਾ ਕੀ ਹੋਣਾ ਪੈਣਾ ਉਹ ਬਾਈ ਤੁਹਾਡਾ ਕੀ ਗਿਆ ਉਹ ਬੇਇੱਜ਼ਤੀ ਤਾਂ ਮੇਰੀ ਹੋਈ ਹੈ ਉਹ ਮੈਂ ਜਾਨ ਤੇ ਖੇਡ ਕੇ ਇੱਥੇ ਕਿਰਪੈਨ ਲੈ ਕੇ ਆਇਆ ਉਹ ਹੁਣ ਮੈਂ ਪਿੰਡ ਜਾ ਕੇ ਕੀ ਮੂੰਹ ਦਿਖਾਉਂਗਾ ਆਹੋ ਬਹੁਤ ਸੁਨੱਖਾ ਨਾ ਮੂੰਹ ਤੇਰਾ ਉਹ ਵੀਰੇ ਪਿੰਡ ਜਾ ਵੜਾ ਯਾਰ ਉੱਥੇ ਬੇਬੇ ਤੋਂ ਨਾਲੇ ਮੇਰੇ ਗੋਲੀ ਪਵਾਏਗਾ ਨਾਲੇ ਆਪਣੀ ਵੱਖੀ ਚਾਹੇਗਾ ਚੱਲ ਨਿਕਲ ਇੱਥੋਂ ਚੱਲ ਯਾਰ ਉਹ ਬਾਈ ਕੀ ਹੋਵੇ ਬਾਈ ਜੀ ਚੇਤੇ ਹੀ ਲੱਗ ਗਿਆ ਇਹ ਜਾਣ ਨੂੰ ਦਿਲ ਨਹੀਂ ਕੀਤਾ ਪਰ ਤੁਹਾਡਾ ਬਾਈ ਜੀ ਹਸਪੀਟਲ ਬਹੁਤ ਸੋਹਣਾ ਲੱਗਾ ਓਏ ਹਸਪਤਾਲ ਨਹੀਂ ਹੈਗਾ ਯਾਰ ਹੋਸਟਲ ਆ ਜਾਵੜਾ ਉਹ ਨਾਲੇ ਕਪੈਣ ਵੀ ਲੈ ਜਾਂਦੀ ਛੇਤੀ ਚੱਲ ਇੰਨੀ ਭੀੜ ਹੁੰਦੀ ਅੱਜ ਕੱਲ੍ਹ ਬਸ ਸੀਟ ਵੀ ਨਹੀਂ ਮਿਲਣੀ ਖੜ ਕੇ ਜਾਣਾ ਪੈਣਾ ਮੈਂ ਰੋਜ਼ ਦੇਖਦਾ ਟੁੱਟੀ ਜੀ ਵਾਸਤੇ ਪਿੰਡ ਜਾਂਦੀ ਹਾਂ ਤੂੰ ਆ ਜਾ ਮੈਂ ਛੱਡ ਦਿੰਦਾ ਨਹੀਂ ਮੇਰੀ ਸਹੇਲੀ ਮੇਰੇ ਨਾਲ ਹੈ ਮੇਰੇ ਬਥੇਰੇ ਯਾਰ ਵੇਲੀ ਇਕੱਲੇ ਤੇਰੇ ਫਿਰਦੇ ਆ ਲੈ ਆਉਣਾ ਇਹਦੇ ਲਈ ਵੀ ਕੋਈ ਨਾ ਕੋਈ ਉਹ ਇੱਕ ਤਾਂ ਕਾਲੀ ਵਾਲੀ ਰਹਿੰਦੀ ਇਹ ਪਿੱਛੇ ਹੀ ਪੈ ਗਿਆ ਗੱਲ ਤਾਂ ਸੁਣ ਲਾ ਯਾਰ ਮਨਰਾਜ ਮੈਂ ਚੱਲਦੀ ਹਾਂ ਆ ਵੀ ਲੈ ਜਾ ਹੁਣ ਦੱਸ ਸੱਚਾ ਪਿਆਰ ਹੋ ਗਿਆ ਤੇਰੇ ਨਾਲ ਆ ਸੱਚੇ ਪਿਆਰ ਵਾਲੇ ਨਾ ਛੱਤੀ ਛੱਡ ਕੇ ਆਈਆਂ ਸਕੂਲ 'ਚ ਜੁੱਤੀ ਦੇਖੀ ਆ ਮੇਰੀ ਮੈਂ ਆਪਦੀ ਦੇ ਦਿੰਦਾ ਨਾਲੇ ਸੱਟ ਹੀ ਵੱਜ ਲੱਗੂਗੀ ਪਰ ਜੁੱਤੀਆਂ ਉਹਨੇ ਅਲਾਉੜਾ ਜਿਹਨਾਂ ਨਾਲ ਲਾਵਾਂ ਲੈਣੀਆਂ ਨੇ
ਹੋਰ ਨਹੀਂ ਕੁਛ। ਹਾਏ ਦੇਖੀ, ਤੇਰੇ ਵੱਲ ਹੀ ਵੇਖੀ ਜਾਂਦਾ ਹੈ। ਵੇਖਣ ਦੇ ਕੁਝ ਜ਼ਿਆਦਾ ਹੀ ਫੀਲਿੰਗ ਲੈ ਗਿਆ। ਇੱਕ ਸੈਕਿੰਡ, ਛੋਲੇ ਕੁਲਚੇ, ਮੇਰੀ ਵੀ ਇੱਕ ਚਾਹ ਕਹਿ ਦੇ। ਚਾਹ ਲੈ ਕੇ ਆਈ ਛੋਟੇ। ਹੁਣ ਦੱਸ ਤੂੰ ਚਾਹੁੰਦਾ ਕੀ ਆ? ਵਿਆਹ ਕਰਾਉਣਾ ਤੇਰੇ ਨਾਲ। ਇਹ ਮੈਰਿਜ ਬਿਊਰੋ ਨਹੀਂ ਆ, ਕਾਲਜ ਆ, ਤੇ ਮੈਂ ਇੱਥੇ ਪੜ੍ਹਨ ਆਉਣੀ ਆ। ਕਿਸੇ ਨਾ ਕਿਸੇ ਨਾਲ ਤਾਂ ਕਰਾਉਣੀ ਆ, ਕਿ ਸਾਧ ਨਹੀਂ ਹੋਣਾ। ਦੇਖ, ਵਿਆਹ ਤਾਂ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ, ਆਹ ਗੱਲ ਤਾਂ ਨਾ ਜਮਾ ਕਲੀਅਰ ਆ। ਸੋ ਤੂੰ ਜੋ ਇਹ ਕਰ ਰਿਹਾ ਨਾ, ਇਹਦਾ ਕੋਈ ਫਾਇਦਾ ਨਹੀਂ। ਪੱਕਾ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ? ਪੱਕਾ। ਲੈ ਵੀ ਜੇ ਇਹ ਗੱਲ ਆ, ਛੱਡਦਾ ਤੇਰਾ ਪਿੱਛਾ, ਤੂੰ ਵੀ ਕੀ ਯਾਦ ਰੱਖੇਂਗੀ। ਅੱਛਾ ਗੱਲ, ਪਿੱਛਾ ਤਾਂ ਮੈਂ ਤੇਰਾ ਛੱਡ ਦੂੰ, ਪਰ ਜੇ ਮੈਨੂੰ ਕਿਸੇ ਹੋਰ ਮੁੰਡੇ ਨਾਲ ਫੁਰਫੁਰ ਕਰਦੀ ਦਿਖੀ ਨਾ, ਤਾਂ ਤੇਰੇ ਸਾਹਮਣੇ ਖੰਭ ਜੇ ਪੱਟੂੰਗਾ। ਚਤਰਾਈਆਂ ਸਹਿਣ ਦੀ ਆਦਤ ਨਹੀਂ ਮੈਨੂੰ। ਤੂੰ ਫਿਕਰ ਹੀ ਨਾ ਕਰ। ਤੇਰੇ ਲਾਲ ਨਾਗਿਨ, ਵਧਗੀ ਵਧਗੀ, ਹੋਰ ਵਧਾ ਇਹਨੂੰ। ਸੱਜੇ ਨੂੰ ਜਾ, ਸੱਜੇ ਨੂੰ। ਕਿਉਂ, ਸੱਜੇ ਨੂੰ ਸੜਕ ਬਣੀ ਹੋਈ ਹੈ। ਓਏ ਤੂੰ ਮਰਵਾ ਨਾ ਦਈ, ਖੱਬਾ ਨੱਪ ਖੱਬਾ। ਓ ਤੂੰ, ਉਹ ਤੂੰ ਮਰ ਜਾਣਾ ਇੱਧਰ ਨੱਪ। ਉਹ ਵਧਾ ਵਧਾ ਨਾਗਿਨ ਨੂੰ। ਬਣਿਆ ਕੁਛ? ਉਹ ਯਾਰ, ਜਿਹਨੇ ਵਿਆਹ ਹੀ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ, ਉਹਦੇ ਪਿੱਛੇ ਟਾਈਮ ਖਰਾਬ ਕਰਕੇ ਕੀ ਫਾਇਦਾ? ਉਹਦੇ ਪਿੱਛੇ ਤਾਂ ਵਿਚੋਲਾ ਲਾਉਣਾ ਪਊਗਾ। ਪਿੱਛੇ ਲਾਉਣ ਨੂੰ ਤਾਂ ਐਂ ਕਹਿੰਦਾ ਜਿਵੇਂ ਵਿਚੋਲਾ ਨਹੀਂ, ਕੁੱਤਾ ਲਾਉਣਾ ਹੁੰਦਾ। ਪਰ ਹੁਣ ਐਂ ਦੱਸੋ, ਵਿਚੋਲਾ ਕਿੱਥੋਂ ਲੱਭਾਂਗੇ? ਕੀ ਮਤਲਬ? ਆਪਾਂ ਨੀ ਵੀ ਇਹੋ ਜਿਹੇ ਕੁੱਤੇ ਕੰਮ ਚ ਪੈਂਦੇ। ਮੰਨ ਜਾ ਯਾਰ ਵੀਰਾ ਬਣ ਕੇ। ਆਪਾਂ ਨੀ ਬਈ, ਕੜਾ ਪਾਉਂਗਾ ਬੇਬੇ ਨੂੰ ਕਹਿ ਕੇ ਵੀਰਾ ਬਣ ਕੇ। ਕੜਾ ਚਾਹੇ ਸੰਗਲ ਪਾ, ਮੈਂ ਨੀ। ਨਾਲੇ ਕੀ ਸਾਰਾ ਦਿਨ ਸੱਪਾਂ ਨਾਲ ਖੋਜਲਦਾ ਰਹਿਣਾ ਯਾਰ। ਆਈਫੋਨ ਲੈ ਕੇ ਦਊਂਗਾ, ਉਹ ਬਤਾਉ ਵਾਲੀ ਖੇਡੀ ਕੈਂਡੀ ਕ੍ਰਸ਼ ਵੀਰਾ ਬਣ ਕੇ। ਸਾਲੇ ਬਣੇ ਨੇ ਬਤਾਉ ਵਾਲੇ ਤੇ ਮੈਥੋਂ ਨੂੰ। ਮੈਂ ਨੀ ਬਈ, ਮੰਨ ਜਾ ਯਾਰ ਤੂੰ ਵੀ। ਮੰਨ ਜਾ ਯਾਰ, ਏਡਾ ਬਹੁਤਾ ਨਖਰਾ ਨਹੀਂ ਹੋ ਸਕਦਾ ਬਾਈ। ਨਾ ਨਾ, ਆਪਾਂ ਨੀ ਬਈ, ਨਾ। ਧੀਆਂ ਭੈਣਾਂ ਤਾਂ ਜੀ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਮਾੜਾ ਕੰਮ ਆਪਾਂ ਕਰਨਾ ਨੀ। ਦੇਖੋ, ਸੱਚ ਕਹਿਣਾ ਸੁਖੀ ਰਹਿਣਾ, ਨਾਲੇ ਕੁੜੀਆਂ ਚਿੜੀਆਂ ਦਾ ਵਿਚਾਰੀਆਂ ਦਾ ਪਾਪ ਖੱਟ ਕੇ ਜਾਣਾ ਕਿੱਥੇ ਹੈ? ਆਖਰ ਉਸ ਰੱਬ ਨੂੰ ਵੀ ਤਾਂ ਜਾਨ ਦੇਣੀ ਆ ਨਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਬਾਈ ਜੀ, ਹਰਨੇਕ ਸਿੰਘ ਭੋਲਾ ਜੀ ਮੇਰਾ ਨਾਂ, ਗੰਡੂਆਂ ਪਿੰਡ ਤੋਂ ਆ ਜੀ, ਸੁਨਾਮ ਕੋਲੋਂ, ਸਾਧੂ ਸਿੰਘ ਦਾ ਮੁੰਡਾ, ਤੇ ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ। ਆਹੋ ਜੀ, ਆਹੋ ਜੀ, ਜੀ ਆਇਆਂ ਨੂੰ। ਆਹ ਤਾਂ ਤੁਸੀਂ ਬਹੁਤ ਹੀ ਵੱਡਾ ਪੁੰਨ ਦਾ ਕੰਮ ਕਰਦੇ ਹੋ ਜੀ। ਕੁੜੀ ਹੈ ਕਿਹੜੇ ਪਿੰਡੋ? ਓਏ ਹੋਏ, ਉਹ ਤਾਇਆ, ਇਹ ਤਾਂ ਭੈਣ ਲਈ ਰਿਸ਼ਤਾ ਲੈ ਕੇ ਆਇਆ। ਉਹ ਤੂੰ ਐਵੇਂ ਨਾ ਹਰ ਜਗ੍ਹਾ ਆਪਣਾ ਯੱਕਾ ਤੋੜ ਲਿਆ ਕਰ। ਉਹ ਤਾਇਆ ਸਾਡਾ ਛੜਿਆ ਜੀ, ਹੁਣ ਦੱਸੋ ਇਸ ਉਮਰ 'ਚ ਇਹਦੇ ਲਈ ਕਿੱਥੋਂ ਡੋਲਾ ਲੈ ਕੇ ਆਈਏ? ਦੇਖੋ ਜੀ, ਉਮਰ ਤਾਂ ਮੈਂ ਚਲਾ ਦੂੰ,
ਪਰ ਆ ਰੰਗ ਨਹੀਂ ਚੱਲਣਾ। ਤੁਸੀਂ ਤਾਏ ਨੂੰ ਛੱਡੋ ਜੀ, ਕੋਈ ਵਧੀਆ ਮੁੰਡਾ ਤਾਂ ਦੱਸੋ। ਜੇ ਕੋਈ ਚੰਗਾ ਮੁੰਡਾ ਮਿਲ ਜੇ ਨਾ, ਅਸੀਂ ਖੜੇ ਪੈਰ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਆ। ਮੈਂ ਕਹਿੰਦਾ ਜੀ ਮਿਲ ਗਿਆ ਸਮਝੋ ਮੁੰਡਾ ਤਾਂ ਹੈ ਮੇਰੀ ਨਿਗਾਹ ਦੇ ਵਿੱਚ ਇੱਕ, ਨਾਲੇ ਚੁਆਨੀ ਲੈਣੀ ਨੀ ਕੁੜੀ ਨੂੰ ਆਪਣੀ ਨੂੰ, ਚਾਹੇ ਤਿੰਨ ਕੱਪੜਿਆਂ 'ਚ ਤੋਰ ਦਿਓ। ਆਹ ਵਧੀਆ। ਉਹ ਗੱਲ ਸੁਣੋ, ਤੁਸੀਂ ਬਹੁਤੇ ਸਿਆਣੇ, ਇਹੋ ਜਿਹੇ ਝੋਲਾ ਚੱਕਦੇ ਮਗਰ ਨਾ ਲੱਗੋ। ਇਹ ਵਿਚੋਲਿਆਂ ਦਾ ਮਹਿਕਮਾ ਇਹੋ ਜਿਹਾ ਹੀ ਹੁੰਦਾ, ਮਾਰ ਕੇ ਨਾ ਵੱਡੇ ਵੱਡੇ ਗੱਪ ਟਾਂਕਾ ਜੋੜ ਕੇ ਆਪ ਗਾਹਾਂ ਜਾਂਦੇ ਆ। ਨਹੀਂ ਨਹੀਂ ਜੀ, ਆ ਗੱਪ ਗੁੱਪ ਵਾਲੀ ਕੋਈ ਗੱਲ ਨਹੀਂ, ਜੇ ਗੱਪ ਵਾਲੀ ਗੱਲ ਹੁੰਦੀ ਤਾਂ ਮੈਂ ਥੋੜਾ ਜਿਹਾ ਕੰਨ ਰੋੜ ਦਿੰਦਾ। ਆ ਵੇਪੁਰ ਹੈ, ਜੈਲਦਾਰ ਦਾ ਮੁੰਡਾ ਜੀ, 38 ਕਿੱਲੇ ਜ਼ਮੀਨ ਆਉਂਦੀ, ਚਾਹੇ ਪਤਾ ਕਰਾ ਲਓ ਜਾ ਕੇ। ਚਲੋ ਠੀਕ ਹੈ, ਤੁਸੀਂ ਤੋਰੋ ਗੱਲ ਬਾਤ। ਚਲੋ ਠੀਕ ਹੈ ਜੀ, ਮੈਂ ਅੱਜ ਹੀ ਤੋਰ ਲੈਣਾ, ਤੁਸੀਂ ਆਪਣੀ ਤਾਰੀ ਰੱਖੋ। ਹੈ ਜੀ, ਚਲੋ ਠੀਕ ਹੈ ਜੀ ਫਿਰ, ਹੈ ਸਤਿ ਸ਼੍ਰੀ ਅਕਾਲ। ਚੰਗਾ ਜੀ, ਠੀਕ ਹੈ। ਬਸ 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 ਬਸ, ਰੋਕ ਦੇ ਬਾਈ। ਬਾਈ ਜੀ ਆਹ ਘਰ ਆ, ਇੱਥੋਂ ਅੱਗੇ ਆਪ ਚਲੇ ਜਾਓ, ਤੁਸੀਂ ਕਰ ਰਹੇ ਹੋ ਕੁੱਤੇ ਕੰਮ। ਜੇ ਬਾਈ ਜੀ ਦੀ ਦਾਦੀ ਨੂੰ ਪਤਾ ਲੱਗ ਗਿਆ ਨਾ, ਤੁਹਾਡਾ ਕੱਖ ਨਹੀਂ ਜਾਣਾ, ਉਹਨੇ ਮੇਰੇ ਗਰੀਬ ਦੇ ਗੋਲੀ ਮਾਰ ਦੇਣੀ ਆ। ਉਹ ਦਾਦੀ ਤੋਂ ਫੁੱਲਣ ਦੇ ਵੀ, ਇਹ ਤਾਂ ਜਾ ਕੇ ਪਤਾ ਲੱਗੂਗਾ। ਚਲੋ ਓਕੇ। ਸੱਚੇ ਪਾਤਸ਼ਾਹ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਕੌਣ ਹੈ ਸ਼ੇਰਾ? ਮੈਂ ਸਿਆਣਿਆ ਨੀ। ਹਰਨੇਕ ਭੋਲਾ ਜੀ ਮੇਰਾ ਨਾਂ, ਮੈਂ ਗੰਡੂਆ ਪਿੰਡ ਤੋਂ ਆਇਆ, ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ। ਸੁਣਿਆ ਤੁਹਾਡੇ ਵੀ ਇੱਕ ਮੁੰਡਾ ਹੈ? ਹਾਂ, ਪੋਤਾ ਹੈਗਾ ਜੀ ਮੇਰਾ। ਜ਼ਮੀਨ ਕਿੰਨੀ ਕੁ ਬਾਪੂ ਜੀ ਭਲਾ ਆਪਣੇ? 38 ਕਿੱਲੇ ਆ ਜੀ, ਤੇ ਸੰਦ ਵੀ ਆਪਦੇ ਆ। ਲੈ ਫਿਰ ਤਾਂ ਸੁੱਕਣ ਲਹਿਰਾਂ ਵਹਿਰਾਂ ਹੋਈਆਂ ਪਈਆਂ ਨੇ। ਸਤਿ ਸ਼੍ਰੀ ਅਕਾਲ ਜੀ। ਤੇ ਤੂੰ ਕੀ ਆ ਬੁੜੇ ਦੇ ਗੋਡੇ ਮੁੱਢ ਬੈਠਾ ਹੈ? ਹੈਂ, ਜਿਹੜੀ ਗੱਲ ਕਰਨੀ ਸੀ ਤਾਂ ਉਹ ਕਿ ਮੇਰੇ ਨਾਲ ਕਰ। ਮੈਂ ਤਾਂ ਜੀ ਰਿਸ਼ਤੇ ਕਰਾਉਣਾ, ਸੁਣਿਆ ਆਪਣੇ ਵੀ ਇੱਕ ਮੁੰਡਾ ਹੈ। ਅਸੀਂ ਨੀ ਰਿਸ਼ਤਾ ਰੁਸ਼ਤਾ ਕਰਨਾ, ਸਾਡਾ ਮੁੰਡਾ ਤਾਂ ਹਾਲੇ ਪੜ੍ਹਦਾ, ਵਗ ਜਾ ਇੱਥੋਂ। ਕੋਈ ਨੀ ਜੀ, ਮੈਂ ਘੰਟੇ ਤੱਕ ਫੇਰ ਆ ਜੂ, ਪੜ੍ਹ ਲੈਣ ਦੋ। ਬੇ ਫਿੱਟੇ ਮੂੰਹ ਤੇਰੇ, ਕਾਲਜ ਪੜ੍ਹਦਾ। ਲੈ ਕੁੜੇ ਆ ਕੀ? ਲੱਸੀ ਹੈ ਵੀ ਜੀ। ਲੱਸੀ ਨਹੀਂ, ਆਪਣਾ ਮੁੰਡੇ ਵਾਲਾ ਘਰ ਹੈ, ਇਹੋ ਜਿਹੇ 3900 ਇੱਥੇ ਆਉਣਗੇ। ਤੂੰ ਲੱਸੀ ਪਿਆ ਵਾ, ਘਰ ਪੂਰਾ ਕਰਨਾ ਤੇ ਤਰੋ ਇੱਥੋਂ। ਮੈਂ ਕਿਹਾ ਵਗ ਜਾ, ਅਸੀਂ ਨੀ ਮੁੰਡਾ ਵੇਚਣਾ। ਲੈ ਬੇਬੇ, ਵੇਚਣ ਨੂੰ ਮੁੰਡਾ ਕਿ ਅਮਰੂਦ ਆ ਉਹ? ਮੈਂ ਤੂੰ ਇੱਕ ਗੱਲ ਪੁੱਛਾਂ ਬੇਬੇ? ਪੁੱਛ ਲੈ। ਲੋਕ ਤਾਂ ਧਾਰਾ ਟੀਕਾ ਲਾ ਕੇ ਚਾਹੁੰਦੇ, ਤੁਸੀਂ ਗੋਲੀ ਮਾਰ ਕੇ ਚਾਹੁੰਦੇ ਹੋ? ਮੈਂ ਦਾਦੇ ਮੰਗਾਉਣੇ ਆ। ਇਹਨੇ ਕਿਹੜਾ ਸਟਾਰਟ ਹੋਣਾ ਮੌਕੇ ਤੇ? ਧੱਕਾ ਹੀ ਲਵਾ ਦੇ। ਕਮਾਲ ਹੈ, ਇਸ ਪਿੰਡ ਚ ਕਿਸੇ ਦੀ ਇੱਜ਼ਤ ਕਰਨ ਦਾ ਰਿਵਾਜ ਹੀ ਨਹੀਂ। ਚੱਲ ਬਈ ਮਨਾ। ਸਤਿ ਸ਼੍ਰੀ ਅਕਾਲ, ਤਕੜੇ ਹੋ ਬੀਜੀ? ਆ ਪੁੱਤ, ਕੀ ਹਾਲ ਆ ਤੇਰਾ? ਠੀਕ ਹੈ, ਜਿਉਂਦੀ ਰਹਿ, ਰੱਬ ਤੈਨੂੰ ਸੋਹਣਾ ਜਿਹਾ ਘਰ ਵਾਲਾ ਦੇਵੇ। ਨੀ ਬਹੂ, ਹਾਂਜੀ ਬੀਜੀ, ਆ ਸ਼ਾਂਤੀ ਦਾ ਡੋਲੂ ਲੱਸੀ ਨਾਲ ਉੱਤੇ ਤੱਕ ਭਰ ਦੇ, ਗਰੀਬਣੀ ਦਾ। ਨੀ ਗਰੀਬਾਂ ਨੂੰ ਦਿੱਤਾ ਤਾਂ ਪੁੰਨ ਲੱਗਦਾ। ਜਾ ਪੁੱਤ, ਪੁਆ ਲੈ ਲੱਸੀ, ਪੁਆ ਲੈ। ਠੀਕ ਹੈ ਜੀ। ਨਾ ਗੱਲ ਸੁਣ, ਤੂੰ ਆਉਂਦੇ ਜਾਂਦੇ ਜਣੇ ਖਾਣ ਨੂੰ ਆਪਣਾ ਭੇਜ ਦੇਣ ਲੱਗ ਜਾਂਦੇ। ਜੇ ਕੋਈ ਕਾਲੇ ਕੱਛੇ ਵਾਲਾ ਹੋਇਆ ਨਾ, ਤੇਰੇ ਗਲ ਚ ਗੁੱਠਾ ਦੇ ਕੇ ਨਾ ਸਾਰੇ ਘਰ ਦਾ ਸੰਭਾਲ ਲੈ ਜੂ। ਤੂੰ ਤਾਂ ਮਰਨਾ, ਸਾਨੂੰ ਵੀ ਨਾਲ ਮਾਰੇਗਾ ਤੂੰ। ਹੈ ਜਾ ਹੁਣ, ਬਹੁਤ ਦੁੱਧ ਲੈ ਜਾ ਭਾਈ, ਮੱਖੀਆਂ ਇੱਥੇ ਫਿਰਦੀਆਂ। ਨਿੱਕਿਆ, ਛੋਲੇ ਬੜੇ ਕਰਾਰੇ ਹੋਏ, ਕਿੱਥੋਂ ਲੈ ਕੇ ਆਇਆ? ਮੇਰੀ ਦਾਦੀ ਨੇ ਘੱਲਿਆ, ਪਸਤੌਲ ਨਾ ਬਣ ਕੇ। ਅੱਜ ਚਿਕਨ ਖਾਣ ਦਾ ਮਨ ਹੈ, ਜੇ ਮੰਗਾ ਦੇਵੇ ਨਾ ਧਰਮ ਨਾਲ, ਨਜ਼ਾਰਾ ਹੀ ਆਜੂ। ਆਜੂਗਾ ਆਜੂਗਾ, ਇਹ ਕਿਹੜੀ ਗੱਲ ਆ? ਮੰਗਾ ਲੈ ਯਾਰ ਫਿਰ। ਉਹ ਨਿੱਕਿਆ, ਮੰਗਾ ਲੈ। ਆ ਚੱਕੋ ਬਟਰ ਚਿਕਨ। ਉਹ ਤੁਹਾਡੀ ਬੁੜੀ ਹੈ ਕਿ ਲੇਡੀ ਜਾਣਾ ਮਾੜਾ? ਉਹ ਹਰ ਟਾਈਮ ਪਸਤੌਲ ਪਾ ਕੇ ਰੱਖਦੀ ਹੈ, ਜਿਵੇਂ ਰੋਜ਼ ਬੰਦਾ ਮਾਰ ਕੇ ਰੋਟੀ ਖਾਂਦੀ ਹੁੰਦੀ ਆ ਉਹ।
ਉਹ ਤੁਹਾਡੇ ਪਰਿਵਾਰਾਂ 'ਚ ਤਾਂ ਫਰਕ ਹੀ ਬਹੁਤ ਹੈ, ਉਹ ਕਿੱਥੇ ਤੁਸੀਂ ਕਿੱਥੇ। ਮਨਰਾਜ ਦੇ ਘਰਦਿਆਂ ਨੇ ਮੈਨੂੰ ਪਿਆਰ ਨਾਲ ਬਿਠਾਇਆ, ਠੰਡਾ ਪਿਆਇਆ, ਅਤੇ ਤੁਹਾਡੀ ਬੁੜੀ ਨੇ ਲੱਸੀ ਵਾਲਾ ਗਲਾਸ ਵੀ ਹੱਥ 'ਚੋਂ ਖੋਲਿਆ। ਉਹ ਭਰਾਵਾ ਮੈਥੋਂ ਨਹੀਂ ਗਊ ਹੱਤਿਆ ਹੁੰਦੀ। ਉਹ ਯਾਰ ਤੂੰ ਬੇਬੇ ਦਾ ਛੱਡ, ਤੂੰ ਐਂ ਦੱਸ ਮਨਰਾਜ ਦੇ ਘਰਦੇ ਕਹਿੰਦੇ ਸੀ? ਮਨਰਾਜ ਦੇ ਘਰਦੇ ਉਹਦੇ ਵਾਸਤੇ ਰਿਸ਼ਤਾ ਲੱਭ ਰਹੇ ਨੇ। ਕਹਿੰਦੇ ਜੇ ਕੋਈ ਢੰਗ ਦਾ ਰਿਸ਼ਤਾ ਮਿਲ ਗਿਆ ਚਾਹੇ ਅਸੀਂ ਕੱਲ੍ਹ ਕੁੜੀ ਨੂੰ ਵਿਆਹ ਦਈਏ। ਪਰ ਤੇਰੇ ਘਰਦੇ ਕਹਿੰਦੇ ਸਾਡਾ ਮੁੰਡਾ ਤਾਂ ਪੜ੍ਹਦਾ, ਹਲੇ ਨਿਆਣਾ, ਜਿਵੇਂ ਤੂੰ ਪਹਿਲੀ ਕੱਚੀ 'ਚ ਪੜ੍ਹਦਾ ਹੁੰਦਾ। ਉਹ ਬਣਾਊਗੀ ਤੈਨੂੰ ਡੀਸੀ ਤੁਹਾਡੀ ਬੁੜੀ। ਹਾਂਜੀ ਪੈਰੀ ਪੈਣਾ ਬੇਬੇ ਆ ਗਿਆ ਮੇਰੇ ਪੁੱਤ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ। ਕਿਵੇਂ ਬਾਪੂ, ਦਣੀ ਸੁੱਤਾ ਪਿਆ? ਦੇ ਤੂੰ ਕਿਵੇਂ ਟਿੰਡ ਫੋੜੀ ਚੱਕੀ ਤੁਰਿਆ ਨੇ? ਬੇਬੇ ਮੈਂ ਲਾ ਲਿਆ ਸਾਹਿਬ, ਕੋਈ ਨਹੀਂ ਰੱਖਿਆ ਪੜਾਈਆਂ 'ਚ, ਧੱਕਾ ਹੀ ਆ ਨੇਰਾ। ਇੱਥੇ ਕੀ ਹੈ, ਸਪਰੇਹਾਂ ਫਾਹੇ ਮਿੱਟੀ ਘੱਟਾ, ਵੇਖੋ ਜੂਨ ਹੈ ਜ਼ਿਮੀਂਦਾਰਾਂ ਦੀ। ਗੱਲ ਸੁਣ ਲੈ, ਜਿੰਨੀ ਵਾਰੀ ਆਇਆ ਨਾ ਉਨੀ ਵਾਰੀ ਮੁੜ ਜਾ। ਉਹ ਬੇਬੇ ਜੇ ਸਾਰੇ ਨੌਕਰੀਆਂ ਵਾਲੇ ਹੋ ਗਏ ਤਾਂ ਖੇਤੀ ਕੌਣ ਕਰੂਗਾ? ਨਾਲੇ ਤੁਹਾਨੂੰ ਪਤਾ ਆਏ ਸਾਲ ਅਨਾਜ ਦੀ ਪੈਦਾਵਾਰ ਕਿੰਨੀ ਘੱਟ ਰਹੀ ਹੈ, ਆਬਾਦੀ ਕਿੰਨੀ ਵਧੀ ਜਾਂਦੀ ਬੇਬੇ। ਉਹ ਪੜ੍ਹੇ ਲਿਖੇ ਮੁੰਡਿਆਂ ਨੂੰ ਖੇਤੀ 'ਚ ਆਉਣਾ ਪੈਣਾ, ਤਾਂ ਕਿਤੇ ਜਾ ਕੇ ਦੇਸ਼ ਸੁਧਰੂ, ਨਹੀਂ ਤਾਂ ਭੁੱਖੇ ਮਰ ਜਾਂਗੇ। ਆਪਣੀ ਪੱਕੀ ਹੈ, ਆਪਾਂ ਖੇਤੀ ਕਰਨੀ ਹੈ। ਨਹੀਂ ਪੜ੍ਹਨਾ? ਚੰਗਾ, ਤੂੰ ਹੁਣ ਦੇਸ਼ ਨੂੰ ਸੁਧਾਰ ਲੈ। ਲਿਆ ਮੋਟਰਸਾਈਕਲ ਦੀ ਚਾਬੀ ਉਹਨਾਂ ਨੂੰ ਕਰ ਦੇ ਦੇ ਹੁਣ। ਉਹ ਖੜਾ ਟਰੈਕਟਰ, ਖੇਤ ਜਾ, ਅੱਜ ਆਪਣੀ ਪਾਣੀ ਦੀ ਵਾਰੀ ਹੈ। ਬੇ ਤੈਨੂੰ ਤਾਂ ਅੱਥਣ ਤੱਕ ਅਕਲ ਆਈ ਲੈ। ਬੀਜੀ ਪਾਣੀ ਤਾਂ ਪੀਲਣ ਦੇ ਮੁੰਡੇ ਨੂੰ। ਨਹੀਂ ਪਾਣੀ ਨੂੰ ਕੀ ਹੈ, ਜੰਗ ਚੋਂ ਆਇਆ, ਮੋਟਰ 'ਤੇ ਜਾ ਕੇ ਪੀ ਲੂ, ਕਿਤੇ ਨਹੀਂ ਇਹਦਾ ਸੰਘ ਸੁੱਕਦਾ। ਉੱਠ ਹੁਣ, ਭੱਜ ਜਾ ਹੁਣ। ਨਾਲੇ ਖਬਰਦਾਰ ਤੇ ਮੈਨੂੰ ਕਿਸੇ ਨੇ ਵਿਆਹ ਦੀ ਧਮਕੀ ਦਿੱਤੀ, ਵੀ ਜੇ ਤੂੰ ਪੜ੍ਹਨੋਂ ਹਟ ਗਿਆ ਤੇਰਾ ਵਿਆਹ ਕਰ ਦਾਂਗੇ। ਮੇਰਾ ਵੀ ਸ਼ੱਕ ਦੀ ਅੱਜ ਕਰ ਦਿਓ ਵਿਆਹ, ਮੈਂ ਨਹੀਂ ਡਰਦਾ ਕਿਸੇ ਤੋਂ। ਉਹ ਤੇਰੇ ਨਾਲ ਵਿਆਹ ਦੀ ਗੱਲ ਕਿਹਨੇ ਕੀਤੀ ਆ? ਮੈਂ ਮਨ 'ਚ ਤਾਂ ਸੋਚਦੀ ਹੋਵੋਂਗੇ ਬੀਬੀ, ਵੇਖ ਲਾ। ਤੂੰ ਬੜਾ ਅੰਦਰ ਜਾਮੀ ਆ ਵੇ, ਜਿਹੜਾ ਮਨਾਂ ਦੀਆਂ ਵੀ ਜਾਣਦਾ। ਜਬਕ ਜਾ ਇੱਥੋਂ, ਕੀ ਲੱਛਣ ਫੜੇ ਆਏ ਨੇ। ਉੱਠ ਜਾ, ਹੁਣ ਤੂੰ ਸੁੱਤਾ ਪਿਆ, ਫਿਰ ਸਾਰੀ ਰਾਤ ਭੌਂਕਦਾ ਫਿਰਦਾ। ਉੱਠ ਕੇ ਬਹਿ ਜਾ ਕਰ ਕਦੇ। ਹੁਣ ਕਦੋਂ ਜਾਣਾ ਆਪਾਂ ਕਿਰਪੈਨ ਲੈ ਕੇ ਕਾਲਜ ਬਾਈ? ਕਿਹੜੀ ਤੇਰੀ ਭੂਆ ਨੇ ਉੱਥੇ ਕਣਕ ਬੀਜੀ ਆ ਓਏ, ਤੂੰ ਕਿਰਪੈਨ ਲੈ ਕੇ ਵੱਢਣ ਜਾਣੀ ਜਿਹੜੀ। ਬਾਈ ਜੀ ਬਹੁਤ ਲੱਗਿਆ ਯਾਰ। ਰਮੇ ਤੂੰ ਪੈ ਕਦੇ ਰਿਸ਼ ਕੁਸ਼ਕਾਲ ਚੱਕਰਾਂ 'ਚ? ਸਾਡਾ ਗਰੀਬਾਂ ਦਾ ਕਾਹਦਾ ਇਸ਼ਕ, ਸਾਡੀ ਜ਼ਿੰਦਗੀ ਦਾ ਚਾਹ ਗੁੜ 'ਚ ਹੀ ਲੰਘ ਗਈ। ਚਾਹ ਲਿਆਂਦੀ ਗੁੜ ਮੁੱਕ ਗਿਆ, ਗੁੜ ਲਿਆਂਦਾ ਚਾਹ ਮੁੱਕ ਗਈ। ਪਿਆਰ ਕਰਨ ਲਈ ਤਾਂ ਵਿਹਲ ਹੀ ਨਹੀਂ ਮਿਲੀ, ਸੁੱਖ ਨਾਲ ਜਵਾਕ ਵੀ ਛੇ ਕਰ ਲੈ, ਪਤਾ ਹੀ ਨਹੀਂ ਲੱਗਿਆ ਪਿਆਰ ਕਿਹੜੇ ਸਨ 'ਚ ਲੰਘ ਗਿਆ। ਹੈ ਤੇ ਕੁੱਲ ਮਿਲਾ ਕੇ ਫਿਟੇ ਮੂੰਹ ਜਾਂ ਪਾਣੀ ਵੇਖ ਲਾ ਜਾ ਕੇ। ਹੈਲੋ ਨਿੱਕੇ। ਓਏ ਹਾਂ ਬੋਲੇ, ਤੂੰ ਕਰ ਰਹੀ ਆ? ਹਾਂ ਮੈਂ ਕਦੋਂ ਆਵਾਂ? ਉਹ ਤੂੰ ਦੋ ਦਿਨਾਂ ਜਾ ਜੀ, ਤੁਹਾਡੇ ਘਰ ਦੇ ਮੰਨਦੇ ਤਾਂ ਹੈ ਨਹੀਂ। ਓਏ ਹੁਣ ਮੰਨ ਜਾਣਗੇ, ਕੋਈ ਚੱਕਰ ਨਗਾ ਜੇ ਤੁਹਾਡੀ ਬੁੜੀ ਨਾ ਮੰਨੀ। ਆਪਾਂ ਦੋ ਦਿਨਾਂ ਤੱਕ ਝੋਲਾ ਜਾ ਕੇ ਵੇਰਾ ਆਣਾ। ਚੱਲ ਠੀਕ ਆ, ਮੈਂ ਆਉਣਾ। ਆਹ ਆਹੋ, ਚੰਗਾ ਚੰਗਾ। ਬਾਈ ਕੁੜੀ ਸੀ, ਫੋਟੋ ਦਿਖਾ ਦੇ ਮਾੜੀ ਜੀ। ਭੋਲਾ ਕੁੜੀ ਹੁੰਦੀ? ਨਹੀਂ। ਜਾ ਫਿਰ ਪਾਣੀ ਲਾਓ ਜਾ। ਚੱਲ ਆਓ ਨੱਥੂ ਰਾਮਾ,
ਆਹ ਦੇਖ ਕੇ ਮੈਂ ਚੂਹੇ ਵਾਂਗੂ ਖੁੱਡ ਪੱਟਣ ਲੱਗਿਆ। ਹੈਲੋ, ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸੁਣਿਆ ਤੁਹਾਡੇ ਇੱਕ ਵਿਆਹ ਵਾਲਾ ਮੁੰਡਾ। ਮੈਨੂੰ ਨਹੀਂ ਪਤਾ, ਬੀਬੀ ਕੋ ਪੁੱਛ ਲਾ। ਇੱਕ ਤਾਂ ਬੀਬੀ ਇਹ ਸਰਪੰਚ ਨਹੀਂ ਬਣਾ ਰੱਖੀ ਤੁਸੀਂ ਯਾਰ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਇੱਕ ਵਾਰੀ ਹੋਰ ਸੁਲਾਹ ਮਾਰ ਆਈਏ, ਨਾਲੇ ਤੁਹਾਡਾ ਨਿਆਣਾ ਵੀ ਹੁਣ ਤੱਕ ਜਵਾਨ ਹੋ ਗਿਆ ਹੋਊ। ਇਸ ਵਾਰੀ ਤਾਂ ਮੈਂ ਬਹੁਤ ਵੱਡੇ ਘਰ ਦਾ ਰਿਸ਼ਤਾ ਲੈ ਕੇ ਆਇਆ। ਮਾੜੀ ਸਲਾਹ ਕਿਸੇ ਔਤਰੇ ਦੀ, ਸਾਡਾ ਮੁੰਡਾ ਤਾਂ ਝੋਲਾ ਚੱਕ ਕੇ ਘਰੇ ਆ ਗਿਆ। ਲੈ ਫਿਰ ਤਾਂ ਸ਼ੁਕਰ ਕਰੋ ਰੱਬ ਦਾ, ਤੁਹਾਡੇ ਝੋਲਾ ਚੱਕ ਮੁੰਡੇ ਨੂੰ ਮੈਂ ਐਡੇ ਵੱਡੇ ਘਰ ਦਾ ਰਿਸ਼ਤਾ ਕਰਵਾ ਰਿਹਾ। ਲੈ ਹੋਰ ਕੀ, ਤੈਨੂੰ ਤਾਂ ਆਪਦੀ ਛਾਪ ਦੀ ਅੱਗ ਲੱਗੀ ਹੋਈ ਹੈ। ਸਾਡਾ ਆਪਦਾ ਕਪੁੱਤ ਪਤਾ ਨਹੀਂ ਕੀ ਕਰਦਾ ਫਿਰਦਾ, ਕਿਸੇ ਦੀ ਕੁੜੀ ਲੈ ਕੇ ਡੋਬਣੀ ਅਸੀਂ। ਚੱਲ ਠੀਕ ਹੈ ਬੇਬੇ। ਬੇ ਗੱਲ ਸੁਣ, ਮੇਰਾ ਨਾ ਭਾਣਜਾ ਹੈ, ਉਹ ਹਾਲੇ ਛੜਾ ਹੀ ਹੈ, 40 ਤੋਂ 2 ਸਾਲ ਉੱਤੇ ਟੱਪ ਗਿਆ। ਉਹਦੇ ਵਾਸਤੇ ਕੋਈ ਕੁੜੀ ਦੇਖ, ਛੁੱਡੀ ਉਹ ਵੀ ਚੱਲੂਗੀ। ਨਾ ਬੇਬੇ, ਆਪਾਂ ਸੈਕਿੰਡ ਹੈਂਡ ਕੰਮ ਹੀ ਨਹੀਂ ਕਰੀਦਾ, ਸਿੱਧਾ ਸ਼ੋਰੂਮ ਵਾਲਾ ਕੰਮ ਹੀ ਕਰੀਦਾ। ਤੁਰ ਜਾ ਇੱਥੋਂ, ਲੱਗਦਾ ਸ਼ੋਰੂਮ ਦਾ। ਬੇ ਜਵਾਕੜੀ ਕਰੀ ਕੀ ਚੱਕੀ ਜਾਂਦਾ? ਉਹ ਬੇਬੇ ਸਾਡਾ ਤਾਂ ਕੰਮ ਹੀ ਇਹ ਹੈ, ਲੱਗਦਾ ਇਹ ਵੀ ਵਿਆਹੁਣ ਜੋਗੀ ਹੋ ਗਈ। ਹਾਂ ਤੂੰ ਇਹਨੂੰ ਵੀ ਰਿਸ਼ਤਾ ਕਰਾਏਗਾ? ਨਹੀਂ ਨਹੀਂ, ਇਹ ਤਾਂ ਮੈਂ ਆਪਦੇ ਵਾਸਤੇ ਦੇਖ ਰਿਹਾ। ਬੇ ਤੈਨੂੰ ਉਹ ਦੇਖੀ ਆਪਾਂ ਸੌਣ ਨਹੀਂ ਦਿੰਦਾ, ਮਿੰਟ ਚ ਘੋੜੀ ਚੜਾ ਦੂੰ ਤੈਨੂੰ। ਇੱਕ ਤਾਂ ਬੇਬੇ ਪਤਾ ਨਹੀਂ ਕੀ ਤੜਕੇ ਤੂੰ ਭਰਿੰਡਾ ਖਾ ਲੈਣੀ ਆ, ਬਹੁਤ ਕੌੜਾ ਬੋਲਦੀਆਂ। ਲੱਗਦਾ ਭਰਿੰਡਾ ਦਾ ਖੌਂਸੜੇ ਨਾ ਖਾਲੀ ਮੈਂ ਤੂੰ ਹੀ ਹੱਥ ਧੋ ਕੇ ਪੈ ਜਾ। ਧਿਆਨ ਨਾਲੇ ਉਹ ਕੀ ਬਣਿਆ ਬੋਲੇ? ਬੁਰਾ ਹੀ ਬਣਿਆ, ਤੁਹਾਡੀ ਬੁੜੀ ਤਾਂ ਬਾਲਾ ਹੀ ਵੱਢ ਖਾਣ ਨੂੰ ਪੈਂਦੀ ਆ ਯਾਰ, ਹੱਥ ਪੱਲੇ ਨਹੀਂ ਫੜਾਉਂਦੀ। ਬਾਈ ਕਿਵੇਂ ਨਾ ਕਿਵੇਂ ਕਰਕੇ ਤਾਂ ਬੇਬੇ ਨੂੰ ਮਨਾਉਣਾ ਪਊ ਯਾਰ। ਬਾਈ ਜੀ ਮੇਰੀ ਦਾਦੀ ਦੱਸਦੀ ਸੀ ਸਾਡੇ ਬੁੜੇ ਦਾ ਚਾਲ ਚੱਲਣ ਬੜਾ ਮਾੜਾ ਸੀ, ਇਸ ਕਰਕੇ ਹੁਣ ਨਿਆਣੀ ਉਮਰੇ ਵਿਆਹ ਕਰਤਾ ਸੀ। ਓਏ ਹੁਣ ਤੇਰੇ ਭਾ ਦਾ ਇਹ ਲੋਕਾਂ ਦੀਆਂ ਧੀਆਂ ਭੈਣਾਂ ਛੇੜੇ। ਸੋਤੀ ਓਏ ਹਾਂ ਬਾਹਰ ਨਿਕਲ ਯਾਰ, ਮੈਂ ਨਹੀਂ ਆਉਣਾ, ਤੂੰ ਮੇਰੇ ਡਿੱਕੇ ਰੱਖੀ ਚੇਗਾ। ਓਏ ਆ ਜਾ ਯਾਰ, ਵੀਰਾ ਬਣ ਕੇ ਨਹੀਂ ਖਿੱਚਦਾ। ਓ ਪੁੱਤ ਸੁਣ ਲੈ ਗੱਲ, ਸਰਦਾਰਾਂ ਦੀ ਗੱਲ ਨਹੀਂ ਮੋੜੀ ਦੀ, ਮੈਂ ਤੈਨੂੰ ਅਗਲੇ ਸਾਲ ਪਾਲੀ ਵੀ ਇਹਨਾਂ ਨਾਲ ਹੀ ਰੋਣਾ। ਆ ਜਾ ਮੇਰਾ ਪੁੱਤ, ਆ ਜਾ ਆ ਜਾ ਆ ਜਾ। ਤੁਸੀਂ ਘਰੇ ਜਾ ਕਹੇਗਾ ਮੇਰੀ ਬੇਬੇ ਕੋਲੇ? ਮੈਂ ਨਹੀਂ ਜਾਂਦਾ, ਤੁਹਾਡੀ ਬੁੜੀ ਤਾਂ ਚਿੱਤਰਾਂ ਦੀ ਗੋਲੀ ਮਾਰਦੀ ਹੈ, ਨਾਲੇ ਵੱਡਾ ਛੋਟਾ ਵੀ ਨਹੀਂ ਦੇਖਦੀ। ਕੀ ਬੰਦਾ? ਨਹੀਂ ਚਿੱਤਰ ਮਾਰੂ ਸਾਲੇ ਦੇ। ਰੋਟੀ ਪੀਏਗਾ? ਹਾਂ ਦੇਖ ਰੋਟੀ ਦੇ ਨਾਂ ਨੂੰ ਕਿਵੇਂ ਗਿੱਟੇ ਤੱਕ ਲਾਲ ਗਈ। ਬੇਬੇ ਬਾਈ ਹੈ, ਖੇਤ ਗਿਆ ਹੈ, ਕੀ ਕੰਮ ਸੀ? ਅਸ਼ਾਂਤੀ ਨੇ ਚਿੱਠੀ ਭੇਜੀ ਸੀ ਬਾਈ ਵਾਸਤੇ। ਹੈਂ, ਸ਼ਾਂਤੀ ਦੀ ਚਿੱਠੀ? ਲਿਆ ਉਰੇ ਮੈਨੂੰ ਦੇ। ਨਾ ਮੈਂ ਤਾਂ ਬਾਈ ਨਹੀਂ ਦੂੰਗਾ। ਦਿਨੇ ਕਿ ਨਹੀਂ ਜੇ ਚੱਕਾ ਸੋਟੀ। ਲਿਆ ਲੈ ਪੜ੍ਹ ਕੇ ਸੁਣਾ ਕੀ ਲਿਖਿਆ। ਨਿੱਕੇ ਬੇਬੀ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ, ਰਾਂਝੇ ਨੇ ਤਖ਼ਤ ਹਜ਼ਾਰਾ ਛੱਡਿਆ ਸੀ, ਤੂੰ ਮੇਰੇ ਪਿੱਛੇ ਕਾਲਜ ਛੱਡ ਕੇ ਆ ਗਿਆ। ਮੈਂ ਲੱਸੀ ਦੇ ਬਹਾਨੇ ਗੇੜੇ ਮਾਰਦੀ ਰਹਿੰਦੀ ਹਾਂ, ਤੇਰੇ ਤੋਂ ਦੂਰ ਰਹਿਣ ਲਈ ਜੀ ਨਹੀਂ ਕਰਦਾ। ਹੁਣ ਤੜਕੇ ਤੜਕੇ ਦੇਖ ਲੈਂਦੀ ਹਾਂ ਤਾਂ ਸਾਰਾ ਦਿਨ ਨਵੇਂ ਸੂਟਾਂ ਜਿੰਨਾ ਚਾਹ ਚੜਿਆ ਰਹਿੰਦਾ ਹੈ। ਮੈਨੂੰ ਆਪਣੀ ਪੱਗਾਂ ਦਾ ਰੰਗ ਦੱਸ ਦੇ, ਮੈਂ ਚੁੰਨੀਆਂ ਰੰਗਾਉਣੀਆਂ ਏ। ਤੇਰੀ ਮਿੱਠੀ ਚੀਜ਼ੀ ਸ਼ਾਂਤੀ।
ਆ ਕੀ ਹੈ ਵੇ? ਅਸ਼ਾਂਤੀ ਨੇ ਬਾਈ ਦੇ ਦਿਲ ਚ ਤੀਰ ਮਾਰਿਆ। ਫੋਟ ਮੁੰਡਾ ਤਾਂ ਰੂੜੀ ਤੇ ਡਿੱਗ ਪਿਆ। ਹੁਣ ਪਤਾ ਲੱਗਿਆ ਕਿ ਉਹ ਮੋਰਨੀ ਬਣ ਬਣ ਗੇੜੇ ਮਾਰਦੀ ਹੈ। ਅੱਗੇ ਤੋਂ ਜੋ ਵੀ ਚਿੱਠੀ ਹੋਵੇ ਗੋਲੀਆਂ ਨੂੰ ਮੇਰੇ ਕੋਲ ਲੈ ਕੇ ਆਉਣੀ ਹੈ। ਤੈਨੂੰ ਪਤਾ ਮੈਂ ਵੱਡਾ ਛੋਟਾ ਨਹੀਂ ਦੇਖਦੀ। ਬਾਈ ਲੈ ਦੋ ਦੱਤੇ ਭਗਾਉਣਾ। ਓਮ ਸ਼ਾਂਤੀ ਓਮ ਸ਼ਾਂਤੀ ਸ਼ਾਂਤੀ ਓਮ। ਬੇਬੇ ਸਾਰੇ ਕੰਮ ਸ਼ਾਂਤੀ ਨਾਲ ਹੋ ਗਏ, ਧਰਮ ਨਾਲ ਆਪਾਂ ਨੂੰ ਫੁੱਲ ਨਹੀਂ ਆ ਰਿਹਾ ਨੇ। ਮੈਨੂੰ ਪਤਾ ਤੇਰੇ ਕੰਮ ਦਾ। ਓ ਬਾਪੂ ਤੂੰ ਬੜਾ ਸ਼ਾਂਤੀ ਨਾਲ ਬੈਠਾ, ਕੀ ਗੱਲ? ਬਹਿ ਕੇ ਦਿਖਾਵੇ ਸ਼ਾਂਤੀ ਨਾਲ, ਜੇ ਗੋਡੇ ਨਾਲ ਵੜਦੇ ਆ। ਓ ਬੇਬੇ ਸ਼ਾਂਤੀ ਰੱਖਣੀ ਤੇ ਚੰਗੀ ਹੁੰਦੀ ਕਿ ਨਹੀਂ? ਕਰ ਜਿਹੜੇ ਚਿਲਤਰ ਤੂੰ ਕਰਦਾ ਨਾ, ਮੈਂ ਸਭ ਜਾਣਦੀ ਆ। ਅਬ ਮਾਰੀਏ ਇਹ ਵੱਡਾ ਦੋ ਇੱਕ ਗਲਾਸੇ ਮਰ ਜਾਏਗਾ। ਕਿਹਾ ਸੀ ਦੋ ਜਮ ਲੈ, ਇੱਕ ਮੁੰਡਾ ਤੇ ਕੁੜੀਆਂ ਦੇ ਜਮ ਕੇ ਟੋਕਰਾ ਭਰਤਾ। ਬੀਜੀ ਤੁਸੀਂ ਆਪ ਤਾਂ ਕਿਹਾ ਸੀ ਵੀ ਮੁੰਡਾ ਹੋ ਗਿਆ, ਹੁਣ ਬਸ ਕਰੋ। ਬਦਲ ਵਾਲ ਕਿਵੇਂ ਹੰਕਾਰੀ ਆ, ਮੇਰੇ ਸਾਹਮਣੇ ਜਵਾਨ ਲੜਾਉਣੀ ਹੈ? ਇਹ ਨਹੀਂ ਦੇਖਦੀ ਆਪਣਾ ਮੁੰਡਾ ਕੀ ਲੱਛਣ ਕਰਦਾ ਫਿਰਦਾ। ਬੇਬੇ ਆਪਣਾ ਪੱਕਾ, ਆਪਾਂ ਘਰ ਸ਼ਾਂਤੀ ਰੱਖਣੀ ਆ। ਦੇਖੀ ਮੇਰੇ ਨਾ ਮਾਰੀ, ਬੱਚਾ ਆਇਆ ਸ਼ਾਂਤੀ ਦਾ। ਜ਼ਬਾਨ ਆਲਾ ਨਿਕਲਿਆ ਮੁੰਡਾ, ਸੱਚੀ ਤੇਰਾ ਪਿੱਛਾ ਛੱਡਤਾ। ਆ ਕਲਰ ਸੋਹਣਾ ਲੱਗਦਾ ਤੇਰੇ ਤੇ। ਵੈਸੇ ਨਾ ਮਾੜਾ ਵੀ ਨਹੀਂ ਸੀ। ਤੇ ਮੈਂ ਕਦੋਂ ਕਿਹਾ ਮਾੜਾ, ਵਧੀਆ। ਤੇ ਫਿਰ ਐਵੇਂ ਨਖਰੀ ਕਰੀ ਜਾ ਰਹੀ ਸੀ? ਯਾਰ ਤੈਨੂੰ ਪਤਾ ਤਾਂ ਹੈ ਮੇਰੇ ਘਰਦਿਆਂ ਦਾ, ਸਾਡੇ ਘਰੇ ਲਵ ਮੈਰਿਜ ਦਾ ਰਿਵਾਜ਼ ਹੀ ਹੈ ਨਹੀਂ, ਸੋ ਜਿਹੜੇ ਰਾਹ ਜਾਣਾ ਨਹੀਂ ਉਹਦਾ ਪਤਾ ਪੁੱਛ ਕੇ ਕੀ ਲੈਣਾ। ਬੇਬੇ ਦੀ ਬਹੁਤੀ ਫਿਕਰ ਨਾ ਕਰਿਆ ਕਰ, ਤੈਨੂੰ ਤੇ ਪਤਾ ਹੀ ਬੇਬੇ ਦੇ ਸੁਭਾਅ ਦਾ, ਆਪੇ ਪਰੋਸ ਜਾ ਕੇ ਲੱਸੀਆਂ, ਪੁੱਛਣ ਵਾਲੀ ਕਿਹੜੀ ਗੱਲ ਆ। ਠੀਕ ਹੈ ਫਿਰ ਆਪਣੇ ਹੀ ਘਰ ਆ, ਇਹ ਕਿਹੜੀ ਗੱਲ ਆ? ਤੂੰ ਭੱਜ ਜਾ ਇੱਥੋਂ, ਮੈਂ ਤੈਨੂੰ ਦੱਸਾਂ। ਆ ਟੋਕਾ ਮੇਰੇ ਹੱਥ 'ਚ, ਚਾਰ ਪਾ ਦੂੰ ਤੇਰਾ। ਹੁੰਦੋ ਪਿਆਰ ਕਰਨੇ ਵਾਲੋਂ ਕੋ ਜਬ ਜਬ ਦੁਨੀਆ ਤੜਪਾਏ, ਖੜ ਜਾ ਤੈਨੂੰ ਮੈਂ ਮੁਹੱਬਤ ਵੜਤੀ ਜਾਏ ਜੀ। ਓ ਤੁਹਾਡੀ ਬੈਠਾ ਰਹੇਗਾ ਕੁੜੀ ਨੂੰ ਚਿੱਠੀ। ਹੁਣ ਕੀ ਰਹਿ ਗਿਆ?
ਜ਼ਮਾਨਾ ਬਹੁਤ ਵਿਗੜ ਗਿਆ, ਮੇਰੀ ਸ਼ਾਂਤੀ ਇਹ ਜੀ ਨਹੀਂ। ਹਾਂ ਤੇਰੀ ਸ਼ਾਂਤੀ ਤਾਂ ਬਹੁਤ ਸਿਆਣੀ। ਨਿੱਕੇ ਮਾਏ ਬੇਬੀ, ਅੱਜ ਤੁਹਾਡੀ ਬੁੜੀ ਮੈਨੂੰ ਸੂਈ ਕੁੱਤੀ ਵਾਂਗੂ ਪੈ ਗਈ, ਮੈਨੂੰ ਨਹੀਂ ਲੱਗਦਾ ਇਹਨੇ ਮੰਨਣਾ। ਤੂੰ ਠੀਕ ਸੀ, ਕੋਈ ਬਣਾ ਸ਼ਿਮਲੇ ਸ਼ਿਮਲੇ ਦਾ ਪਲੈਨ, ਆਪਾਂ ਵਿਆਹ ਕਰਵਾ ਕੇ ਘੁੰਮ ਫਿਰ ਕੇ ਪੁੱਠੇ ਮੁੜ ਗਏ, ਫਿਰ ਬੁੱਢੀ ਗਈ ਕਾਲੂ, ਤੇਰੀ ਮਿੱਠੀ ਸ਼ਾਂਤੀ। ਹਾਂ ਬੀਬੀ, ਉਰੇ ਆ। ਆਇਆ ਆਇਆ ਬੀਬੀ, ਬੇ ਆ ਜਾ ਹੁਣ। ਹਾਂ ਤੇ ਆਪਾਂ ਤਾਂ ਪੱਟੇ ਗਏ, ਬਲਾਓ ਝੋਲਾ ਚੁੱਕ ਨੂੰ, ਇਹ ਤੋਂ ਪਹਿਲਾਂ ਕੋਈ ਹੋਰ ਜਬ ਖੜਾ ਹੋਵੇ ਉਹਦੇ ਜੂੜ ਪਾ ਦਈਏ। ਠੀਕ ਹੈ ਬੀਬੀ। ਜਾ ਮਗਰ ਨਾ ਲਈਏ, ਤੂੰ ਮੈਨੇ ਨਹਾਉਣਾ ਹੈ, ਨਹਾਉਣਾ ਜੀ ਨਾ ਤੈਨੂੰ। ਬੀਬੀ ਮੈਂ ਆਖ ਰਿਹਾ ਸੀ ਕਿ ਠੀਕ ਹੈ ਨਾ, ਪਾਣੀ ਤੱਤਾ ਹੈ, ਬਥੇਰਾ ਤੱਤਾ ਹੈ, ਗਰਮੀ 'ਚ ਇਹਨੂੰ ਕਾਂਬਾ ਛੜਿਆ ਹੋਇਆ। ਲਓ ਜੀ, ਲਓ ਭਾਈ ਤੁਸੀਂ ਚਾਹ ਪਾਣੀ ਪੀਓ, ਸੀਰੀ ਭੇਜਿਆ ਮੁੰਡੇ ਨੂੰ ਬੁਲਾਉਣ ਵਾਸਤੇ। ਠੀਕ ਹੈ ਜੀ। ਲਓ ਜੀ, ਹੁਣ ਤਾਂ ਮੁੰਡਾ ਪੜ੍ਹਦਾ ਇਸ ਵੇਲੇ 15ਵੀਂ ਜਮਾਤ 'ਚ, ਠੀਕ ਹੈ, ਪਰ ਖੇਤ ਦਾ ਨਾ ਭਰੋਸਾ ਨਹੀਂ ਕਰਦਾ। ਪੈਸੇ ਤਾਂ ਬਥੇਰੇ ਕਮਾਏ ਉਹਨੇ, ਪਰ ਐਵੇਂ ਨਹੀਂ ਬਿਮਾਰ ਹੋਣ ਤੇ ਜਵਾਕ ਡਾਕਟਰ ਕੰਨੀ ਜਾਣ ਦੀ ਥਾਂ ਸੰਦੂਕਾਂ ਕੰਨੀ ਭੱਜੇ। ਬਾਈ ਬੁੜੀ ਕੁਛ ਜ਼ਿਆਦਾ ਹੀ ਤੇਜ਼ ਹੈ। ਘਰ ਬਾਰ ਚੰਗਾ, ਆਪਣੇ ਨਾਲੋਂ ਜ਼ਮੀਨ ਵੀ ਚੰਗੀ ਹੈ ਕਿ ਨਹੀਂ, ਕੁੜੀ ਮੌਜਾਂ ਕਰੂ ਆਪਣੀ। ਗੁੱਡੀ ਤੇਰੀ ਹੈ ਭਾਈ? ਨਹੀਂ ਜੀ, ਮੈਂ ਤਾਂ ਬੈਚੂਲਰ ਹਾਂ ਜੀ। ਕੀ ਕਿਹਾ? ਮੇਰਾ ਮਤਲਬ ਤਾਇਆ ਤਾਂ ਸਾਡਾ ਛੜਾ ਜੀ, ਮੇਰੀ ਭੈਣ ਹੈ ਜੀ, ਬਾਪੂ ਨੂੰ ਕੰਮ ਸੀ, ਬਾਪੂ ਆ ਨਹੀਂ ਸਕਿਆ। ਅੱਛਾ, ਮੇਰਾ ਵੀ ਭਾਣਜਾ ਹੈ, ਉਹਨੇ ਵੀ ਨਹੀਂ ਕਰਾਇਆ, ਅਲੱਛਣ ਮਾੜੇ ਸੀ। ਨਹੀਂ ਜੀ ਨਹੀਂ, ਇਹੋ ਜੀ ਤਾਂ ਕੋਈ ਗੱਲ ਨਹੀਂ ਜੀ, ਮੈਂ ਤਾਂ ਇੱਧਰ ਠੀਕ ਹੈ ਜੀ। ਗੁੱਸਾ ਨਾ ਕਰੀ ਭਾਈ, ਆਪ ਤਾਂ ਤੂੰ ਪੁੱਠੇ ਤਵੇ ਵਰਗਾ, ਕੁੜੀ ਦੁੱਧ ਚਿੱਟੀ ਪਾਲਦਾ ਹੋਏਗਾ। ਜਿਹੜੀਆਂ ਗੱਲਾਂ ਤੂੰ ਕਰਕੇ ਲੈ ਕੇ ਆਇਆ ਸੀ, ਓਡੀ ਗੱਲਬਾਤ ਮੈਨੂੰ ਦੀਂਦੀ ਨਹੀਂ। 38 ਕਿੱਲੇ ਆਂਦਾ ਸੀ ਤੂੰ, ਕਿਤੇ ਵਿੱਚ ਪਸ਼ੂਆਂ ਵਾਲੇ ਕਿੱਲੇ ਤਾਂ ਨਹੀਂ ਗਣਾਈ ਜਾਂਦਾ? ਪਹਿਲਾਂ ਜਿਹੜੀ ਨਾ ਘਰੇ ਜੇ ਆ ਗਿਆ ਜੀ ਮੁੰਡਾ, ਸੀ ਹੋੜ ਦੇ ਫਕਾਰੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਸੱਦਾ ਬੇਬੇ? ਝੋਟਾ ਲੈਣਾ ਇਹਨੇ? ਉਹ ਬਾਈ ਜੀ ਵੇਚਣਾ ਨਹੀਂ ਹੈਗਾ ਅਸੀਂ। ਨਹੀਂ ਪੁੱਤ, ਰਿਸ਼ਤੇ ਨੂੰ ਆਏ ਨੇ ਤੇਰੇ। ਇਹ ਹੈ ਜੀ ਮੁੰਡਾ, ਦੇਖ ਲਓ ਤੁਹਾਡੇ ਸਾਹਮਣੇ ਤੁਰ ਕੇ ਆ, ਲੰਗ ਲੁੰਗ ਵੀ ਨਹੀਂ ਮਾਰਦਾ, ਬਾਕੀ ਬੋਲਦਾ ਤੁਸੀਂ ਸੁਣ ਹੀ ਲਿਆ, ਜੇ ਉਂਗਲਾਂ ਗਲਾਂ ਗਿਣਨੀਆਂ ਨੇ ਤਾਂ ਗਿਣ ਸਕਦੇ ਹੋ ਵੈਸੇ ਪੂਰੀਆਂ। ਦੇਖ ਲਓ ਦੇਖ ਲਓ, ਤੇ ਕੁੜੀ ਦੀ ਫੋਟੋ ਵੀ ਤਾਂ ਦਿਖਾਓ ਸਾਨੂੰ। ਨਹੀਂ ਬੇਬੇ, ਆਪਾਂ ਵੀ ਤਾਂ 3 ਕੁੜੀਆਂ ਵਹੀਆਂ ਨੇ, ਐਵੇਂ ਕਿਸੇ ਦੀ ਧੀ ਭੈਣ ਦੀ ਫੋਟੋ ਵਹਿੰਦੇ ਚੰਗੇ ਲੱਗਦੇ ਹਾਂ? ਕਿੰਨੇ ਵਧੀਆ ਬੰਦੇ ਨੇ, ਕੁੜੀ ਵੀ ਇਹਨਾਂ ਦੀ ਇਹਨਾਂ ਵਰਗੀ ਹੋਊਗੀ। ਬਾਕੀ ਵੇਖੋ ਜੀ, ਰੰਗ ਤਾਂ ਦੋ ਹੀ ਹੁੰਦੇ ਨੇ, ਚਿੱਟਾ ਤੇ ਕਾਲਾ, ਰੰਗ ਤਾਂ ਕੀ ਚੱਟਣਾ, ਬਾਕੀ ਜਿਵੇਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗੇ। ਠੀਕ ਹੈ ਜੀ, ਵਾਹ ਵਾਹ, ਠੀਕ ਹੈ। ਆ ਲਓ ਕਾਕਾ ਜੀ ਸ਼ਗਨ। ਮਾਂ ਜੀ, ਅਸੀਂ ਮੁੰਡਾ ਰੋਕ ਲਿਆ, ਅਖੀਰਲੀ ਗੱਲ ਜਿਹੜੀ ਮੁੰਡੇ ਨੇ ਕਹੀ ਨਾ, ਮੈਨੂੰ ਧਰਮ ਨਾਲ ਕੀਲ ਕੇ ਰੱਖਤਾ, ਹੁਣ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਓ, ਸਾਨੂੰ ਮੁੰਡਾ ਪਸੰਦ ਹੈ, ਕਿਉਂ ਬਈ? ਬਿਲਕੁਲ ਹਾਂ, ਮੁੰਡੇ ਨੇ ਤਾਂ ਇੰਨੀ ਸੋਹਣੀ ਗੱਲ ਕਰ ਦਿੱਤੀ, ਹੁਣ ਅਸੀਂ ਤਾਂ ਸਿੱਧਾ ਸ਼ਗਨ ਪਾਉਣੀ ਆਵਾਂਗੇ। ਠੀਕ ਹੈ ਜੀ, ਠੀਕ ਹੈ ਜੀ, ਤੁਸੀਂ ਬੁੱਧਵਾਰ ਦਾ ਦਿਨ ਰੱਖ ਲਓ। ਹਾਂ ਠੀਕ ਹੈ, ਬੁੱਧਵਾਰ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਜੀ, ਅਬ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਵਧਾਈਆਂ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੂੰ ਕਿੱਧਰ ਪੁੱਤ?
ਇੱਕ ਮਿੰਟ ਮੇਰੀ ਗੱਲ ਸੁਣ, ਇੱਥੇ ਬੈਠ ਮੇਰੇ ਕੋਲ। ਉਮਰ ਤਾਂ ਤੇਰੀ ਹੱਸਣ ਖੇਡਣ ਦੀ ਆ, ਕੋਈ ਗੱਲ ਨਹੀਂ, ਬਥੇਰਾ ਹੱਸ ਲਿਆ ਖੇਡ ਲਿਆ। ਵਿਆਹ ਤਾਂ ਆਪਣੇ ਖਾਨਦਾਨ 'ਚ ਹੀ ਕਰਾਉਣਾ ਚੰਗਾ ਹੁੰਦਾ ਹੈ। ਦੇਖੀ ਮੁਕਰੀ ਨਾ ਮੇਰਾ ਪੁੱਤ। ਨਹੀਂ ਮੁਕਰਦਾ। ਨਹੀਂ ਮੁਕਰਦਾ ਪੱਕਾ? ਨਹੀਂ ਮੈਂ ਸੱਦ ਕੇ ਜਾਵਾਂ ਮੇਰੇ ਪੁੱਤ ਤੋਂ। ਆ ਸੀ ਨਿੱਕੇ ਦੀ ਨਿੱਕੀ ਜੀ ਲਵ ਸਟੋਰੀ। ਮੈਂ ਪਿਆਰ ਕੀਤਾ ਤਾਂ ਦਿਲ ਨਾਲ, ਪਰ ਜਿੱਤਿਆ ਦਿਮਾਗ ਨਾਲ। ਆ ਚੱਲਿਆ ਜੱਟ ਮੁੰਦਰੀ ਪਾਉਣ। ਨਿੱਕੇ ਪੁੱਤ, ਤੇਰੇ ਸਹੁਰਿਆਂ ਦਾ ਘਰ ਆ ਗਿਆ। ਓਏ ਉੱਠ ਜਾ, ਉੱਠ ਜਾ ਓਏ। ਬਹੁਤ ਚੰਗਾ ਕੀਤਾ ਜੀ। ਹੋਰ ਸੁਣਾਓ, ਤੁਸੀਂ ਠੀਕ ਰਹਿੰਦੇ ਹੋ? ਬਸ ਠੀਕ ਹੀ ਰਹਿੰਦੇ ਹਾਂ। ਠੀਕ ਤਾਂ ਕਾਹਦਾ ਭਾਈ, ਇਹੋ ਜਿਹਾ ਹੀ ਹੈ। ਊਂ ਤਾਂ ਪਿੰਡ ਦਾ ਜੈਲਦਾਰ ਵੱਜਦਾ, ਪਰ ਨਾ ਦਿਨੋ ਦਿਨ ਨਿਗਰਦਾ ਹੀ ਜਾਂਦਾ। ਆਹੋ ਜੀ, ਜਵਾਨੀ ਪਹਿਰੇ ਤਾਂ ਸੁੱਖ ਨਾਲ ਜੈਲਦਾਰ ਸਾਹਿਬ ਹੀ ਘੁੱਟਦੇ ਰਹੇ ਨੇ, ਬਸ ਆ ਥੋੜ੍ਹਾ ਜਿਹਾ ਸ਼ੂਗਰ ਕਰਕੇ ਹੀ ਸੁੰਗੜ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੋ? ਹਾਂ ਵੀਰੇ, ਆ ਤਾਂ ਮੇਰੇ ਕਾਲਜ ਪੜ੍ਹਦਾ ਆ। ਲੈ ਪੁੱਤ, ਆ ਤਾਂ ਬਾਹਲੇ ਚੰਗਾ ਹੋਇਆ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ। ਐ ਬਣਦੇ ਰੱਬ ਨਾਲ ਸਬੱਬ, ਤੇਰੀਆਂ ਤੂੰ ਹੀ ਜਾਣਦਾ ਪਿਆ। ਆ ਜਾ ਪੁੱਤ, ਤੂੰ ਮੇਰੇ ਕੋਲ ਆ ਕੇ ਬੈਠ। ਤੂੰ ਉੱਠ ਵੇ, ਉੱਠ ਗਿਆ ਕੰਮ ਸ਼ੁਰੂ। ਆ ਜਾ ਪੁੱਤ। ਨਹੀਂ ਨਹੀਂ ਮਾਂ ਜੀ, ਇਹ ਤਾਂ ਛੋਟੇ ਦੀ ਕੁੜੀ ਹੈ, ਪੜ੍ਹਦੀ ਹੈ ਹਾਲੇ। ਰਿਸ਼ਤਾ ਤਾਂ ਅਸੀਂ ਬਲਵਿੰਦਰ ਬਾਈ ਦੀ ਕੁੜੀ ਦਾ ਕਰਨਾ। ਮੈਂ ਨਹੀਂ ਕਰਾਉਣਾ ਇਹਦੇ ਨਾਲ। ਤੇਰਾ ਤਾਂ ਪਿਓ ਹੀ ਕਰਾਊਗਾ ਨਾ, ਕੀ ਹੋਇਆ ਕੁੜੀ ਨੂੰ? ਚੰਗੀ ਭਲੀ ਕੁੜੀਆਂ ਵਰਗੀ ਕੁੜੀ ਹੈ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਤੂੰ ਹੀ ਭਾਵਦਾ ਸੀ ਫੋਟੋ ਦਾ ਕੀ ਕਰਨਾ। ਅਖੇ ਰੰਗ ਤਾਂ ਦੋ ਹੀ ਹੁੰਦੇ ਨੇ, ਰੰਗ ਨੂੰ ਕੀ ਚੱਟਣਾ। ਕੀ ਕਹਿੰਦੇ ਆ ਕਾਕਾ ਜੀ? ਕੁਛ ਨੀ ਭਾਈ,
ਕਹਿੰਦਾ ਛੇਤੀ ਕਰੋ, ਆਪਾਂ ਨਾ ਚਾਹ ਪਾਣੀ ਪਿੱਛੋਂ ਪਹਿਲਾਂ ਨੇ ਪਹਿਲਾਂ ਸ਼ਗਨ ਪਾਉਣੀ ਆ। ਉਹ ਕਿੱਡੀ ਤੁਹਾਨੂੰ ਅੱਗ ਲੱਗੀ ਹੋ ਪੌਪਕੋਰਨਾਂ ਦੀ, ਇੱਧਰ ਜਵਾਕ ਦਾ ਘਰ ਉੱਜੜ ਗਿਆ। ਕੋਈ ਨਾ, ਕਰੋ ਇੰਜੋਏ। ਬਾਪੂ ਹਾਂ, ਮੈਂ ਉੱਥੇ ਵਿਆਹ ਨਹੀਂ ਕਰਾਉਣਾ। ਹਾਂ ਬਾਪੂ ਕੁਛ ਵੀ ਹੋ ਜਾਵੇ, ਮੈਂ ਨਹੀਂ ਵਿਆਹ ਕਰਾਉਣਾ। ਹਾਂ ਗੱਡੀ ਰੋਕ, ਉਲਟੀ ਆਉਂਦੀ ਹੈ, ਗੱਡੀ ਰੋਕੋ। ਬੀਬੀ ਬੀਬੀ ਹਾਂ, ਨਿੱਕਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਮੈਨੂੰ ਕੀ ਦੱਸਦਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਸ਼ਾਂਤੀ ਨਾਲ ਵਿਆਹ ਕਰਾਉਣ ਫਿਰਦਾ। ਤੂੰ ਇੱਥੇ ਰੌਣਾ ਨਾ ਭਾਈ, ਘਰੇ ਜਾ ਗੱਲ ਕਰਦੇ ਹਾਂ। ਠੀਕ ਹੈ ਬੀਬੀ, ਵਿਆਹ ਸ਼ਾਂਤੀ ਨਾਲ ਹੋਣਾ ਚਾਹੀਦਾ, ਰੌਲਾ ਬਾਗਾ ਆਪਾਂ ਕੀ ਲੈਣਾ। ਤੈਨੂੰ ਤੇਰੇ, ਤੈਨੂੰ ਕਦੋਂ ਅੱਗ ਲਾਊਗੀ ਜੇ ਵਜੇ ਤੋਂ। ਵੱਡੀ ਪੁੱਤਾਂ ਵਾਲੀ ਦੇਖ ਲੈ ਕੀ ਰੰਗ ਲਾਉਂਦਾ ਫਿਰਦਾ, ਇੱਕ ਆ ਡੁੰਨ ਬੱਟਾ ਬਣੇ ਬੈਠਾ। ਤੇਰਾ ਬਾਪੂ ਵੀ ਲੋਲ ਹੀ ਆਇਆ। ਹੋਰ ਯਾਰ ਲਾਇਆ ਸ਼ਿਕਾਇਤ? ਚਲੋ ਆ ਤਾਂ ਸੋਹਣਾ ਕੰਮ ਕਰ ਆਏ, ਮੈਨੂੰ ਪਹਿਲਾਂ ਹੀ ਪਤਾ ਸੀ। ਚੱਲ ਤੂੰ ਤੋਰ ਲੈ ਹੁਣ, ਕਿ ਤੂੰ ਹਾਰ ਪਾਉਣੇ ਆ। ਕਮਾਲ ਹੈ, ਪਿਆ ਮੇਰੇ ਪਿੱਛੇ ਸੀ, ਰਿਸ਼ਤਾ ਭੈਣ ਦੇ ਨਾਲ ਕਰਾ ਗਿਆ। ਮਨਰਾਜ ਕਿਵੇਂ ਸੀ ਮੁੰਡਾ? ਠੀਕ ਸੀ, ਸਵਾਹ ਠੀਕ ਸੀ। ਤੈਨੂੰ ਪਸੰਦ ਹੈ ਨਾ ਤਾਂ ਤੂੰ ਹੀ ਕਰਾ ਲੈ, ਹੱਦ ਹੈ ਤਾਏ ਦੀ ਵੀ। ਭਾਬੀ ਤੈਨੂੰ ਕਿਵੇਂ ਲੱਗਾ? ਤੂੰ ਦੱਸ। ਜਾਓ ਪਰ ਜੀ ਕਰਤਾ, ਹੋਰ ਪਤਾ ਨਹੀਂ ਤੈਨੂੰ ਕੀ ਚਾਹੀਦਾ। ਇੰਨਾ ਸ਼ੁਦਾਈ ਕੋਈ ਕਿਵੇਂ ਹੋ ਸਕਦਾ, ਪਾਗਲ ਜਿਹਾ। ਹੁਣ ਕੀ ਕਰੂੰ? ਇੱਥੇ ਕੀ ਪਾਲਦਾ? ਸਪਰੇਅ ਕਿੱਥੇ ਹੈ? ਮਰਨਾ ਮੈਂ। ਚੱਲ ਪੀ, ਛੇਤੀ ਕਰ, ਕੰਮ ਨਿਬੇੜ, ਸਾਡੇ ਕੋਲ ਵਾਧੂ ਟਾਈਮ ਹੈ ਨੀ, ਮਿੰਟ ਲਾ। ਚੱਲ ਚੱਕ। ਮੈਂ ਤੈਨੂੰ ਐਡਾ ਵੱਡਾ ਇਸ ਕਰਕੇ ਕੀਤਾ ਕਿ ਸਾਡੇ ਸਿਰ ਚਖੇ ਪਾਵੇ? ਕੀ ਲੱਛਣ ਫੜੇ ਨੇ ਮਾਂ ਪੁੱਤ ਨੇ? ਬੀਜੀ ਮੈਂ ਕੀ ਕੀਤਾ? ਮੇਰੇ ਸਾਹਮਣੇ ਬੋਲਦੀ ਹੈ? ਮੈਂ ਤੇਰੇ ਜਵਾਨ ਹੈ ਨੀ। ਤੂੰ ਚੁੱਪ ਕਰ ਪੁੱਤਰ, ਤੂੰ ਜਾ ਕੇ ਮੇਰੇ ਲਈ ਥੋੜੀ ਚਾਹ ਬਣਾ ਕੇ ਲਿਆ, ਮੇਰਾ ਅੱਗੇ ਸਿਰ ਦੁਖਦਾ ਪਿਆ। ਤੇਰਾ ਵਿਹਲੇ ਦਾ ਸਿਰ ਦੁਖਦਾ, ਘਰ 'ਚ ਇੰਨਾ ਕਲੇਸ਼ ਛਿੜਿਆ ਹੋਇਆ, ਤੈਨੂੰ ਚਾਹ ਦੀ ਅੱਗ ਲੱਗੀ ਪਈ ਹੈ? ਮੇਰੇ ਸੰਗ ਜੋ ਪਾਣੀ ਦੀ ਘੁੱਟਣੀ ਗਈ। ਪੀ ਲੈ ਹੁਣ, ਪੀ ਲੈ। ਕਿਹਨੂੰ ਉਡੀਕਦਾ ਹੁਣ ਤੂੰ? ਝਾਕਦਾ ਹੁਣ ਬਿਟਰ ਬਿਟਰ। ਚੰਗਾ ਜੀ ਮੈਂ ਚੱਲਦਾ ਫਿਰ। ਕਿੱਥੇ? ਮੇਰੇ ਭਾਪੇ ਦਾ ਫੋਨ ਆਇਆ ਸੀ ਜੀ ਘਰੋਂ। ਭਾਪੇ ਨੇ ਇੱਥੇ ਸੱਦ ਲੈ, ਤੂੰ ਓਨਾ ਚਿਰ ਨਹੀਂ ਜਾਏਗਾ ਜਿੰਨੀ ਦੇਰ ਤੱਕ ਮੁੰਡਾ ਵਿਆਹ ਲਈ ਰਾਜ਼ੀ ਨਹੀਂ ਹੁੰਦਾ।
ਮੇਜਰਾ ਚੱਕ ਕੇ ਰੱਖ ਇਹਨੂੰ, ਸਪਰੇਹਾਂ ਪੀਣੀਆਂ ਕੋਈ ਸੌਖੀਆਂ ਨੇ? ਤੇਰਾ ਵਿਆਹ ਉਸੇ ਘਰ ਚ ਹੋਊਗਾ। ਬੇਬੇ ਮੈਂ ਕੁਝ ਹੋਰ ਸੋਚਿਆ ਸੀ, ਉਹ ਗੱਲ ਨਹੀਂ। ਮੈਨੂੰ ਪਤਾ ਤੇਰੀਆਂ ਸੋਚਾਂ ਕਿਹੜੀਆਂ ਨੇ। ਬੇਬੇ ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਮੈਂ ਦੱਸਦਾ। ਉਹ ਤੂੰ ਉੱਤੇ ਚਵਾਰੇ ਚ ਜਾ, ਮੈਂ ਗੱਲ ਕਰਦਾ। ਬੇਬੇ ਜਦੋਂ ਨਵਾਂ ਨਵਾਂ ਬੈਠ ਕੇ ਗੱਡੀ ਚ ਜੋੜੀਦਾ ਨਾ, ਤਾਂ ਟਪੂਸੀਆਂ ਤਾਂ ਮਾਰਦੇ ਹੁੰਦਾ, ਨਾਲੇ ਮੈਨੂੰ 5 ਤੋਲੇ ਦਾ ਕੜਾ ਕਾਹਦੇ ਵਾਸਤੇ ਪਾਉਣਾ ਤੁਸੀਂ? ਮੈਂ ਆਪੇ ਸਮਝਾਉਂ। 5 ਤੋਲੇ ਨਾ ਕਿਤੇ 32 ਤੋਲੇ, ਮੈਂ ਅੱਧੇ ਤੋਲੇ ਦੀ ਛਾਂ ਪਾਉਂ ਬਸ। ਮੁੰਡੇ ਨੂੰ ਜਿਵੇਂ ਮਰਜ਼ੀ ਬਣਾ, ਇੱਕ ਗੱਲ ਦਾ ਧਿਆਨ ਰੱਖੀ, ਜੇ ਮੁੰਡੇ ਨੇ ਸਪਰੇਅ ਪੀਣੀ ਨਾ, ਤਾਂ ਤੇਰੇ ਸੰਗ 'ਚ ਮੈਂ ਸੁੱਟੂ ਗਲਾਸ ਭਰ ਕੇ। ਸਤ ਬਚਨ ਜੀ, ਆ ਕਹੇ ਜੇ ਨਾ ਉਹ ਤੁਹਾਡੇ ਘਰ ਦੇ, ਸਮਝਾਉਂਦਿਆਂ ਸਮਝਾਉਂਦਿਆਂ ਨੂੰ ਰਾਤ ਪੈਣ ਵਾਲੀ ਹੋ ਗਈ। ਇੱਕ ਆ ਤੁਹਾਡੀ ਬੁੜੀ ਜਦੋਂ ਬਣਾ ਕੇ ਚੂੰਗੜੇ ਵਰਗਾ ਮੂੰਹ ਬੋਲਦੀ ਹੈ ਨਾ, ਮਾੜੇ ਬੰਦੇ ਦਾ ਦਿਲ ਫਟ ਜੇ। ਅਤੇ ਤੂੰ ਉਹਨਾਂ ਨੂੰ ਕੀ ਦੱਸਣ ਲੱਗਿਆ ਸੀ? ਕਾਕਾ ਜੀ ਹੋਸ਼ ਕਰੋ, ਵਿਆਹ ਕਰਾ ਰਹੇ ਹੋ, ਕੋਈ ਸਬਜ਼ੀ ਮੰਡੀ 'ਚ ਨਹੀਂ ਖੜ੍ਹੇ। ਛਾਂਟ ਕੇ ਜੇ ਕਹਿ ਦੋਗੇ ਵੀ ਆ ਕੱਚੇ ਜੇ ਕੱਦੂ 2 ਕਿਲੋ ਤੋਲ ਦੇ। ਉਦੋਂ ਬੜੀ ਗੁੱਠ ਵਾਲੀ ਪੱਗ ਬੰਨ ਕੇ ਵਿਚੋਲਾ ਬਣ ਕੇ ਜਾਵੜਿਆ ਸੀ, ਫੋਟੋ ਨਹੀਂ ਸੀ ਦੇਖ ਸਕਦਾ? ਤੂੰ ਦੇਖ ਲੈਂਦਾ, ਨਾਲੇ ਵਿਚੋਲੇ ਨੂੰ ਸਾਡਾ ਕੋਈ ਖਾਂਦਾ ਨਹੀਂ ਪੇਸ਼ਾ ਇਹ। ਮੈਂ ਤਾਂ ਇੱਕ ਮੋਬਾਈਲ ਦੇ ਲਾਲਚ ਨੂੰ ਮੋਰੇ 'ਚ ਲੱਤ ਫਸਾ ਬੈਠਾ, ਉਹ ਮੈਨੂੰ ਨਹੀਂ ਚਾਹੀਦਾ ਭਰਾਵਾ ਤੇਰਾ ਐਪਲ ਉੱਪਲ, ਮੈਨੂੰ ਤਾਂ ਹਾਂ ਨੋਕੀ ਸੱਪ ਵਾਲਾ ਠੀਕ ਹੈ। ਬਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਯਾਰ, ਮੈਂ ਤਾਂ ਨਹੀਂ ਬਚਣਾ ਹੈ। ਤੁਹਾਡੀ ਬੁੜੀ ਤਾਂ ਖੰਗਰ ਵਰਗਾ ਪੱਕਾ ਮਨ ਬਣਾਈ ਬੈਠੀ ਹੈ, ਉਹ ਤਾਂ ਨਹੀਂ ਟੁੱਟਦਾ, ਅਤੇ ਕੁੜੀ ਵਾਲਿਆਂ ਦੀ ਇੱਜ਼ਤ ਦਾ ਸਵਾਲ ਹੈ। ਲੈ ਵੀ ਜੇ ਕੁੜੀ ਜਵਾਬ ਦੇ ਦੇ ਫਿਰ ਬਈ ਓਏ। ਹਾਂ ਆਹ ਗੱਲ ਤੇਰੀ ਠੀਕ ਹੈ, ਤੂੰ ਐਂ ਕਰ ਕੁੜੀ ਨੂੰ ਬੁਲਾ, ਉਹਦੇ ਨਾਲ ਲੱਛਣ ਲੁਛਣ ਕਰ, ਕੌਫੀ ਕੂਫੀ ਡੋਲ, ਭਰਾਵਾ ਜਿਵੇਂ ਮਰਜ਼ੀ ਕਰ, ਮੇਰੀ ਮੋਰੇ 'ਚ ਲੱਤ ਕਢਾ। ਹੇ ਸੱਚੇ ਪਾਤਸ਼ਾਹ, ਮੇਰੇ ਪੋਤੇ ਨੂੰ ਸਮਰਤ ਦੇ, ਜਿੱਥੇ ਕਹਾਂ ਉੱਥੇ ਵਿਆਹ ਕਰਾ ਲੈ। ਵਾਹਿਗੁਰੂ। ਤੂੰ ਕਿੱਧਰ ਨੂੰ ਮੂੰਹ ਚੱਕਿਆ? ਵਾਈਫ ਨੂੰ ਮਿਲਣ ਜਾ ਰਿਹਾ ਆਪਣੇ ਨੂੰ। ਕੀ? ਉਹ ਜਾਣੀ ਦੇ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਮਿਲਣ ਚੱਲਿਆ। ਬਸ ਆਹੀ ਕਸਰ ਰਹਿ ਗਈ ਸੀ, ਸੁਣ ਲੈਣੀ ਵੱਡੀ ਐ ਸਚਿਆਰ ਨੇ ਨਾ, ਤੇਰਾ ਪਿਓ ਮਿਲਣ ਗਿਆ ਹੋ ਵਿਆਹ ਤੋਂ ਪਹਿਲਾਂ ਤੇਰੀ ਮਾਂ ਨੂੰ, ਤੇ ਆ ਜਿਹੜਾ ਮੇਰੇ ਪੇਸ਼ ਪਿਆ ਇਹ ਮਿਲਣਾ ਸੀ ਵਿਆਹ ਤੋਂ ਪਹਿਲਾਂ ਮੈਨੂੰ। ਕੀ ਲੱਛਣ ਫੜੇ ਨੇ? ਆਪਾਂ ਨਹੀਂ ਫਿਰ ਕਰਾਉਣਾ ਵਿਆਹ ਵਿਊ, ਇਹ ਸਭ ਤੇਰੇ ਬਹਾਨੇ ਨੇ, ਬਿਮਾਰੀ ਤੈਨੂੰ ਕੁਛ ਹੋਰ ਹੈ, ਜੇ ਦੇਖੋ ਹੈਂ ਆ ਕੀ ਵੇ। ਤੈਨੂੰ ਕੁਛ ਨਹੀਂ ਕਿਹਾ, ਉਹ ਤਾਂ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਹਵਾਈ ਚੁੰਮੀ ਦਿੱਤੀ ਹੈ। ਸ਼ਾਂਤੀ 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 ਸ਼ਾਂਤੀ। ਹਾਂ ਬੇਬੇ ਖੜੀ ਪਿੱਛੇ? ਹਾਂ ਖੜੀ ਆ। ਅੱਖ 'ਚ ਵੇਖੀ ਕੀ ਪੈ ਗਿਆ? ਦੇਖਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੁਛ ਨਹੀਂ ਆ। ਕੁਛ ਨਹੀਂ ਆ? ਕੁਛ ਨਹੀਂ ਨਹੀਂ। ਚੰਗਾ ਫਿਰ। ਚੰਗਾ। ਸਤਿ ਸ਼੍ਰੀ ਅਕਾਲ ਬੇਬੇ, ਕੀ ਗੱਲ? ਕੱਲ ਬਹੁਤ ਰੌਲਾ ਪੈ ਰਿਹਾ ਸੀ ਤੁਹਾਡੇ ਘਰ। ਇਹ ਸਾਰੇ ਬਾੜੇ ਤੇਰੇ ਪਾਏ ਹੋਏ ਨੇ, ਭੋਲੀ ਭੋਲੀ ਫਿਰਦੀ ਆ, ਨੀ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਆ, ਡੁੱਬ ਜਾਣੀਏ, ਤੈਨੂੰ ਸਾਡੇ ਘਰ ਮਿਲਿਆ ਸੀ। ਸ਼ਾਂਤੀ ਲੱਸੀ ਪਵਾਲਾ ਕੁੜੇ, ਆ ਜਾ। ਆਹੋ ਭਰਦੇ ਡੋਲੂ, ਆ ਜਿਹੜੀ ਮੀਸਣੀ ਜਿਹਨੂੰ ਤੂੰ ਤੜ ਤੜ ਕੇ ਲੱਸੀਆਂ ਪਾਉਂਦੀ ਫਿਰਦੀ ਆ ਨਾ, ਇਹ ਤੇਰਾ ਘਰ ਦਾ ਬੁਣੂ ਫਿਰਦੀ ਆ। ਨਿੱਕੇ ਦੇ ਮੰਗਣੇ ਦਾ ਮੂੰਹ ਮਿੱਠਾ ਨਹੀਂ ਕਰਾਉਣਾ ਤਾਂ ਨਾ ਸੀ, ਗੁੱਸਾ ਕਿਉਂ ਕਰਦੀ ਐ? ਲਓ ਕਰ ਲਓ ਗੱਲ, ਬਸ਼ਰਮ ਦੀ ਡੁਲਗੀ ਦਾਲ, ਆਖੇ ਅਸੀਂ ਡੋਲ ਡੋਲ ਖਾਂਦੇ ਆ, ਜੈ ਵੱਡੇ ਦਾ ਜਮਾਨਾ ਹੀ ਬਾਹਲਾ ਮਾੜਾ ਆ ਗਿਆ। ਬੇ ਮੇਜਰਾ ਕਿਉਂ ਬਾਂਗਾ ਦਿੰਦੀ ਰਹਿੰਦੀ ਐ, ਕੀ ਹੋਇਆ ਤੁਹਾਡੀ ਬੁੜੀ ਨੂੰ? ਚੁੱਪ ਕਰਨੀ, ਬਾਹਲਾ ਨਾ ਬੋਲ, ਲੈ ਮੱਖਣ ਵੀ ਪਾਤਾ। ਬੇ ਉਰੇ ਆ ਛੇਤੀ। ਆਇਆ 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 ਬੀਬੀ। ਜਦੋਂ ਨਿੱਕਾ ਅੰਦਰ ਬਾਹਰ ਜਾਵੇ ਨਾ, ਤੂੰ ਸ਼ਾਂਤੀ ਤੇ ਅੱਖ ਰੱਖਣੀ ਐ।
ਬੀਬੀ ਜੇ ਤੂੰ ਕਹਿੰਦੀ ਆ ਤੇ ਫਿਰ ਰੱਖ ਲੈ ਨਾ ਅੱਖ ਬੇ ਹੱਥ ਵੇ ਨਾ ਤੇਰੇ ਮੂਹਰੇ ਤੂੰ ਨਾ ਕੋਈ ਕਾਰਾ ਕਰਦੀ ਸ਼ਾਂਤੀ ਦੀ ਬਿੜਕ ਰੱਖਣੀ ਹੈ ਜੇ ਦੋਨੋਂ ਇਕੱਠੇ ਬਾਹਰ ਨਿਕਲੇ ਨਾ ਫਿਰ ਹੱਥ ਨਹੀਂ ਆਉਣੇ ਠੀਕ ਹੈ ਬੀਬੀ ਹਾਂਜੀ ਸਰ ਅੱਛਾ ਬਈ ਇੱਦਾਂ ਕਰ ਦੋ ਚਾਵਾਂ ਲੈ ਕੇ ਵੀਰ ਬਣ ਕੇ ਤੱਤੀਆਂ ਤੱਤੀਆਂ ਜੀਆਂ ਓਕੇ ਸਰ ਅੱਛਾ ਗੱਲ ਸੁਣ ਜੀ ਦੋ ਮੱਠੀਆਂ ਲੈ ਆਈ ਯਾਰ ਸਰ ਮੱਠੀਆਂ ਹੈ ਨਹੀਂ ਸਰ ਸੋਰੀ ਚੱਲ ਫਿਰ ਚਾਹ ਲੈ ਜਾ ਕੇ ਵੇਖੋ ਜੀ ਤਰੀਕਾਂ ਤਰੂਕਾਂ ਤੇਰੇ ਜਾਂਦੇ ਰਹੀਦਾ ਔਰ ਡੇਟਾਂ ਟੂਟਾਂ ਦਾ ਪਤਾ ਹਿਸਾਬ ਨੀਗਾ ਜੀ ਪਹਿਲੀ ਵਾਰੀ ਆਇਆ ਮੈਂ ਸੋਰੀ ਸਰ ਸੋਰੀ ਕੋਈ ਨੀ ਪਾਣੀ ਆ ਹਾਂਜੀ ਪਾਣੀ ਆ ਚਲੋ ਹੁਣ ਆਪਣਾ ਵਿਆਹ ਤਾਂ ਹੋਣੀ ਆ ਜੀ ਸੱਚ ਦੱਸਿਆ ਪਹਿਲਾਂ ਹੀ ਚੰਗਾ ਹੁੰਦਾ ਆਪਾਂ ਰਾਤ ਨੂੰ 3-4 ਪੈਗ ਦੇਸੀ ਦੇ ਲਾ ਕੇ ਤਾਂ ਕਿਤੇ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਆ ਫੇਰ ਨਾ ਕਿ ਦੱਸਿਆ ਨੀ ਕੋਈ ਨੀ ਇੱਧਰ ਵੀ ਵੋਡਕਾ ਹੀ ਚੱਲਦੀ ਆ ਨਾਲੇ ਕੁੱਕੜ ਤੋਂ ਬਣਾ ਰੋਟੀ ਨੀ ਖਾਂਦਾ ਮੈਂ ਲੌਬਸਟਰ ਟਰਾਈ ਕੀਤਾ ਕੇਕੜਾ ਖਾਧਾ ਉਹ ਮੈਨੂੰ ਨਾ ਮੱਛੀ ਬੜੀ ਸਵਾਦ ਲੱਗਦੀ ਨਾਲੇ ਆ ਸੂਟ ਜੇ ਨਹੀਂ ਵਧੀਆ ਲੱਗਦੇ ਮੈਨੂੰ ਜੀਨਾਂ ਪਾਉਣੀਆਂ ਪਿਆ ਕਰਨੀਆਂ ਆ ਆ ਕੌਣ ਪਾਊਗਾ ਮੈਂ ਤੇ ਬਸ ਨਿੱਕਰਾਂ ਹੀ ਪਾਊਂਗੀ ਲੈ ਆ ਗਿਆ ਤੇਰਾ ਨੋਢੀ ਖਾਂ ਆ ਗਿਆ ਬੜਾ ਚਿਰ ਲਾਤਾ ਕਿਵੇਂ ਆ ਪੁੱਤ ਸਾਡੀ ਨੂੰਹ ਰਾਣੀ ਸ਼ਰਾਬਾਂ ਪੀਂਦੀ ਅਗਲੀ ਸਵੇਰੇ ਸ਼ਾਮੀ ਫਿਰ ਕੀ ਹੋਇਆ ਇਹਦੀ ਬੇਬੇ ਫੀਮ ਖਾਂਦੀ ਸੀ ਬੁੜੀ ਸਾਨੂੰ ਕੀ ਕਹਿੰਦੀ ਜਵਾਕੜੀ ਬੇਬੇ ਏਡੇ ਏਡੇ ਕੋਈ ਕੱਪੜੇ ਪਾਉਂਦੀ ਨਹੀਂ ਇਦੋਂ ਵੱਡੇ ਨਹੀਂ ਪਾਉਂਦੀ ਬੇਬੇ ਸੌਂ ਲੱਗੇ ਨਾਲੇ ਕਹਿੰਦੀ ਮੈਂ ਨਹੀਂ ਸੂਟ ਸਾਟ ਪਾਉਣੇ ਮੈਨੂੰ ਗਰਮੀ ਲੱਗਦੀ ਸੂਟਾਂ 'ਚ ਤੁਸੀਂ ਦੋਨਾਂ ਨੇ ਤਾਂ ਪਾਏ ਆ ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ ਸਾਡੀ ਗੱਲ ਛੱਡ ਪੁੱਤ ਜਮਾਨੇ ਨਾਲ ਤੁਰਨਾ ਹੀ ਪੈਂਦਾ ਫਿਰ ਕੀ ਹੋਇਆ ਪਿੰਡ ਵਾਲਾਂ ਦਾ ਜੀ ਲਾਈ ਰੱਖੂਗੀ ਬੇਬੇ ਸ਼ਰਮ ਕਰ ਲੈ ਮਾੜੀ ਮੋਟੀ ਓਏ ਬਾਪੂ ਸਾਰਾ ਦਿਨ ਡੁੰਨ ਵੱਟਾ ਬਣਿਆ ਰਹਿੰਦਾ ਕਦੇ ਕੁਛ ਕਹਿ ਲਿਆ ਕਰ ਰੋਟੀ ਖਾ ਲਾ ਕੇ ਮੈਂ ਨਹੀਂ ਖਾਣੀ ਖੇ ਸੁਆਹ ਖਾ ਕੇ ਆਇਆ ਹੁਣ ਸਾਨੂੰ ਚਾਰਦਾ ਮੈਂ ਤਾਂ ਇਹਦੇ ਪੋਤੜੇ ਧੋ ਨਹੀਂ ਰਹੀ ਹਾਂ ਭੋਲੇ ਓਏ ਭੋਲੇ ਓਏ ਕੁੜੀ ਕਾਹਦੀ ਹੈ ਵੀਰੇ ਬੰਬ ਹੈ ਬੰਬ ਨਿਰਾ ਪਟਾਕਾ ਪੂਰੀਆਂ 35 ਪੜੀ ਹੈ ਨਾਲੇ ਚੰਡੀਗੜ੍ਹ ਰਹਿੰਦੀ ਰਹੀ ਹੈ ਇੰਡੀਪੈਂਡੈਂਟ ਫਲੈਟ 'ਚ ਜਿੱਥੇ ਚਾਹੇ ਦੀ ਅੱਧੀ ਰਾਤ ਆਈ ਜਾਓ ਕੋਈ ਚੱਕਰ ਨਹੀਂ ਹੈ ਪੂਰਾ ਮੁੱਲ ਮੋੜਿਆ ਆਪਣੇ ਕੋ ਕਰਦਿਆਂ ਦੇ ਪੈਸੇ ਦਾ ਆਹੋ ਆਪਾਂ ਤਾਂ ਪਟਵਾਰੀ ਲੱਗੇ ਬੈਠੇ ਹਾਂ ਨਾ ਬਹੁਤ ਤਨਖਾਹਾਂ ਭੇਜਦੀਆਂ ਕਰਦਿਆਂ ਨੂੰ ਭੋਲੇ ਤੈਨੂੰ ਤਾਂ ਚੱਕਣੀ ਇਹ ਪਸੰਦ ਵੀ ਬਾਹਲੀਆਂ ਨੇ ਓਏ ਤੂੰ ਚਲਾ ਕੇ ਦੇਖਾਂ ਚੱਕਾ ਸ਼ਾਇਦ ਬਣ ਜੇ ਗੱਲ ਅੱਛਾ ਇਹੋ ਜਿਹਾ ਚੱਕਰ ਨਹੀਂ ਆ ਸੋਹਣੀ ਬਹੁਤ ਹੈ ਤੂੰ ਐਂ ਕਰ ਮੈਨੂੰ ਕੋਠੇ ਤੋਂ ਧੱਕਾ ਹੀ ਦੇ ਦੇ ਥੱਲੇ ਥੱਲੇ ਜਾਂਦਾ ਤਾਂ ਤੇਰੀ ਦਾਦੀ ਗੱਲ ਗੱਲ ਤੇ ਪਿਸਤੌਲ ਕੱਢ ਲੈਂਦੀ ਹੈ ਇਹੋ ਜਿਹੀ ਉਹ ਹੋਣੀ ਤੂੰ ਤਾਂ ਆਪਦੇ ਦਾਦੇ ਵਰਗਾ ਹਾਲ ਕਰਨਾ ਚਾਹੁੰਦਾ ਮੇਰਾ ਓਏ ਪਾਈਆ ਕਿਤੇ ਰਹਿ ਗਿਆ ਤੇਰਾ ਦਾਦਾ ਤੇਰੀ ਦਾਦੀ ਦੀਆਂ ਝਿੜਕਾਂ ਖਾ ਖਾ ਕੇ ਮੈਨੂੰ ਤਾਂ ਪੂਰਾ ਯਕੀਨ ਹੈ ਤੇਰੀ ਦਾਦੀ ਵੀ ਇਹਦੇ ਨਾਲ ਦੀ ਹੈ ਹੋਣੀ ਜਵਾਨੀ ਵੇਲੇ ਬਸ ਸਾਲੀ ਆਹੀ ਯਾਰੀ ਸੀ ਇੰਨਾ ਕੁ ਵੀ ਨਹੀਂ ਕਰ ਸਕਦਾ ਭਰਾ ਦੇ ਪਿਆਰ ਲਈ ਟੱਟੂ ਦਾ ਪਿਆਰ ਹੈ ਇਹ ਅਖੇ ਕੱਟੇ ਦਾ ਬਲਦ ਬਣੋਈਆ ਉਹ ਤਾਂ ਤੈਨੂੰ ਕਰਦੀ ਨਹੀਂ ਤੂੰ ਹੀ ਆਪਦੀਆਂ ਫੀਲਿੰਗਾਂ ਲਈ ਫਿਰਦਾ ਉਹਦੇ ਨਾਲ ਯਾਰ ਮੈਂ ਤਾਂ ਕਰਦਾ ਯਾਰ ਪਿਆਰ ਤਾਂ ਮੈਂ ਵੀ ਨੀਰੂ ਬਾਜਵਾ ਨੂੰ ਬਹੁਤ ਕਰਦਾ ਪਰ ਸਵਾਦ ਤਾਂ ਜੇ ਨੀਰੂ ਬਾਜਵਾ ਵੀ ਕਰੇ ਮੈਨੂੰ ਗੱਲ ਤਾਂ ਤੇਰੀ ਠੀਕ ਹੈ ਪਹਿਲਾਂ ਮਨਰਾਜ 'ਤੇ ਮੱਥਾ ਮਾਰ ਲਈ ਵੱਡੀ ਛੋਟੀ ਤੋਂ ਬਾਅਦ ਚਾਪੇ ਕਰ ਲਵਾਂਗੇ
ਬੇਬੇ ਬੇਬੇ ਤੂੰ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੀ ਰਹੀ ਹੈ? ਕਿਉਂ? ਰਾਤ ਨਾ ਮੈਂ ਇੱਕ ਫਿਲਮ ਦੇਖੀ ਸੀ, ਉਹਦੇ ਵਿੱਚ ਇੱਕ ਖੜੂਸ ਜੀ ਬੁੜੀ ਸੀ, ਗੁਲਾਬੋ ਮਾਸੀ ਬਣੀ ਹੋਈ, ਜੋ ਵੀ ਬੇਬੇ ਤੇਰੇ ਵਰਗੀ। ਬੇ ਤੈਨੂੰ ਮੈਂ ਫਿਲਮਾਂ ਦੇਖਣ ਵਾਸਤੇ ਰੱਖਿਆ? ਬੇਬੇ ਜਰਾ ਓ ਬੇਬੇ ਜਰਾ ਆਇਆ। ਹਾਂਜੀ ਬੀਬੀ। ਹਾਂਜੀ ਦਾ ਲੱਗਦਿਆ ਆ ਤੇਰਾ ਪਿਓ ਗਿਆ ਤੇਰੀ ਮਾਂ ਮਗਰ। ਓ ਪਰ ਬੀਬੀ ਪਿਓ ਤਾਂ ਆ ਬੈਠਾ। ਹਟੇ ਹੁਣ ਤੇਰੇ ਜਨ ਜਾਂਦੀ। ਤੈਨੂੰ ਪਤਾ ਵੀ ਕਿੱਥੇ ਗਏ ਨੇ? ਮੈਥੋਂ ਕਿਹੜਾ ਵੀਜ਼ਾ ਲਵਾ ਕੇ ਗਿਆ? ਤੈਨੂੰ ਸਭ ਪਤਾ ਹੈ, ਤੂੰ 100 ਕੁੱਤਿਆਂ ਦਾ ਕੁੱਤਾ ਹੈ। ਮੈਂ ਤੇਰੇ ਮੂਹਰੇ ਹੱਥ ਜੋੜਦੀ ਆ, ਇਹ ਰਿਸ਼ਤਾ ਸਿਰੇ ਚੜਾ ਦੇ, ਨਹੀਂ ਤਾਂ ਪਹਿਲੀ ਗੋਲੀ ਮਾਰੂ ਮੈਂ ਤੇਰੀ ਬੁੜਬੁੜੀ 'ਚ, ਦੂਜੀ ਮਾਰੂ ਮੈਂ ਆਪਦੇ। ਮੇਰਾ ਨਾਂ ਦਲੀਪ ਕੌਰ ਹੈ, ਮੈਂ ਨੱਕ ਮੜਾ ਕੇ ਨਹੀਂ ਜਿਉਂ ਸਕਦੀ। ਮੁੰਡਿਆਂ ਨੂੰ ਜਮਾ ਸ਼ਰਮ ਨਹੀਂ, ਕੁੜੀਆਂ ਦੇ ਮਗਰ ਭੱਜੇ ਹੀ ਭੱਜੇ ਫਿਰਦੇ ਨੇ। ਆਕੜ ਵੀ ਬਣਾ ਮੈਨੂੰ, ਮੈਨੂੰ ਉਠਾਈ ਜ਼ਰਾ, ਕਿਤੇ ਤੈਨੂੰ ਮੈਂ ਗੋਦੀ ਦਾ ਚੱਕ ਲਾਂ। ਆਪੇ ਖੜਾ ਹੋ ਜਾ, ਬੂਹ ਮੈਂ ਭਰ ਜਾ, ਕੱਟਾ ਚੁੰਘੀ ਜਾਂਦਾ। ਹੌਸਲਾ ਰੱਖ ਪੁੱਤ, ਰੱਬ ਦੇ ਲਿਖੇ ਨੂੰ ਕੌਣ ਟਾਲ ਸਕਦਾ? ਹੁਣ ਉਹੀ ਆ ਜੋ ਉਹਨੇ ਲਿਖਿਆ। ਚਾਚੇ ਨੂੰ ਕੀ ਹੋ ਗਿਆ? ਜੀ ਆਇਆਂ ਨੂੰ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਈ। ਉਹ ਲਿਆਓ ਵੀ ਕੋਈ ਚਾਹ ਪਾਣੀ, ਕਿਹੜਾ ਪ੍ਰਾਹੁਣਾ ਆਇਆ ਆਪਣਾ। ਨਹੀਂ ਜੀ, ਬਸ ਮੈਂ ਤਾਂ ਕਾਲਜ ਚੱਲਿਆ ਸੀ, ਮੈਂ ਸੋਚਿਆ ਮੈਂ ਰਾਜ ਨੂੰ ਵੀ ਨਾਲ ਹੀ ਲੈ ਚੱਲਾਂ, ਵਿਚਾਰੀ ਗੱਲੀ ਕਿੱਥੇ ਬੱਸਾਂ 'ਚ ਧੱਕੇ ਖਾਊਗੀ। ਤਾਇਆ ਜੀ ਮੈਂ ਬੱਸ 'ਤੇ ਹੀ ਠੀਕ ਹਾਂ। ਉਹ ਪੁੱਤ ਬੱਸ ਨੂੰ ਕੀ ਹੈ, ਆਪਣਾ ਹੀ ਮੁੰਡਾ ਹੈ, ਕਿਹੜਾ ਉਪਰਾ ਹੈ, ਜਵਾਈ ਹੈ ਆਪਣਾ। ਹਾਂਜੀ, ਨਾਲੇ ਤੁਹਾਨੂੰ ਤਾਂ ਪਤਾ ਹੀ ਹੈ ਜੀ, ਅੱਜ ਕੱਲ੍ਹ ਦੀ ਮੜੀਰ ਦਾ ਐਵੇਂ ਕੁੜੀਆਂ ਨੂੰ ਵੇਖ ਕੇ ਪਿੱਛੇ ਪੈ ਜਾਂਦੇ ਆ। ਆ ਜਾਓ, ਜੇ ਲੇਟ ਹੋ ਗਏ ਤਾਂ ਕਲਾਸ ਮਿਸ ਹੋ ਜੂਗੀ। ਹਾਂ ਹਾਂ ਮਨਰਾਜ ਬੈਠ ਪੁੱਤ। ਹਾਂ ਹਾਂ ਠੀਕ ਤਾਂ ਕਹਿ ਰਹੇ ਜੀਜਾ ਜੀ, ਜਾ ਮਨਰਾਜ ਚਲੀ ਜਾ ਤੂੰ। ਹਾਂ ਹੁਣ ਵੀ ਤਾਂ ਬੈਠੀ ਹਾਂ, ਨਾ ਚਿੱਟਾ ਨਾ ਕਾਲਾ ਕੋਈ ਵੈਲ ਨਹੀਂ ਪਤਾ, ਇਕੱਲਾ ਕਹਿ ਰਿਹਾ ਮੁੰਡਾ ਮਾਪਿਆਂ ਦਾ, ਨਾ ਕੋਈ ਦਰਾਣੀ ਨਾ ਜਠਾਣੀ, ਨਾਲੇ 5-7 ਕੁੜੀਆਂ ਪੱਕਾ ਗੋਡਿਆਂ ਸਿਰ ਦੇ ਕੇ ਰੋਂਦੇ, ਹੁਣ ਵੀ ਮੈਂ ਤੇਰੇ ਪਿੱਛੇ ਹਾਂ ਯਾਰ, ਦੱਸ ਕਮੀ ਕੀ ਹੈ ਮੇਰੇ 'ਚ? ਹੋਣ ਵਾਲਾ ਜੀਜਾ ਤੂੰ ਮੇਰਾ, ਹੁਣ ਬਾਲੀ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਆ। ਲੈ ਮੈਂ ਇੱਡਾ ਸੋ ਲੰਘਾ, ਮੈਂ ਨਾ ਤੇਰੀ ਭੈਣ ਨਾਲ ਵਿਆਹ ਕਰਾਵਾਂ ਅੱਜ ਅਤੇ ਨਾ ਕਰਾਵਾਂ ਕੱਲ੍ਹ, ਮੈਂ ਵੇਖ ਲੂੰਗਾ ਜੋ ਹੁੰਦਾ ਤੁਹਾਡੇ ਤੋਂ ਕਰ ਲਿਓ, ਅਤੇ ਨਾਲੇ ਦਾਜ ਲਈ ਤੰਗ ਕਰਾਂਗੇ ਲਹਿਦਾ, ਨਾਲੇ ਤੀਜੇ ਦਿਨ ਝੋਲਾ ਚੱਕ ਕੇ ਤੋਰੂੰਗਾ ਮੈਂ, ਲਾ ਲਿਓ ਹਿਸਾਬ, ਸਾਰੇ ਟੱਬਰ ਨੂੰ ਟਿੰਡੀ ਵਾਲੇ ਵੀ ਤੇ ਨਾ ਚਾੜਦਾ, ਮੈਨੂੰ ਵੀ ਫਿਰ ਤੁਸੀਂ ਨਿੱਕਾ ਨਾ ਕਿਹੋ। ਮੋਟਰਸਾਈਕਲ ਰੋਕ, ਮੈਂ ਕਹਿੰਦੀ ਰੋਕ ਮੋਟਰਸਾਈਕਲ। ਤੂੰ ਕੀ ਸਮਝਦਾ ਆਪਣੇ ਆਪ ਨੂੰ, ਸਾਡੀ ਕੋਈ ਇੱਜ਼ਤ ਨਹੀਂ ਹੈਗੀ? ਮੇਰੀ ਭੈਣ ਸਿਧਰੀ, ਤੂੰ ਬਾਲਾ ਸਿਆਣਾ ਆ। ਮੈਂ ਮਜ਼ਾਕ ਕਰਦਾ ਸੀ ਯਾਰ। ਤੈਨੂੰ ਪੰਡਿਤ ਨੇ ਕਿਹਾ ਸੀ ਮੇਰੇ ਘਰ ਰਿਸ਼ਤਾ ਲੈ ਕੇ ਆਉਣ ਲਈ? ਭੋਲਾ ਪੰਡਿਤਾਂ ਦਾ ਮੁੰਡਾ ਹੀ ਹੈ ਵੈਸੇ, ਉਹਨੇ ਦਿੱਤੀ ਸਕੀਮ। ਜ਼ਿਆਦਾ ਡਰਾਮਾ ਨਹੀਂ, ਹਰ ਚੀਜ਼ ਨਾ ਮਜ਼ਾਕ ਨਹੀਂ ਹੁੰਦੀ। ਜੇ ਤੂੰ ਰਿਸ਼ਤਾ ਤੋੜ ਦੇਗਾ ਮੇਰੀ ਭੈਣ ਕੀ ਸੋਚੂਗੀ, ਨਾਲੇ ਪਿੰਡ 'ਚ ਕੀ ਇੱਜ਼ਤ ਰਹਿ ਜੂਗੀ ਸਾਡੀ?
ਮੈਂ ਨਾ ਹੱਥ ਜੋੜਦੀ ਹਾਂ ਤੇਰੇ ਅੱਗੇ, ਏਦਾਂ ਦੀ ਗਲਤੀ ਨਾ ਕਰੀ ਪਲੀਜ਼। ਨਾਲੇ ਹਰ ਚੀਜ਼ ਤੇਰੀ ਮਰਜ਼ੀ ਨਾਲ ਨਹੀਂ ਹੋਊਗੀ। ਹੁਣ ਤੂੰ ਤਾਂ ਪਤੰਦਰਾ ਫਿਰ ਜਮੀ ਕੋ ਗੱਜਤ ਕਰਾਇਆ ਹੈ। ਮੈਂ ਲੱਗਦਾ ਤੂੰ ਦੁਨੀਆਂ ਦਾ ਪਹਿਲਾ ਆਸ਼ਕ ਹੋਵੇਗਾ ਜਿਹੜਾ ਆਪਣੀ ਮਸ਼ੂਕ ਦੀ ਭੈਣ ਨਾਲ ਵਿਆਹ ਕਰਾਊਗਾ। ਹੁਣ ਤਾਂ ਤੂੰ ਅੰਮ੍ਰਿਤਾ ਵਿਰਕ ਵਾਂਗੂ ਗੀਤ ਗਾਉਂਦਾ ਫਿਰੀ। ਓ ਮਸ਼ੂਕ ਮੇਰੀ ਸਾਲੀ ਬਣ ਗਈ। ਨਹੀਂ ਚੱਲ ਸਵਾਦ ਗੰਜਰਾ, ਮੈਂ ਬਰਫ਼ 'ਚ ਲੱਗਿਆ ਪਿਆ ਯਾਰ, ਨਹੀਂ ਢੰਗ ਨਾਲ ਗੱਲ ਕਰਨੀ ਆਉਂਦੀ, ਮੈਂ ਕੀ ਕਰਾਂ ਯਾਰ। ਪਿਆਰ ਤਾਂ ਸੱਚਾ ਕਰਦਾ ਕਿ ਨਹੀਂ? ਮੈਂ ਕਰਾਉਣੀ ਆ ਤੁਹਾਨੂੰ ਸੱਚਾ ਪਿਆਰ, ਪਿਆਰ ਹੀ ਜਾਂਦਾ ਮੇਰੇ ਪਿਓ ਦੇ ਕੁਛ ਲੱਗਦੇ ਹੋ ਭਾਈ ਜੋ। ਗੱਬਰ ਸਿੰਘ ਆ ਗਿਆ, ਕੀ ਲੱਛਣ ਕਰਦੇ ਫਿਰਦੇ ਨੇ। ਓ ਵਾਹਿਗੁਰੂ। ਨਾ ਹੁਣ ਤੂੰ ਕਿੱਧਰ ਨੂੰ ਤੁਰ ਪਿਆ? ਪੰਜਾਬ ਕਰਨ ਚੱਲਿਆ ਸੀ। ਸੂਰਜ ਖੜੇ ਨਹੀਂ ਜਾਇਆ ਜਾਂਦਾ ਤੇਰੇ ਤੋਂ? ਜੇ ਠੋਕਰ ਖਾ ਕੇ ਡਿੱਗ ਪਿਆ ਮੈਂ ਉਹ ਕਬੂਤਰ ਨੂੰ ਸਾਂਭੂਗੀ ਕਿ ਤੇਰਾ ਟਕੋਰਾ ਕਰਦੀ ਫਿਰੂੰਗੀ? ਸਾਂਝ ਕਰਕੇ ਇੱਕ ਚਪਾਉਣ ਵਾਲਾ ਮਰਿਆ ਨਹੀਂ, ਦੂਜਾ ਜਵਾਕ ਖੜਾ ਹੋ ਗਿਆ, ਮਾਰ ਲਈ ਮੈਂ ਇਹਨਾਂ ਨੇ। ਓ ਫੁੱਫੜਾ। ਕਿਵੇਂ ਛੱਡੂ? ਠੀਕ ਆ। ਭੂਆ ਕਿੱਥੇ ਤੇਰੀ? ਓਏ ਤੇਰੇ ਵਾਲੀ ਤਾਂ ਘਰੇ ਸੁੱਤੀ ਪਈ ਆ। ਛੋਟੀ ਕਿੱਥੇ? ਕਾਲਜ ਗਈ ਹੋਈ ਆ। ਘਰੇ ਨਾ ਦੱਸੋ ਚੰਗਾ, ਚਾਕਲੇਟ ਦਊਂਗਾ ਆ ਕੇ। ਫੁੱਫੜ ਦੇ ਲੱਛਣ ਠੀਕ ਨਹੀਂ ਲੱਗਦੇ ਮੈਨੂੰ। ਚੱਲ ਮਨਰਾਜ, ਬਸ ਆ ਗਈ। ਇੱਕ ਮਿੰਟ। ਚਲੋ ਬਈ, ਸ਼ੇਰਪੁਰ ਰੋਣ ਦੀ ਸਵਾਰੀ ਨਾ ਬੈਠੀ ਰਹਿ ਜਾਵੇ ਕੋਈ। ਤਾਂ ਕਾਲੀ ਬਾਲੀ ਰਹਿੰਦੀ ਹੈ ਯਾਰ। ਚੱਲ ਬਈ ਚੱਲ, ਤੋਰ ਲੈ ਗੱਡੀ। ਮਨਰਾਜ ਗੱਲ ਤਾਂ ਸੁਣ ਲਾ, ਤੇਰੀ ਗੱਲਾਂ 'ਚ ਨਹੀਂ ਆਉਣ ਵਾਲੀ, ਮੈਂ ਅੱਜ ਦੀ ਕੁੜੀ ਹਾਂ। ਯਾਰ ਮੈਂ ਕਿਹੜਾ ਸਿੰਧੂ ਘਾਟੀ ਵੇਲਦਾ, ਮੈਂ ਵੀ ਤਾਂ ਅੱਜ ਦਾ ਹੀ ਹਾਂ। ਸਾਲੀ ਬਣ ਕੇ ਹੀ ਸੁਣ ਲਾ, ਘੜੀ 'ਤੇ ਵੇਖ ਕੇ ਇੱਕੋ ਮਿੰਟ ਬਸ। ਅੱਜ ਕੰਪਿਊਟਰ ਦੀ ਕਲਾਸ 'ਚ ਬਹੁਤ ਬੋਰ ਮੈਂ ਵੀ ਯਾਰ। ਅੱਛਾ ਹਾਂ ਸੱਚ, ਭੈਣ ਦੇ ਸੂਟ ਪੜਨੇ ਬਾਜ਼ਾਰੋਂ, ਆਪਾਂ ਫੇਰ ਚੱਲਦੇ ਹਾਂ। ਹਾਂ ਕੋਈ ਰਿਕਸ਼ਾ ਕੀ ਭਾਈ? ਚੱਲ ਬੈਠ। ਖਿੱਚਦੇ ਵੀ ਰਮਣ ਕੇ ਭਜਾਲਾ। ਉਹ ਤੂੰ ਰਿਕਸ਼ਾ ਰੋਕ, ਮੈਂ ਪੈਸੇ ਨਹੀਂ ਦੇਣੇ। ਸਰਦਾਰਾ ਦੱਬੀ ਰੱਖ ਪੈਸੇ ਜਿਹਨੇ ਮਰਜ਼ੀ ਵੀ ਰਮਣ ਕੇ। ਤੂੰ ਰਿਕਸ਼ਾ ਰੋਕ ਯਾਰ, ਇੱਕ ਵਾਰੀ ਗੱਲ ਤਾਂ ਸੁਣ ਲੈ ਪਲੀਜ਼। ਪਲੀਜ਼ ਉੱਤਰ ਜਾ, ਕਿਉਂ ਜਲੂਸ ਕਢਾ ਰਿਹਾ? ਕੋਈ ਦੇਖ ਲੂਗਾ? ਸੋਹਣੀ ਜੋੜੀ ਕੌਣ ਨਹੀਂ ਦੇਖਦਾ, ਉਹ ਆਪਾਂ ਜੱਚਦੇ ਵਾਲੇ ਆ। ਨਾਲੇ ਤੂੰ ਲੋਕਾਂ ਤੋਂ ਫੜੀ ਲੈਣੀ ਆ। ਕਮਲੀਆ ਇੰਨਾ ਸੁਨੱਖਾ ਮੁੰਡਾ ਤੇਰੇ ਨਾਲ ਬੈਠਾ, ਹੋਰਾਂ ਨਿਗਾਹ ਉਹਦੇ ਤੇ ਵੀ ਮਾਰ ਲਾ। ਯਾਰ ਮੇਰਾ ਤਰੀਕਾ ਗਲਤ ਹੋ ਸਕਦਾ ਪਰ ਪਿਆਰ ਤਾਂ ਸੱਚਾ ਕਰਦਾ ਨਾ ਮੈਂ। ਮੈਨੂੰ ਪਤਾ ਤੇਰੇ ਘਰ ਰਿਸ਼ਤਾ ਨਹੀਂ ਸੀ ਭੇਜਣਾ ਚਾਹੀਦਾ, ਪਹਿਲਾਂ ਤੈਨੂੰ ਮਨਾਉਣਾ ਚਾਹੀਦਾ ਸੀ। ਅਸੀਂ ਜੱਟਾਂ ਨੇ ਤਾਂ ਇਹਦੇ ਨਾਲ ਹੀ ਜਿਉਣਾ ਹੁੰਦਾ, ਇਹਦੇ ਨਾਲ ਹੀ ਮਰ ਜਾਂਦੇ ਹਾਂ।
ਕੋਈ ਨਾ ਸਕਲਾਬਾਂ ਵਾਂਗੂ ਕੰਡੇ ਨਹੀਂ ਨਾ ਹੁੰਦੇ, ਪਰ ਨਾ ਕੰਡ ਹੁੰਦੀ ਹੈ ਮਾੜੀ ਮਾੜੀ। ਪੜ੍ਹ ਲਾ ਯਾਰ ਪਲੀਜ਼। ਚੱਲ ਜੇ ਨਹੀਂ ਰੱਖਣੇ ਘਰ ਜਾ ਕੇ ਆਟੇ ਭਿਆਲੀ। ਬਣ ਗਈ ਗੱਲ ਬਈ, ਰੋਕ ਦੇ ਗੱਡੀ, ਨਹੀਂ ਰਿਕਸ਼ਾ। ਲੈ ਵੀ ਸਰਦਾਰਾ ਰੋਕ ਦੇ। ਧਿਆਨ ਰੱਖੀ ਨਹੀਂ ਸੱਚ, ਗੁੱਸੇ ਰਹਿ ਭਾਵੇਂ ਰਾਜ਼ੀ ਰਹਿ, ਲੈਣੀਆਂ ਤੇਰੇ ਨਾਲ ਲਾਵਾਂ ਹੀ ਆ, ਰੀਬਨ ਨਹੀਂ ਕਟਾਉਣਾ ਤੇ ਇੱਥੋਂ। ਚੱਲ ਜਾ ਕਰਦੀ ਹੈ। ਕੁਛ ਨਹੀਂ, ਨਹੀਂ ਸਿਰੇ ਤੈਨੂੰ ਸੱਚੀ ਉਹ ਮੁੰਡਾ ਪਸੰਦ ਨਹੀਂ ਆ। ਪਸੰਦ ਦੀ ਗੱਲ ਨਹੀਂ ਹੈ, ਐ ਥੋੜ੍ਹੀ ਵਿਆਹ ਹੁੰਦਾ, ਘਰ ਦੇ ਤਾਂ ਆਪਣੇ ਹਿਸਾਬ ਨਾਲ ਲੱਗੇ ਹੋਏ ਆ। ਕੋਈ ਮੁੰਡਾ ਹੋਵੇ ਆਪਣੀ ਬੁਲੇਟ 'ਤੇ ਤੁਹਾਡੇ ਅੱਗੇ ਪਿੱਛੇ ਗੇੜੀ ਮਾਰੇ, ਚੱਕਰ ਕੱਟੇ, ਪੰਜ ਸੱਤ ਮੁੰਡਿਆਂ ਨਾਲ ਲੜੇ, ਜਿਹਦੇ ਵਾਸਤੇ ਤੁਹਾਡੇ ਤੋਂ ਬਾਅਦ ਕੁਛ ਨਾ ਹੋਵੇ, ਤੁਹਾਨੂੰ ਪਿਆਰ ਕਰੇ। ਘਰਦਿਆਂ ਦੀ ਮੰਨੋ ਨਾ ਤਾਂ ਹਮੇਸ਼ਾ ਥੱਲੇ ਹੀ ਲੱਗ ਕੇ ਰਹਿਣਾ ਪਊਗਾ। ਦਾਲ ਲਿਆ, ਰੋਟੀ ਲਿਆ, ਐਂ ਜ਼ਿੰਦਗੀ ਰਹਿ ਜਾਂਦੀ। ਰੋਟੀ ਬਣਾ ਦੇ ਹੁਣ। ਚੱਲ ਚੱਲਦੇ ਹਾਂ, ਮੈਂ ਆਉਂਦੀ ਹਾਂ। ਗੁਲਾਬਾਂ ਵਾਂਗੂ ਕੰਡੇ ਨਹੀਂ ਨਾ ਹੁੰਦੇ, ਨਾ ਕੰਡ ਹੁੰਦੀ ਹੈ ਮਾੜੀ ਮਾੜੀ, ਗੁੱਸੇ ਰਹਿ ਭਾਵੇਂ ਰਾਜ਼ੀ ਰਹਿ, ਲੈਣੀਆਂ ਤੇਰੇ ਨਾਲ ਲਾਵਾਂ ਹੀ ਆ। ਚੱਲ ਜੇ ਨਹੀਂ ਰੱਖਣੇ ਘਰ ਜਾ ਕੇ ਆਟੇ ਭਿਆਲੀ। ਹੈਲੋ, ਮਨਰਾਜ ਬੋਲਦੀ ਆ। ਕੌਣ ਮਨਰਾਜ? ਮਨਰਾਜ। ਹਾਂਜੀ ਹਾਂਜੀ, ਗੱਲ ਕਰਨੀ ਹੈ ਤੇਰੇ ਨਾਲ, ਮਿਲ ਸਕਦਾ? ਆ ਗਿਆ ਆ ਗਿਆ, 5 ਮਿੰਟ ਚ ਆ ਗਿਆ। ਲੈ ਭੋਲੇ ਪਾਣੀ ਪੀ ਲਓ। ਖੜ ਜਾਓ, ਤੇਰੀ ਜਾਗ ਤੈਨੂੰ ਥੋੜੀ ਬੁੜੀ ਨਹੀਂ ਟਿਕਣ ਦਿੰਦੀ, ਸੁੱਤਾ ਪੈ ਨੂੰ ਤੂੰ ਖੜ ਜਾ। ਆ ਸਭ ਠੀਕ ਨਹੀਂ ਆ ਯਾਰ, ਜੋ ਹੋ ਰਿਹਾ ਉਹ ਕਿਹੜਾ ਬੜਾ ਵਧੀਆ ਹੋ ਰਿਹਾ ਯਾਰ, ਤੂੰ ਆਪ ਸੋਚ, ਤੇਰੀ ਭੈਣ ਨਾਲ ਵਿਆਹ ਕਿਵੇਂ ਕਰਾਲਾ ਮੈਂ? ਫਿਰ ਹੁਣ ਤਾਂ ਤੈਨੂੰ ਹੀ ਪਤਾ, ਨਾਲੇ ਯਾਰ ਜੇ ਕੋਈ ਤੂੰ ਹੱਥ ਪੱਲਾ ਫੜਾਵੇਂ ਤੇਰੇ ਘਰ ਦਾ, ਤਾਂ ਮੈਂ ਆਪੇ ਬਣਾ ਲੈਣਾ, ਨਾਲੇ ਤੇਰੇ ਘਰ ਦਾ ਇੰਪ੍ਰੈਸਿਵ ਆ ਤਾਂ ਮੇਰੇ ਤੋਂ। ਅੱਛਾ ਇੱਕ ਗੱਲ ਦੱਸ, ਇਹੋ ਜਿਹਾ ਮੇਰੇ 'ਚ ਕੀ ਦੇਖਿਆ ਜੋ ਇੰਨੇ ਸਾਲਾਂ ਤੱਕ ਕਿਸੇ ਹੋਰ ਕੁੜੀ 'ਚ ਨਹੀਂ ਦੇਖਿਆ ਤੂੰ? ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਨਾ, ਮੇਰੀ ਬੇਬੇ ਨੇ ਮੇਰੀਆਂ ਭੈਣਾਂ ਨੂੰ ਨਰਮੇ ਦੀ ਛੱਟੀ ਦੇ ਲੀਰਾਂ ਬੰਨ ਕੇ ਗੁੱਡੀ ਬਣਾ ਕੇ ਦਿੱਤੀ ਸੀ।
ਤੇ ਨਾ ਸੂਈ ਧਾਗੇ ਨਾਲ ਤੋਪੇ ਲਾ ਕੇ ਉਹਦੇ ਨੱਕ ਬੁੱਲ ਬਣਾਏ ਸੀ। ਪਲਾਸਟਿਕ ਦੀਆਂ ਗੁੱਡੀਆਂ ਨਾਲੋਂ ਕਿਤੇ ਜ਼ਿਆਦਾ ਸੋਹਣੀ ਸੀ ਉਹ, ਅਤੇ ਮੇਰੀਆਂ ਭੈਣਾਂ ਮੇਰਾ ਉਹਦੇ ਨਾਲ ਵਿਆਹ ਕਰ ਦਿੰਦੀਆਂ ਸੀ। ਅਤੇ ਤੂੰ ਨਾ ਮੇਰੀ ਬੇਬੇ ਦੀ ਉਹ ਗੁੱਡੀ ਵਰਗੀ ਆ। ਵਿਆਹ ਤੋਂ ਬਾਅਦ ਆਪਾਂ ਘੁੰਮਣ ਜਾਵਾਂਗੇ? ਕੋਈ ਨਾ, ਮੈਂ ਮਿਲਾ ਲੂੰਗਾ ਬੇਬੇ ਨੂੰ। ਜਵਾਕਾਂ ਦੇ ਨਾਂ ਵੀ ਮੈਂ ਹੀ ਰੱਖੂੰਗੀ। ਪੱਕੇ ਤੂੰ ਰੱਖ ਲਈ, ਕੱਚੇ ਮੈਂ ਰੱਖੂੰਗਾ। ਅੱਛਾ ਚੱਲ ਠੀਕ ਹੈ, ਮੇਰੇ ਕਾਲਜ ਦਾ ਟਾਈਮ ਹੋ ਗਿਆ, ਮੈਂ ਚੱਲਦੀ ਹਾਂ। ਉਹ ਇੱਕ ਤਾਂ ਕਾਲੀ ਬਾਲੀ ਆ ਯਾਰ। ਓਏ ਹਾਂ ਤਾਂ ਕਰਦੇ ਯਾਰ। ਜਵਾਕਾਂ ਦੇ ਨਾਂ ਤਾਂ ਗੱਲ ਆ ਗਈ, ਹਲੇ ਵੀ ਹਾਂ ਦੀ ਲੋੜ ਆ? ਉਹ ਤਾਂ ਬੜਾ ਸਿਆਣਾ ਬਣਦਾ ਤੂੰ। ਮਜ਼ਾਕ ਤਾਂ ਨਹੀਂ ਕਰਦੀ ਯਾਰ, ਮੈਨੂੰ ਯਕੀਨ ਨਹੀਂ ਹੋ ਰਿਹਾ। ਗੱਲ ਕਰ ਲਈ, ਤੂੰ ਫਿਕਰ ਨਾ ਕਰ, ਮੈਂ ਆਪੇ ਸਾਂਭ ਲੂੰ। ਆ ਜੀਜਾ ਜੀ, ਲੰਘਿਓ ਲੰਘਿਓ, ਇੱਧਰ ਹੀ ਬਈ, ਆਓ ਆਓ। ਇਹ ਸਾਡਾ ਵੱਡਾ ਜਵਾਈ ਹੈ, ਕੁਛ ਦਿਨ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਅੱਛਾ ਅੱਛਾ। ਇਹ ਗੁਲਸ਼ੇਰ ਸਿੰਘ ਕੈਨੇਡਾ ਤੋਂ ਆਪਣੇ ਕਾਕੇ ਵਾਸਤੇ ਮਨਰਾਜ ਦੇ ਲਈ ਰਿਸ਼ਤਾ ਲੈ ਕੇ ਆਏ ਹੈ। ਭਾਬੀ ਐਵੇਂ ਕਿਵੇਂ? ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹਾਂ, ਮੈਂ ਨਹੀਂ ਮਿਲਣਾ ਕਿਸੇ ਮੁੰਡੇ ਨੂੰ। ਮਨਰਾਜ ਜਾਓ, ਮਨਰਾਜ ਨੂੰ ਤਿਆਰ ਕਰਕੇ ਲੈ ਕੇ ਆਓ। ਗੱਲ ਸੁਣੋ ਜੀ, ਮਨਰਾਜ ਕਹਿੰਦੀ ਉਹਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ। ਫੁੱਫੜਾ, ਪਾਪਾ ਬੁਲਾਉਂਦੇ ਆ। ਰੱਖ ਰੱਖ ਇੱਥੇ, ਇੱਕ ਲੈ ਲੈਂਦੇ। ਚੱਲ ਉੱਧਰ। ਹਾਂਜੀ ਬਾਈ। ਜੀਜਾ ਜੀ, ਹੁਣ ਸਾਡੀ ਇੱਜ਼ਤ ਤੁਹਾਡੀ ਇੱਜ਼ਤ ਹੈ, ਹੁਣ ਤੁਹਾਡੇ ਤੋਂ ਕਾਹਦਾ ਲੁਕੋ ਹੈ? ਆਪਣੀ ਮਨਰਾਜ ਦਾ ਚੱਕਰ ਹੈ ਕਿਸੇ ਮੁੰਡੇ ਨਾਲ, ਆਪਾਂ ਟੋਟੇ ਟੋਟੇ ਕਰ ਦੇਣੇ ਉਸ ਵੱਡੇ ਮਿਰਜ਼ੇ ਦੇ। ਨਾਮ ਤਾਂ ਨਹੀਂ ਦੱਸਿਆ ਉਹਨੇ? ਨਹੀਂ, ਹਜੇ ਤਾਂ ਨਹੀਂ ਦੱਸਿਆ। ਫਿਰ ਕੋਈ ਚੱਕਰ ਨਹੀਂ, ਮੇਰਾ ਮਤਲਬ ਪਹਿਲੋਂ ਜਿਹੜੇ ਆਇਆ ਉਹ ਕੰਮ ਨਿਬੇੜ ਲਈਏ, ਬਾਅਦ 'ਚ ਵੇਖ ਲਾਂਗੇ ਬਾਕੀ। ਆਹੋ ਚੱਲ ਠੀਕ ਹੈ ਵੀ। ਸਾਡੂ ਸਾਹਿਬ ਲੈ ਲਓ ਕੁਝ, ਇਹਦੇ ਨਹੀਂ ਭੱਜੀ ਚੱਲੀ, ਇੱਥੇ ਹੀ ਆ। ਪਸੰਦ ਹੈ ਜੀ? ਪਸੰਦ ਹੈ। ਅੱਛਾ ਜੀ, ਸਾਨੂੰ ਦਿਓ ਫਿਰ ਇਜਾਜ਼ਤ, ਅਸੀਂ ਕੈਨੇਡਾ ਜਾਣ ਤੋਂ ਪਹਿਲਾਂ ਮੰਗਣੀ ਕਰਕੇ ਜਾਵਾਂਗੇ। ਹਾਂਜੀ, ਜਿਵੇਂ ਤੁਸੀਂ ਠੀਕ ਸਮਝੋ ਜੀ। ਚੰਗਾ ਜੀ, ਚੱਲੀਏ ਫਿਰ। ਚਲੋ ਠੀਕ ਹੈ ਜੀ, ਆਜੋ ਜੀ, ਆਜੋ, ਆਓ ਆਓ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਕਰ ਗੱਲ। ਖੜ ਜਾ ਯਾਰ, ਇੱਥੇ ਟੋਟੇ ਟੋਟੇ ਵੱਢਣ ਦੀ ਗੱਲ ਕਰਦੇ। ਮੈਨੂੰ ਨਹੀਂ ਪਤਾ, ਹੁਣੇ ਗੱਲ ਕਰ। ਯਾਰ ਗੱਲ ਸੁਣਨੀ ਇਹਨਾਂ ਨੇ ਮੇਰੀ, ਅੱਗ ਤੇ ਸਾਲੇ ਨੂੰ ਕੈਨੇਡਾ ਤੇ ਲੱਗੀ ਆ। ਜੀਜਾ ਜੀ ਲਾਤਾ ਫੜੇ ਗਏ ਯਾਰ। ਹਾਂਜੀ ਬਾਈ, ਪੁੱਛੋ ਇਹਨੂੰ ਕੌਣ ਆ। ਉਹ ਕੌਣ ਹੈ ਮੁੰਡਾ? ਮਾੜੇ ਕੰਮ ਵੀਰਾਂ ਦੀ ਰੱਖੜੀ ਦਾ ਭੋਰਾ ਵੀ ਚੇਤਾ ਨਹੀਂ ਆਇਆ? ਕੌਣ? ਲੈ ਰੰਗ ਦੇਖੋ ਸਾਰਿਆਂ ਦੇ। ਵੀਰੇ ਮੈਂ ਤਾਂ ਮਜ਼ਾਕ ਕਰਦੀ ਸੀ, ਵੈਸੇ ਅੱਖਾਂ ਬਹੁਤ ਸੋਹਣੀਆਂ ਸੀਗੀਆਂ ਮੁੰਡੇ ਦੀਆਂ। ਕਿਹੜੇ ਸ਼ਹਿਰ ਤੋਂ ਸੀਗਾ? ਕੈਨੇਡਾ ਕਿ ਇੰਗਲੈਂਡ? ਜੀਜੇ ਤੈਨੂੰ ਕਿਵੇਂ ਲੱਗਿਆ? ਸੋਹਣਾ ਆ ਨਾ ਜੱਚੂਗਾ ਮੇਰੇ ਨਾਲ। ਫਿੱਟੇ ਮੂੰਹ ਤੇਰੇ ਇਹੋ ਜਿਹੇ ਦੇ, ਡਰਾ ਕੇ ਰੱਖਤਾ। ਡਰਾ ਹੀ ਦਿੱਤਾ ਸੀ ਮੈਨੂੰ ਤਾਂ। ਨਿੱਕਿਆ ਬੇ ਨਿੱਕਿਆ, ਓ ਕੀ ਆ ਯਾਰ, ਲੈ ਨਹੀਂ ਮੈਂ ਸੱਦ ਕੇ ਜਾਵਾਂ, ਮੇਰਾ ਪੁੱਤ ਤਾਂ ਸੌਂ ਗਿਆ ਬੇ ਭੋਲਿਆ। ਹਾਂਜੀ, ਨਾਲੇ ਤਾਂ ਮੇਰੇ ਪੁੱਤ ਨੂੰ ਜਗਾ ਕੇ ਰੋਟੀ ਖਵਾ ਦੇ, ਨਾਲੇ ਆਪ ਝੁਲਸ ਲਈ। ਵਾਹ ਜੀ ਵਾਹ, ਪੁੱਤ ਖਾ ਲੇ ਮੈਂ ਝੁਲਸਲਾਂ। ਕੀਨੂੰ ਹੌਸਲੇ ਦੇ ਜਾਂਦਾ, ਆ ਲੈ ਰੋਟੀ ਖਾ ਲੈ। ਮਨਾਲੀ ਮੈਂ ਭੁੱਲੇ ਯਾਰ, ਇੱਥੋਂ ਨੀ ਹੁੰਦੀ ਵੱਡੀ ਦੀ ਛੋਟੀ? ਮੈਥੋਂ ਵੱਡੀ ਛੋਟੀ ਹੁਣ ਨੂੰ ਉਹ ਰਬੜ ਦੀਆਂ ਕੁੱਟੀਆਂ ਨੇ ਵੀ ਮੈਂ ਖਿੱਚ ਕੇ ਕਰ ਦੂੰਗਾ। ਜਿੱਦੇ ਮਰਵਾਇਆ ਮੈਨੂੰ ਤੂੰ ਮਰਵਾਏਗਾ, ਜਾਂ ਤਾਂ ਤੁਹਾਡੀ ਬੁੜੀ ਮਾਰ ਦੂ ਗੋਲੀ ਮਾਰ ਕੇ, ਜਾਂ ਫਿਰ ਉਹਦੇ ਘਰ ਦੇ ਮਾਰ ਦੇਣਗੇ। ਭੁੱਲੇ ਓਏ, ਹਾਂ ਮੈਨੂੰ ਲੱਗਦਾ ਮੇਰੇ ਪਿੱਤਰ ਰੁੱਸ ਗਏ ਯਾਰ। ਕੌਣ ਰੁੱਸ ਗਏ? ਮੈਂ ਨਾ ਕਈ ਦਿਨ ਪਹਿਲਾਂ ਯਾਰ ਚੌੜ ਚੌੜ ਚਾਹ ਮਿਰਜੇ ਰਾਂਝੇ ਇਹਨਾਂ ਨੂੰ ਗਾਲਾਂ ਕੱਢਤੀਆਂ ਸੀ ਯਾਰ, ਮੈਨੂੰ ਲੱਗਦਾ ਇਹ ਬਣਾਉਣੇ ਪੈਣਗੇ ਮੈਨੂੰ। ਓਏ ਉਹ ਤਾਂ ਕੱਚੀ ਲੱਸੀ ਨਾਲ ਹੀ ਮੰਨ ਜਾਣਗੇ ਜੇ ਪਾ ਦੇਗਾ ਉਹਨਾਂ ਦੀ ਸਮਾਧ ਤੇ, ਆ ਤੇਰੀ ਜਿਉਂਦੀ ਜਾਗਦੀ ਪਿੱਤਰੀ ਮੰਨਣੀ ਔਖੀ ਹੈ। ਐਂ ਤਾਂ ਨਾ ਕਰ ਯਾਰ, ਕੋਈ ਤਾਂ ਸਕੀਮ ਲਾ ਦੇ। ਯਾਰ ਮੇਰੀਆਂ ਸਕੀਮਾਂ ਤਾਂ ਸਾਰੀਆਂ ਫੇਲ ਹੋ ਜਾਂਦੀਆਂ ਨੇ ਤੁਹਾਡੇ ਘਰ ਆ ਕੇ, ਆ ਜਦੋਂ ਤੁਹਾਡੀ ਬੁੜੀ ਵਾਲਾ ਜੈਮਰ ਲੱਗ ਜਾਂਦਾ। ਭੰਨਦੇ ਭੰਨਦੇ ਜਿਹੜੇ ਚਾਰ ਭਾਂਡੇ ਭੰਨਦੇ, ਮਰਨ ਵਾਲਾ ਹੋ ਗਿਆ, ਅਗਰ ਪਤਾ ਨਹੀਂ ਕਦੋਂ ਆਊਗੀ ਤੈਨੂੰ ਬੇਬੇ। ਉਹ ਆਪਾਂ ਗੱਡੀ ਦੀ ਤੇ ਗੱਲ ਹੀ ਨਹੀਂ ਕੀਤੀ ਕੁੜੀ ਵਾਲਿਆਂ ਨਾਲ। ਹਾਂ ਪੁੱਤ, ਗੱਡੀ ਤੇ ਦਵਾਉਣੀ ਹੈ ਤੈਨੂੰ, ਭਲਾ ਗੱਡੀ ਵਾਲੀ ਕਿਹੜੀ ਗੱਲ ਹੈ, ਸੱਦ ਆਪਣੇ ਉਹ ਝੋਲਾ ਚੁੱਕ ਨੂੰ। ਬੋਲੇ ਓਏ, ਉਹ ਥੱਲੇ ਮਾਰੀ ਯਾਰ। ਕਿਵੇਂ ਯਾਦ ਕੀਤਾ ਸੀ ਬੇਬੇ? ਫੇਰੀ ਬੈਣਾ ਯਾਦ ਕਰਨ ਨੂੰ ਤੂੰ ਜੋਤਾਂ ਵਾਲਾ ਬਾਬਾ ਵੇ ਨਾ, ਦਾਜ ਬਾਰੇ ਕੀ ਵਿਚਾਰ ਹੈ? ਹੈ ਦਾਜ? ਦਾਜ ਲੈਣਾ ਤਾਂ ਪਾਪ ਹੁੰਦਾ ਬੇਬੇ। ਜਿੱਦਾਂ ਲੱਗਦਾ ਪਾਪ ਦਾ, ਇਹਦੀ ਮਾਂ ਨਹੀਂ ਸੀ ਲੈ ਕੇ ਆਈ ਜਾਂ ਮੈਂ ਨਹੀਂ ਸੀ ਲੈ ਕੇ ਆਈ,
ਮੈਂ ਮੇਰੇ ਬਿਜੂ ਦੇ ਮੁੰਡੇ ਵਾਸਤੇ ਹਿੱਕ ਤਾਣ ਕੇ ਮੰਗਿਆ ਸੀ, ਨਾਲੇ ਮੇਰਾ ਪੋਤਾ ਤਾਂ ਸੋਹਣਾ ਸੁਰੱਖਿਆ, ਸਾਨੂੰ ਦੇਣੇ, ਉਹਨਾਂ ਨੇ ਆਪਦੀ ਕੁੜੀ ਨੂੰ ਦੇਣਾ। ਇਹ ਤਾਂ ਰੀਤ ਮੁੱਢੇ ਚਲੀ ਆਈ ਹੈ। ਉਹ ਬੇਬੇ, ਕੋਈ ਤੇਰੇ ਵਰਗੀ ਕੁੜੀ ਹੋਣੀ ਹੈ, ਅਗਲਿਆਂ ਨੇ ਜਵਾਈ ਤੇ ਤਰਸ ਖਾ ਕੇ ਇਹ ਸੋਚ ਲਿਆ ਹੋਣਾ ਵੀ ਕੁੜੀ ਤਾਂ ਸਾਡੀ ਚਾਹੀਦੀ ਹੈਗੀ ਹੈਗੀ, ਘੱਟ ਤੋਂ ਘੱਟ ਚੱਜ ਦਾ ਸਮਾਨ ਤਾਂ ਦੇ ਦਈਏ, ਇੱਥੇ ਰੀਤੀ ਰਿਵਾਜ ਬਣ ਗਏ ਹੋਣੇ। ਮਸਤੀ ਨਾ ਕਰ, ਮਿੰਟ 'ਚ ਲੱਦ ਕੇ ਸੁੱਟ ਦੂੰ ਤੈਨੂੰ। ਮੱਖਿਆ, ਤੇਰੇ ਕੜੇ ਵਾਸਤੇ ਕਹਿੰਦੇ ਆ ਨਾ, ਮੈਂ ਕੜਾ ਕੀ ਕਰਨਾ, ਤੂੰ ਨਾ ਜਿਉਂਦੇ ਜੀ ਮੇਰੀ ਹਾਂ ਛਾਮ ਲਾਈ। ਚੱਲ ਤੂੰ ਨਾ ਲਈ, ਮੈਂ ਬਣਾ ਕੇ ਕਾਂਟੇ ਬਣਾ ਲੂੰਗੀ। ਮੈਂ ਕਹਿੰਦਾ ਬਣਾ ਕੇ ਸੱਗੀ ਫੁੱਲ ਬਣਾ ਲਓ ਬੇਬੇ, ਨਾਲੇ ਇਸ ਉਮਰ 'ਚ ਜਚੂਗਾ ਵੀ। ਮੈਂ ਜੋ ਮਾਰੂ ਕਰਨਾ ਤੇ ਤੁਰਦਾ ਹੋ। ਹਾਂ, ਅਕਲੀ ਧੇਲੇ ਦੀ ਵਿਚੋਲਾ ਬਣ ਕੇ ਬਹਿ ਗਿਆ। ਨਾ ਉਦੋਂ ਤਾਂ ਤੂੰ ਕਹਿੰਦਾ ਸੀ ਜਵਾਨੀ ਨਹੀਂ ਲੱਗਦੀ, ਤੇ ਹੁਣ? ਹਾਂਜੀ, ਉਹ ਕਹਿੰਦੇ ਪੰਜੀ ਦਸੀਆਂ ਦੀ ਭਾਨ ਇਕੱਠੀ ਕਰਕੇ ਕੀ ਕਰਨਾ, ਤੂੰ ਰੁਪਈਆਂ ਦੀ ਗੱਲ ਕਰਕੇ ਆ, ਰੁਪਈਏ ਭਾਲ ਦਿਆ ਜੀ ਬਸ। ਤਾਇਆ, ਮੈਂ ਵਿਆਹ ਨਹੀਂ ਕਰਾਉਣਾ ਇਹਨਾਂ ਦਹੇਜ ਦੇ ਲਾਲਚੀਆਂ ਦੇ ਘਰ। ਤਾਇਆ ਜੀ, ਜੇ ਸੀਰਤ ਵਿਆਹ ਨਹੀਂ ਕਰਾਓਗੇ ਤਾਂ ਤੁਸੀਂ ਕੀ ਮੂੰਹ ਦਿਖਾਓਗੇ ਲੋਕਾਂ ਨੂੰ? ਵੀਰੇ, ਤੁਹਾਡੀ ਤਾਂ ਇੱਜ਼ਤ ਰੋਲ ਜੂਗੀ, ਪਰ ਤੁਸੀਂ ਟੈਨਸ਼ਨ ਨਾ ਲਓ, ਇਸ ਘਰ ਮੇਰਾ ਵਿਆਹ ਕਰ ਦਿਓ, ਮੈਂ ਰੱਖੂੰਗੀ ਤੁਹਾਡੀ ਪੱਗ। ਕਿਹਦੀ ਪੱਗ ਰੱਖੇਗੀ ਤੂੰ, ਹੈ? ਸਾਰੇ ਤਾਂ ਇਹ ਕੋਨੇ ਤੁਰੇ ਫਿਰਦੇ ਆ, ਮੈਨੂੰ ਬੰਦੇ ਹਿਲਦੇ ਦੀਂਦੇ ਆ। ਮੈਂ ਤੈਨੂੰ ਦੱਸਾਂ, ਕੋਈ ਨਾ, ਡੰਮਾਂਗੇ ਮੱਥਾ। ਤੂੰ ਫੋਨ ਕਰਤੇ, ਅੱਜ ਤੋਂ ਪੰਜਵੇਂ ਦਿਨ ਵਿਆਹ ਰੱਖ, ਬਸ ਛੇਤੀ ਕੰਮ ਨਿਬੇੜ। ਇੰਨੀ ਛੇਤੀ? ਚਾਰ ਦਿਨ ਆਪਣੇ ਘਰੇ ਤਾਂ ਰੱਖ ਲੈਂਦੇ ਵਿਚਾਰੀਆਂ ਚਿੜੀਆਂ ਨੂੰ, ਇੰਨਾ ਪੱਥਰ ਦਿਲ ਕਿਉਂ ਹੋ ਗਿਆ ਮੇਰਾ ਬਾਬਲਾ? ਓਏ ਤੂੰ ਫੋਨ ਕਰ, ਲੱਗਾ ਕੀਰਨੇ ਪਾਉਣ। ਆ ਗਿਆ ਭੋਲੇ ਦਾ ਫੋਨ, ਮੈਨੂੰ ਲੱਗਦਾ ਦੇ ਦਿੱਤਾ ਜਵਾਬ ਉਹਨਾਂ ਨੇ। ਆ ਕਰੋ ਗੱਲ, ਆ ਬਾਪੂ ਨੂੰ ਭਾਬੀ ਬਾਅਦ 'ਚ ਬਣਾ ਲਿਓ, ਮੈਂ ਤੋਂ ਨਹੀਂ ਕਰਾ ਹੁੰਦੀ ਬੇਇੱਜ਼ਤੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂ ਬੋਲ, ਮੇਜਰ ਸਿੰਘ ਬੋਲ ਰਿਹਾ ਮੈਂ। ਅੱਛਾ ਅੱਛਾ, ਇੱਕ ਮਿੰਟ ਬੀਬੀ। ਹਾਂ, ਪੰਜਾਂ ਦਿਨਾਂ ਬਾਅਦ ਵਿਆਹ ਕਹਿੰਦੇ ਆ। ਲੈ ਚੋਪੜੀਆਂ ਵੀ ਪੁੱਛ ਪੁੱਛ ਕਹਿ ਦੇ ਉਹਨਾਂ ਨੂੰ ਸਾਡੀ ਹਾਂ ਹੈ। ਬੇਬੇ ਬੇਬੇ, ਇੰਨੀ ਛੇਤੀ ਤੂੰ ਰੋਟੀ ਨਹੀਂ ਚੋਪੜਦੀ ਜਿੰਨੀ ਛੇਤੀ ਮੈਨੂੰ ਚੋਪੜਦਾ? ਬੇ ਛੇਤੀ ਨੂੰ ਕੀ ਹੈ, ਆਪਾਂ ਮੁੰਡੇ ਵਾਲੇ ਹਾਂ, ਆਪਾਂ ਕੀ ਕਰਨਾ? ਗੱਲ ਸੁਣ, ਘੁੱਟਵੀ ਜੀ ਪਜਾਮੀ ਪਾ ਕੇ ਤੈਨੂੰ ਲੈ ਚੱਲਾਂਗੇ ਉੱਥੇ, ਨੱਚ ਟੱਪ ਕੇ ਕੁੜੀ ਨੂੰ ਘਰੇ ਲੈ ਆਵਾਂਗੇ ਹੱਥ ਨੂੰ। ਦੇਖ ਪੁੱਤ, ਬੁੜੀਆਂ ਨੂੰ ਵੀ ਵਿਆਹ ਦਿਖਾਉਣਾ ਚਾਹੀਦਾ, ਇਹਦਾ ਕੀ ਹੈ, ਕਦੋਂ ਮਰਜੇ। ਨਾ ਮੈਨੂੰ ਕੀ ਹੋਣ ਲੱਗਿਆ, ਹੋਰ ਤੂੰ ਮੰਜੇ ਦੀ ਬਾਈ ਫੜ ਕੇ ਬੈਠਾ ਰਹੇਗਾ? ਕਦੇ ਤਾਂ ਸੱਚੇ ਪਾਤਸ਼ਾਹ ਮੇਰੇ ਸੁਣੂਗਾ ਹੀ, ਸ਼ਰਤ ਲਾ ਲੈ, ਐਤਕੀ ਗਰਮੀਆਂ ਤੂੰ ਨਹੀਂ ਕੱਟਦਾ। ਬੀਬੀ, ਮੈਂ ਵਿਆਹ ਤੇ ਹਾਂ ਕਰਤੀ। ਚੰਗਾ ਪੁੱਤ, ਕਦੇ ਕੁਛ ਅੱਜ ਦਾ ਕੰਮ ਨਾ ਕਰੀ ਬਾਪੂ। ਬੀਬੀ, ਜੇ ਤੂੰ ਆਖੇ ਤਾਂ ਮੈਂ ਨਵੀਂ ਪੈਂਟ ਸ਼ਰਟ ਸਵਾ ਲਾ ਆਪਣੇ ਵਾਸਤੇ। ਲੈ ਤੂੰ ਕੀ ਕਰਨਾ, ਤੇਰੇ ਵਿਆਹ ਵਾਲਾ ਹੈਗਾ ਤਾਂ ਹੈ। ਠੀਕ ਹੈ ਬੀਬੀ। ਤੂੰ ਦੱਸ ਪੁੱਤ, ਤੂੰ ਕਿਹੜੀ ਕਾਰ ਲੈਣੀ ਹੈ? ਚਾਰ ਛੱਲਿਆਂ ਵਾਲੀ ਕਾਰ ਦਵਾ ਦਿਆਂ ਤੈਨੂੰ? ਮੈਂ ਨਹੀਂ ਲੈਣੀ, ਇਹਨੂੰ ਲੈ ਦੇ ਵਾਕਰ।
ਤੂੰ ਪਾਗਲ ਹੈ ਕੀ ਹੈ ਮੈਂ ਤੈਨੂੰ ਵਿਆਹ ਤੁੜਵਾਉਣ ਵਾਸਤੇ ਕਿਹਾ ਸੀ ਵਿਆਹ ਦੀ ਤਰੀਕ ਬਣਾਉਣ ਵਾਸਤੇ ਨਹੀਂ ਨਾਲੇ ਜਾਨ ਕੱਢ ਦੂੰ ਮੈਂ ਤੇਰੀ ਜੇ ਮੇਰੇ ਘਰੇ ਬਰਾਤ ਲੈ ਕੇ ਆ ਗਿਆ ਤਾਂ ਚੱਲ ਕੋਈ ਨਾ ਮੈਂ ਵੀ 5.25 ਲੱਖ ਰੁਪਏ ਮੰਗੂੰਗੀ ਰੀਬਨ ਕਟਾਈ ਦਾ ਤੇਰੇ ਹੀ ਸਾਹਮਣੇ ਬਾਹਰ ਜਾਊਂਗੀ ਨਾ ਤੈਨੂੰ ਉਹ ਬਾਹਰ ਵਾਲੇ ਨਾਲ ਜੱਫੀਆਂ ਪਾ ਪਾ ਕੇ ਸੈਲਫੀਆਂ ਸੈਂਡ ਕੀਤੀਆਂ ਨਾ ਤਾਂ ਮੈਨੂੰ ਵੀ ਤੂੰ ਕੀ ਜਾਣੇਗਾ ਕਿਉਂ ਜੀਜਾ ਜੀ ਗੱਡੀ ਅੱਗ ਲੱਗੀ ਤੈਨੂੰ ਬਾਹਰ ਜਾਣ ਦੀ ਹੈ ਉੱਥੇ ਵੀ ਜਦੋਂ ਚੈਰਿਆਂ ਨੂੰ ਬੇਰ ਕਹਿ ਕੇ ਤੋੜਨਾ ਪੈਣਾ ਤੈਨੂੰ ਮੇਰੀ ਯਾਦ ਆਉਣੀ ਆ ਤੂੰ ਫਿਕਰ ਨਾ ਕਰ ਯਾਰ ਮੈਂ ਸੱਚੀ ਕਰਦਾ ਕੁਛ ਨਾਲੇ ਪਤਾ ਕੱਲ੍ਹ ਜਦੋਂ ਮੈਂ ਮੋਟਰ 'ਤੇ ਪਾਣੀ ਲੈ ਜਾਂਦਾ ਸੀ ਅਤੇ ਮੈਨੂੰ ਤੇਰੀ ਯਾਦ ਆਈ ਅਤੇ ਮੇਰੇ ਪੈਰ 'ਤੇ ਕਈ ਵੱਜ ਗਈ ਪਤਾ ਬਸ ਕਰ ਬਹੁਤੇ ਡਰਾਮੇ ਨਾ ਕਰ ਡਰ ਨਹੀਂ ਲੱਗਦਾ ਤੈਨੂੰ ਕੱਲ੍ਹ ਨੂੰ ਬਥੇਰਾ ਲੱਗਦਾ ਪਰ ਜਦੋਂ ਤੇਰੇ ਕੋਲ ਆ ਜਾਣਾ ਫੇਰ ਨਹੀਂ ਲੱਗਦਾ ਇਹੋ ਜਿਹੀਆਂ ਮਿੱਠੀਆਂ ਨਾ ਘਰਦਿਆਂ ਦੇ ਨਾਲ ਵੀ ਮਾਰ ਲਿਆ ਕਰ ਦੱਸਣ ਨੂੰ ਤਾਂ ਮੈਂ ਵੀ ਦੱਸ ਦੇਵਾਂ ਘਰੇ ਪਰ ਕੀ ਇੱਜ਼ਤ ਰਹਿ ਜੂ ਤੇਰੀ ਗੱਲ ਹੋਰ ਵਿਗੜ ਜਾਣੀ ਹੈ ਉਹ ਤੂੰ ਮੇਰੀ ਬੀਬੇ ਅੱਗੇ ਮੂੰਹ ਕਿਉਂ ਬਣਾਈ ਜਾਂਦੀ ਹੁਣ ਮੈਂ ਕਰਦਾ ਗੱਲ ਅੱਜ ਯਾਰ ਪਾਰ ਸਰਦਾਰ ਸਾਹਿਬ ਗੱਲ ਕਰਨੀ ਇੱਕ ਮੈਨੂੰ ਨਹੀਂ ਪਤਾ ਬੀਬੀ ਨਾਲ ਕਰ ਲਾ ਯਾਰ ਤੈਨੂੰ ਪਿਓ ਕਿੰਨੇ ਬਣਾਤਾ ਹੈਗਾ ਤੂੰ ਹਾਲੀ ਵੀ ਨਿਆਣਾ ਹੀ ਹੈ ਜਦੋਂ ਵੇਖੋ ਬੀਬੀ ਬੀਬੀ ਉਹ ਬੰਦੇ ਦਾ ਕੋਈ ਆਪਣਾ ਵੀ ਸਟੈਂਡ ਹੁੰਦਾ ਕਿ ਨਹੀਂ ਮਾੜਾ ਮੋਟਾ ਆ ਵੇਲਾ ਮੇਰੇ ਮੋਟਰਸਾਈਕਲ ਤੇ ਗਈ ਸਹੀ ਗੱਲ ਆ ਸਰਦਾਰ ਜੀ ਹੁਣ ਸਤਿ ਸ੍ਰੀ ਅਕਾਲ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਦੱਸਾਂ ਮੈਂ ਕੰਮ ਕਰਨ ਲਈ ਟੁੱਟ ਟੁੱਟ ਕੇ ਰਾਮਾ ਮਰੇ ਤੇ ਜਦੋਂ ਪੈਸੇ ਦੀ ਗੱਲ ਹੋਵੇ ਬੀਬੀ ਤੋਂ ਲੋ ਤਾਂ ਬੀਬੀ ਅੱਗੋਂ ਪਛਤਾਉਣ ਕਰ ਲੈਂਦੀ ਹੈ ਸਰਦਾਰ ਜੀ ਹੁਣ ਮੜਕ ਨਹੀਂ ਰਹੀ ਤੁਹਾਡੀ ਤੁਹਾਨੂੰ ਦੱਸਾਂ ਨਾ ਹੈਗਾ ਮੇਜਰ ਤੇ ਕੰਮ ਹੌਲਦਾਰਾਂ ਵਾਲੇ ਬਣੀ ਤੇ ਤੁਸੀਂ ਸਰਦਾਰ ਜੀ ਚੂੜੀਆਂ ਪਾ ਲਓ ਚੂੜੀਆਂ ਤਾਂ ਦੱਸਾਂ ਮੈਂ ਲੱਗਾ ਰਿਹਾ ਕੀ ਪਤਾ ਤੇਰੇ ਕਈ ਤੀ ਮਾੜੀ ਮੋਟੀ ਸ਼ਰਮਾ ਜੇ ਹਾਂ ਇਹ ਕੰਮ ਛੱਡ ਗਏ ਨਾ ਤੁਸੀਂ ਕਿਹੜਾ ਦਿਹਾੜੀ ਲੱਗੋ ਤੁਹਾਨੂੰ ਦੱਸਾਂ ਸਰਦਾਰਾਂ ਵਾਲੀ ਕੋਈ ਗੱਲਬਾਤ ਰਹੀ ਨਹੀਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਪਤਾ ਲੱਗਾ ਕਿਸੇ ਗਰੀਬ ਬੰਦੇ ਨੇ ਕਿੱਦਾਂ ਪੈਸੇ ਮਾਰੀ ਦੇ ਆ ਐ ਚਾਕੀ ਕੀ ਜਾਣੇ ਚੱਲ ਹੁਣ ਚੱਲ ਬਸ ਕਰੇ ਕਹਿ ਦੋ ਯਾਰ ਆ ਵੇਖ ਲਓ ਹੈਗਾ ਜੇ ਮੌਕਾ ਪਿਓ ਦਾ ਦਰਜਾ ਹਾਸਲ ਕਰਨ ਵਾਲਾ ਵੇਖ ਲਓ ਮਰਦਿਆਂ ਨੂੰ ਅੱਗ ਤਾਂ ਚੱਬਣਾ ਹੀ ਪੈਂਦਾ ਹੋਰ 2 ਸਾਲ ਕੱਟ ਲਏ ਕੱਲ ਚ ਸੁਖ ਦੇ ਅੱਡੀਆਂ ਚੱਕ ਚੱਕ ਫਾਹਾ ਲਿਆ ਇਸਨੇ ਬੇਬੇ ਤੈਨੂੰ ਪਤਾ ਨੀ ਮੇਰਾ ਛੋਟੀ ਨਾ ਮੈਂ ਕੌਲਾ ਮਾਰ ਕੇ ਤਦੀਰੀਆਂ ਪਗਾ ਦੂ ਤੇਰੀਆਂ ਜੇ ਪੁੱਠੀਆਂ ਗੱਲਾਂ ਕੀਤੀਆਂ ਮੇਰੇ ਨਾਲ ਤੁਹਾਡੀ ਜੀਜਾ ਸਾਲੀ ਦੀ 100 ਗੱਲ ਹੋ ਸਕਦੀ ਹੈ ਮੈਂ ਕੀ ਕਰਨਾ ਪਕਾਈ ਮਰੀ ਜਾਂਦਾ ਹੈ ਬਾਪੂ ਮਿੰਤ ਵਾਲੀ ਗੱਲ ਹੈ ਮੈਂ ਨਾਲ ਯਾਰ ਬੇਬੇ ਨੂੰ ਬਾਈ ਬਣ ਕੇ ਉਹ ਯਾਰ ਮੇਰੇ ਗਿੱਟੇ ਬਣਾਵਾਂਗਾ ਇਸ ਉਮਰੇ ਉਹ ਭਰਾਵਾ ਬੀਬੀ ਦਾ ਭਾਣਾ ਮਿੱਠਾ ਮੰਨ ਕੇ ਨਾ ਘੋੜੀ ਚੜ ਜਾ ਪੁੱਤ ਮੈਂ ਤੇਰੇ ਵਾਸਤੇ ਕੁਛ ਨਹੀਂ ਕਰ ਸਕਦਾ ਲੱਖ ਲਾਣਤਾਂ ਮੇਰੇ ਨਾਨੇ ਤੇ ਜਿਹਨੇ ਤੇਰੇ ਵਰਗਾ ਜਵਾਈ ਲੱਭਿਆ ਬਾਪੂ ਆ ਚਾਚੀ ਤੜਕਾ ਕਿੱਥੋਂ ਲਿਆਇਆ ਤੂੰ ਯਾਰ ਮੈਂ ਨਿੱਕਾ ਜਿਹਾ ਸੀ 5-7 ਸਾਲਾਂ ਦਾ
ਘਰ ਦੇ ਕਹਿੰਦੇ ਆ ਤੈਨੂੰ ਚੀਜ਼ੀ ਦਵਾ ਕੇ ਲਿਆਈਏ, ਆਹ ਚੀਜ਼ੀ ਦਵਾਤੀ। ਇੰਨੇ ਮਾੜੇ ਘਰ ਦੇ ਜਿਨ੍ਹਾਂ ਨੇ ਬੱਚੇ ਜੀ ਨੂੰ ਇੰਨੀ ਕੌੜੀ ਚੀਜ਼ੀ ਦਵਾਤੀ। ਵਿਆਹ ਕੇ ਦਿੰਦੀਆਂ ਕੱਢੀ ਜਾਂਦੇ ਹੋ, ਪਰਾਂ ਹੋ ਕੇ ਬੈਠ, ਸਾਡਾ ਬੁੜਾ ਨਾ ਵਿਗਾੜ ਦੀ। ਬੇਬੇ ਆਹ ਪਿਸਤੌਲ ਅਸਲੀ ਹੈ? ਨਹੀਂ, ਇਹਦੇ ਨਾਲ ਚੋਰ ਸਪਾਈ ਖੇਡਣ ਵਾਸਤੇ ਲਈ ਹੈ। ਜੱਜੜ ਜੀ ਜਵਾਰੇ ਮਨਰਾਜ ਗੱਲ ਤਾਂ ਸੁਣ ਯਾਰ, 2 ਮਿੰਟ 'ਚ ਆ ਗਿਆ ਬਸ, ਮੈਂ 2 ਮਿੰਟ 'ਚ ਆ ਗਿਆ। ਨਿੱਕੇ ਤੇਰਾ ਨਾ ਪਿਓ ਬਹਾਨੇ 'ਚ ਨਾ ਮੇਰਾ ਸਿਰ ਜਿਹਾ ਪਲੋਸਦਾ ਰਹਿੰਦਾ, ਮੈਨੂੰ ਤਾਂ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ। ਉਹ ਤੂੰ ਉਹਦੀਆਂ ਬਹੁਤੀਆਂ ਗੱਲਾਂ 'ਚ ਨਾ ਆਇਆ ਕਰ, ਉਈ ਚੁੱਪ ਕੀਤਾ ਜਿਹਾ ਲੱਗਦਾ ਉਹ, ਚਮਕੀਲੇ ਵੇਲੇ ਦਾ ਪੱਟਿਆ ਨਾ, ਹੁਣ ਉੱਥੇ ਰਾਸ ਨਹੀਂ ਆਇਆ। ਨਹੀਂ ਬਾਬੇ ਗੁੱਡਣੀ, ਇਹ ਮੁੰਡੇ ਦਾ ਵਿਆਹ ਧਰਦਾ, ਤੂੰ ਇੱਥੇ ਸਵਾਹ ਲੈਣ ਆਈ ਹੈ? ਬੇਬੇ ਮੈਂ ਤਾਂ ਵਧਾਈਆਂ ਦੇਣ ਆਈ ਸੀ। ਲਓ ਕਰ ਲਓ ਗੱਲ, ਆਹ ਰੰਗ ਭਾਗ ਤੇਰੇ ਕਰਕੇ ਹੀ ਲੱਗੇ ਹੋਏ ਨੇ। ਪੁੱਤ ਤੂੰ ਕਿੱਥੇ ਚੱਲੇ? ਮਾੜਾ ਜਿਹਾ ਕੰਮ ਚੱਲਾ ਸੀ ਬੇਬੇ। ਨਾ ਪੁੱਤ, ਅੱਜ ਤਾਂ ਤੇਰੇ ਮਾਈਆਂ ਲੱਗਣੀਆਂ, ਤੂੰ ਨਾ ਜਾ ਘਰੋਂ ਬਾਹਰ। ਬੇਬੇ ਲੱਸੀ ਹੈਗੀ ਹੈ? ਆਹ ਬੰਨੇ ਤੇਰੇ ਮੂਹਰੇ ਹੱਥ, ਉਹ ਕਿੱਲੇ ਤੋਂ ਨਾ ਮੱਝ ਖੋਲ ਕੇ ਲੈ ਜਾ, ਪਰ ਹੱਥਾਂ ਸਾਡੇ ਘਰੇ ਨਾ ਆਈ। ਚੱਲ ਪੁੱਤ ਜਾ ਹੁਣ ਦੇ, ਮਖੇ ਆ ਜਾ ਹੁਣ, ਮੋਬਾਈਲ 'ਚ ਪੈਸੇ ਪਾਲਾ। ਨਾ ਮੇਰਾ ਪੁੱਤ, ਮੈਂ ਆਪੇ ਪਾ ਦੂੰਗੀ, ਤੂੰ ਚੱਲ ਆ ਜਾ, ਕਿਸੇ ਨੂੰ ਕਹਿ ਕੇ ਪਾ ਦੂੰਗੀ। ਚੱਲ ਮੇਰਾ ਪੁੱਤ, ਇੰਨਾ ਪੈਸਾ ਇਹਨਾਂ ਕੋਲੇ, ਬੇਬੇ ਵਿਚਾਰੀ ਨੂੰ ਪਤਾ ਨਹੀਂ ਫੇਰ ਵੀ ਦਵਾਈ ਕਿਉਂ ਨਹੀਂ ਦਵਾਉਂਦੇ। ਆ ਜਾ ਤੈਨੂੰ ਮੈਂ ਇੱਕ ਬਾਤ ਸੁਣਾਵਾਂ, ਵਿਆਹ ਬੰਨੇ 'ਤੇ ਇੱਕ ਮੁੰਡਾ ਸਾਡੇ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਗਿਆ, ਮੇਰੇ ਪਿਓ ਨੇ ਉਹਨੂੰ ਲੱਭ ਕੇ ਆ ਜਮਲੇ ਦੇ ਚੱਲਦੇ ਅਖਾੜੇ 'ਚ ਗੜਾਸੇ ਨਾਲ ਵੜਦਾ ਸੀ। ਬੇਬੇ ਬਾਤ ਨਾ ਸੁਣਾ, ਮਾਮਾ ਰਾਹ ਭੁੱਲ ਜੂਗਾ। ਭੁੱਲਦਾ ਤਾਂ ਭੁੱਲ ਜੇ, ਨੰਗ ਨਾਨਕੇ ਨੇ ਤੇਰੇ ਆ ਬੂਟ ਲਾ ਦੇ। ਬੇਬੇ ਮਰ ਜਾ, ਅੱਜ ਰਾਬਾ ਪਾਟੀਆਂ ਪਾਈ ਫਿਰਦਾ ਤੂੰ, ਅੱਜ ਕੱਲ ਇਹੋ ਚੱਲਦੀਆਂ। ਚੱਲ ਲੈ, ਆਏ ਹਾਏ, ਚੱਲ ਵੇਖ ਲਿਆ, ਚੁੱਪ ਰਹਿ ਕੇ ਵੀ ਵੇਖ ਲਿਆ, ਮੈਂ ਨਜ਼ਰਾਂ ਵੀ ਫੇਰੀਆਂ ਤੇਰੇ ਤੋਂ।
ਦਿਲ ਨੂੰ ਸਮਝਾਇਆ ਸੀ, ਸਮਾਂ ਹੋਰ ਕਿਤੇ ਲਾਇਆ ਸੀ, ਪਰ ਕੁਝ ਵੀ ਨਾ ਹੋਇਆ ਮੇਰੇ ਤੋਂ। ਫਿਰ ਅੰਦਰੋਂ ਮੇਰੇ ਆਇਆ ਇੱਕ ਜਵਾਬ, ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ। ਲੈ ਮੈਨੂੰ ਫੜਾ ਬਟਨਾ। ਪਰ ਤੂੰ ਕਿੱਥੇ ਚੱਲਿਆ? ਹੈਲੋ ਹੈਲੋ, ਕਿੱਥੇ ਆ ਯਾਰ? ਮੇਰਾ ਤਾਂ ਇੱਥੇ ਜਲੂਸ ਕੱਢਿਆ ਪਿਆ ਬੁੱਢੀਆਂ ਨੇ ਗੀਤ ਗਾ ਗਾ ਕੇ, ਨਾਲੇ ਪਤਾ ਨਹੀਂ ਕੀ ਬੰਨਤਾ ਮੇਰੇ ਹੱਥ ਨੂੰ ਗਾਨਾ, ਜਾਂ ਕਹਿੰਦੇ ਆ ਬੰਨ ਕੇ ਘਰੋਂ ਬਾਹਰ ਨਹੀਂ ਨਿਕਲੀਦਾ। ਦੱਸ ਫਿਰ ਹੁਣ ਮੈਂ ਕੀ ਕਰਾਂ? ਮੇਰਾ ਤਾਂ ਮਰਨ ਹੋਇਆ ਪਿਆ। ਹੈਲੋ ਹੈਲੋ, ਤੂੰ ਫੋਨ ਫੋਨ ਬਾਅਦ ਚ ਸੁਣ ਲਈ, ਚੱਲ ਪਹਿਲਾਂ ਛੱਡ ਦਾ ਕੰਮ ਨਿਬੇੜ ਲਈਏ। ਆ ਜਾ ਆ ਜਾ ਮੇਰੇ ਵੀ। ਐਵੇਂ ਸੋਚਾਂ ਸੋਚ ਕੇ ਕੀਤਾ ਖੁਦ ਨੂੰ ਪਰੇਸ਼ਾਨ, ਤੂੰ ਮੰਨਦਾ ਕਿਉਂ ਨਹੀਂ, ਤੇਰੀ ਉਹਦੇ ਵਿੱਚ ਹੈ ਜਾਨ, ਤੇਰੀ ਉਹਦੇ ਵਿੱਚ ਹੈ ਜਾਨ। ਤੂੰ ਕਿਉਂ ਘਬਰਾਇਆ ਏ, ਦਿਲ ਵੀ ਪਰ ਆਇਆ ਏ, ਕਿਉਂ ਉੱਡਿਆ ਨੂਰ ਮੁਖੜੇ ਤੇਰੇ ਤੂੰ। ਤੂੰ ਕੋਸ਼ਿਸ਼ ਕਰਕੇ ਹੋ ਗਿਆ ਨਾਕਾਮ, ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ। ਫਸ ਹੋ ਕੇ ਤੈਂ ਹੀ ਜਾਂਦਾ ਮੂੰ ਸਜਣਾ ਵੇ, ਮੇਰੀ ਮਨ ਲੈ ਆਸ਼ਿਕਾ, ਤੇਰਾ ਦਿਲ ਮੈਂ ਬੋਲਦਾ, ਦੋ ਲਫਜ਼ਾਂ ਚ ਤੇਰੀ ਜ਼ਿੰਦਗੀ ਮੈਂ ਖੋਲਦਾ, ਜ਼ਿੰਦਗੀ ਮੈਂ ਖੋਲਦਾ। ਉਹਦਾ ਹੱਥ ਛੱਡ ਦਈ ਨਾ, ਜ਼ਿੰਦਗੀ ਚੋਂ ਕੱਢ ਦਈ ਨਾ, ਫਿਰ ਬਚ ਜਾਵੇਂਗਾ ਤੂੰ ਹਨੇਰੇ ਤੋਂ। ਫਿਰ ਵੇਖੀ ਯਾਰਾ ਹੁੰਦਾ ਕੀ ਕਮਾ, ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ, ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ, ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ। ਹੈਲੋ, ਇੱਕ ਮਿੰਟ ਆਪਣੀ ਭੈਣ ਨਾਲ ਗੱਲ ਕਰੇ।
ਸੰਗਤ ਕੀ ਆ? ਨਿੱਕੀ ਦਾ ਫੋਨ ਆ। ਹੈਲੋ। ਹੈਲੋ, ਹਾਂਜੀ, ਤੈਨੂੰ ਸੌਂ ਲੱਗੇ ਰੌਲਾ ਨਾ ਪਾਈ ਪਲੀਜ਼। ਵੇਲਾ ਮਿੰਤ ਵਾਲੀ ਗੱਲ ਹੀ ਆ, ਧਿਆਨ ਨਾ ਸੁਣੀ। ਮੈਂ ਤੇ ਮਨਰਾਜ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ। ਮੈਨੂੰ ਪਤਾ ਤੈਨੂੰ ਦੁੱਖ ਹੋਊਗਾ ਵੀ ਇੰਨਾ ਸੋਹਣਾ ਮੁੰਡਾ ਤੇਰੇ ਹੱਥੋਂ ਨਿਕਲ ਗਿਆ, ਪਰ ਤੂੰ ਪਲੀਜ਼ ਆਪਣੀ ਭੈਣ ਦਾ ਸੋਚ ਯਾਰ। ਮੈਂ ਪ੍ਰੋਮਿਸ ਕਰਦਾ ਮੈਂ ਲੱਭ ਨੂੰ ਤੇਰੇ ਲਈ ਕੋਈ ਸਿਰਾ ਜਾ। ਮੈਨੂੰ ਕੀ ਮੰਗਿਆ ਸੀ ਫੇ? ਉਹ ਰਿਸ਼ਤਾ ਤੇ ਤੇਰੀ ਭੈਣ ਲਈ ਭੇਜਿਆ ਸੀ। ਤੇਰੇ ਨਾਲ ਤੇ ਤਾਰਾਂ ਗਲਤ ਭਿੜ ਗਈਆਂ ਯਾਰ, ਤੂੰ ਬਦਲ ਨਹੀਂ ਸਕਦੀ ਕੱਲ ਨੂੰ ਲਾਵਾਂ ਵੇਲੇ ਮਨਰਾਜ ਨਾਲ। ਵੇਲਾ ਭੈਣ ਬਣ ਕੇ ਮਨਰਾਜ ਦੀ ਮਰਾਉਣਾ ਤੁਸੀਂ ਮੈਨੂੰ? ਮੇਥੋਂ ਇਹ ਖੇਡਾਂ ਨਹੀਂ ਹੋਣੀਆਂ ਤੇ ਨਾ ਹੀ ਇੱਥੇ ਕਿਸੇ ਨੇ ਮੰਨਣਾ। ਜੇ ਭੱਜ ਸਕਦੇ ਹੋ ਤਾਂ ਭੱਜ ਜਾਓ। ਹਾਂ, ਭੈਣ ਤੇਰੀ ਲੱਗਦੀ ਕਮਲੀ ਜੀ ਆ, ਪਰ ਗੱਲਾਂ ਸਿਆਣੀਆਂ ਕਰਦੀ ਆ। ਤੂੰ ਤਿਆਰ ਆ ਭੱਜਣ ਲਈ? ਵੇਲਾ ਹੁਣ ਆਹੀ ਕਰਨਾ ਪੈਣਾ ਯਾਰ। ਬਸ ਫਿਰ ਤੂੰ ਤਿਆਰ ਰਹੀ, ਮੈਂ ਰਾਤ ਨੂੰ ਬਸ ਆਪਾਂ ਚੁੱਪ ਚਪੀਤੇ ਸ਼ਾਂਤੀ ਨਾਲ ਨਿਕਲ ਜਾਣਾ। ਮੈਂ ਪੁੱਤ ਕਿਉਂ ਦਬਾਉਣਾ ਕੀਤਾ ਹੋਇਆ? ਟਿਕ ਜਾ ਲਿਆ ਆਪਣਾ, ਮੈਨੂੰ ਸਾਲੀਆਂ ਖੋ ਲੈਣਗੀਆਂ, ਵਿਆਹ ਤੋਂ ਪਿੱਛੋਂ ਲੈ ਲਈ। ਦੇਖੀ ਮੇਰਾ ਪੁੱਤ, ਅੱਜ ਤਾਂ ਆਪਣੀ ਦਾਦੀ ਕੋਲ ਸੌਂਗਾ, ਬਾਹਲਾ ਚਾਹ ਹੈ ਮੈਨੂੰ ਤੇਰੇ ਵਿਆਹ ਦਾ। ਦੇਖ ਅਖੇ ਕਹਿੰਦੇ ਹੁੰਦੇ ਨੇ ਨਾ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਚੱਲ ਮੇਰਾ ਪੁੱਤ ਆ। ਕੀ ਕਹਿੰਦਾ? ਕਹਿੰਦਾ ਭੱਜਣਾ। ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਨਾਲ ਆ। ਜਦੋਂ ਪਠਾਨ ਬਣਾ ਲਈ ਤੁਹਾਡੀ ਪੀ ਕੇ ਕਿਲੋ ਕੁ ਮੂਤ ਕਿਵੇਂ ਮੱਛਰ ਫਿਰਦੇ ਆ? ਆ ਚੱਕੋ ਵੀ ਆਪਦੀ ਡੰਡ ਫੜੀ, ਤੜਕਿਓ ਬਰਾਤ ਚ ਕਿਸੇ ਨੇ ਨੀ ਉੱਠਣਾ ਨਾ। ਤੂੰ ਇੱਥੇ ਕੀ ਕਰਦਾ? ਆ ਭੋਰਾ ਖਾਡੀਆਂ ਗਈਆਂ ਤੜਾ ਕੇ ਬਹਿ ਜਾਏਗਾ। ਚੱਲ ਅੰਦਰ, ਚੱਲ ਪੁੱਤ, ਚੱਲ ਮੇਰੇ ਪੁੱਤ, ਚੱਲ ਬਾਪੂ ਜਾਓ, ਬਹੁਤ ਪਾਲੀਆਂ ਲੁੱਟੀਆਂ। ਲੈ ਵੀਰੇ ਦੁੱਧ। ਲੈ ਬੀਬੀ। ਲਿਆ ਪੁੱਤ। ਭੈਣੇ ਤੂੰ ਪੀਣਾ? ਨਾ ਬਸ, ਮੈਂ ਨਹੀਂ ਪੀਣਾ। ਅਸਲ ਚ ਜਵਾਕ ਸਾਰੇ ਇਸ ਦੇ ਪੁੱਟੇ ਹੋਏ ਨੇ ਜੈ ਖਾਣੇ ਦੇ, ਪਤਾ ਨੀ ਉਂਗਲਾਂ ਮਾਰ ਮਾਰ ਕੀ ਭਾਲਦੇ ਰਹਿੰਦੇ ਨੇ। ਇਹਨੂੰ ਫੂਕੀ ਆਵਾਂ ਕਿਤੇ। ਹੁਣ ਦੇਖਦੀ ਆ ਕਿਹੜੀ ਮਾਂ ਨੂੰ ਕਰਦਾ ਫੋਨ।
ਮੁੰਡਾ ਕਿੱਥੇ ਗਿਆ? ਅੱਧੀ ਰਾਤੀ ਉੱਠ ਕੇ ਤਾਂ ਛੱਡੇ ਖਾਂਦਾ ਫਿਰਦਾ, ਹੁਣ ਲੋੜ ਸੀ ਤਾਂ ਨੀਂਦਰਾਂ ਚੜੀਆਂ ਪਈਆਂ ਵਿਚਾਰੇ ਨੂੰ, ਪਤਾ ਨੀ ਕੀ ਖਾ ਕੇ ਜੰਮਿਆ ਇਹਨੇ। ਬੀਜੀ ਮੈਨੂੰ ਵੀ 30 ਵਰੇ ਹੋ ਗਏ ਇਹਨੂੰ ਦੇਖਦੇ ਨੂੰ, ਜਿਹੜਾ ਤੁਸੀਂ ਜੰਮਿਆ। ਬੇਮੇਜਰਾ ਤੇਰੀ ਤਾਂ ਕਿਸਮਤ ਹੀ ਮਾੜੀ ਹੈ, ਨਾ ਤੇਰੀ ਔਲਾਦ ਚੱਜਦੀ ਨਾ ਤੇਰਾ ਪਿਓ ਚੱਜਦਾ। ਚਲੋ ਆ ਹੁਣ ਸ਼ਾਂਤੀ ਦੇ ਘਰ ਚੱਲੀਏ ਆਪਾਂ। ਬੇਬੇ ਹਲੇ ਤਾਂ ਡੈਕੋਰੇਸ਼ਨ ਰਹਿੰਦੀ ਆ। ਡੈਕੋਰੇਸ਼ਨ ਨੂੰ ਮਾਰ ਗੋਲੀ, ਫੁੱਫੜ ਦਾ ਤੇਰਾ ਭੱਜ ਗਿਆ, ਭੂਆ ਨੂੰ ਲੈ ਜਾਣਾ ਫੁੱਲ ਲਾ ਕੇ ਤੂੰ। ਜੋ ਤੁਸੀਂ ਚੱਲੀਏ। ਥੈਂਕ ਯੂ। ਕੋਈ ਨਹੀਂ, ਚਲੋ ਤੁਸੀਂ ਨਿਕਲੋ। ਚੱਲ ਤਾਂ ਚੱਲ ਛੇਤੀ ਕਰ, ਆਜਾ। ਖੜਾ ਕੀ ਕਰਦਾ, ਚਾਬੀ ਲਿਆ ਤੇ ਗੱਡੀ ਕੱਢ। ਕੀ ਹੋ ਗਿਆ? ਉਹ ਹੋਇਆ ਕੁਛ ਨਹੀਂ ਹੈਗਾ, ਬਸ ਸ਼ਾਂਤੀ ਰੱਖੋ ਸ਼ਾਂਤੀ। ਮੈਂ ਲੋਕਾਂ ਨੂੰ ਕੀ ਫੋਨ ਕਿੱਥੇ? ਓਏ ਫੋਨ ਲੱਗਾ ਕਿ ਨਹੀਂ ਲੱਗਾ? ਦਰਵਾਜ਼ਾ ਖੋਲ, ਬੇ ਦਰਵਾਜ਼ਾ ਖੋਲਦਾ ਕਿ ਨਹੀਂ? ਖੋਲ ਦਰਵਾਜ਼ਾ। ਮੈਂ ਉਹ ਦਰਵਾਜ਼ਾ ਮਾਰ ਮਾਰ ਥੱਕੀ, ਤੂੰ ਖੰਜ ਖਜੂਰੇ ਵਾਂਗੂ ਇੱਥੋਂ ਨਿਕਲਿਆ ਆ। ਕੀ ਗੱਲ ਜੈਲਦਾਰ ਨੀ, ਏ ਮਹਿੰਦੀ ਦੀ ਲੋੜ ਪੈ ਗਈ? ਮੈਂ ਤੇਰੇ ਜਾਣਦਿਆਂ ਨੂੰ ਰੋਣ ਆਈ ਆ, ਮੈਨੂੰ ਇਹ ਦੱਸ ਦੇ ਤੇਰੀ ਸ਼ਾਂਤੀ ਕਿੱਥੇ ਆ? ਉਹ ਤਾਂ ਆਪਦੇ ਨਾਨਕੇ ਗਈ ਹੋਈ ਹੈ। ਤੇਰੀ ਮਾਂ ਦਾ ਸਿਰ ਸਾਡੇ ਜਵਾਕ ਨੂੰ ਭਜਾ ਕੇ ਲੈ ਗਈ ਹੈ। ਨਾ ਨਾ ਜੈਲਦਾਰ ਨੀ, ਸੱਚ ਕਹਿੰਦਾ ਮੈਂ, ਉਹ ਤਾਂ ਆਪਣੇ ਮਾਮੇ ਨਾਲ ਗਈ ਹੈ। ਮੈਨੂੰ ਲੱਗਦਾ ਕੁੱਤੀ ਵੀ ਚੋਰਾਂ ਨਾਲ ਰਲ ਗਈ ਹੈ, ਤੂੰ ਵੀ ਸਾਡਾ ਕੁੜਮਣ ਨੂੰ ਫਿਰਦਾ। ਸੱਚੋ ਸੱਚੀ ਦੱਸ ਕਿੱਥੇ ਤੇਰੀ ਸ਼ਾਂਤੀ? ਆ ਦਿਨ ਤੈਨੂੰ
ਦੀਦੇ ਦੋਨੋਂ। ਹੈਲੋ, ਹੈ ਅੱਛਾ, ਨਹੀਂ ਦੀਦੀ, ਓ ਬੀਬੀ, ਹਾਂ ਨਿੱਕੇ ਦੇ ਸਾਰਿਆਂ ਦਾ ਫੋਨ ਸੀ, ਕਹਿੰਦੇ ਆ ਨਿੱਕਾ ਆਪਣੀ ਛੋਟੀ ਸਾਲੀ ਲੈ ਕੇ ਭੱਜ ਗਿਆ। ਕਿੱਥੇ ਆ? ਤੇਰੇ ਘਰ ਦੇ ਪਿੱਛੇ ਗੱਡੀ ਵਾਲੀ ਲੈਨ ਤੇ ਪਿਆ, ਆਉਣੀ ਹੈ ਤਾਂ ਆ ਜਾ, ਨਹੀਂ ਪੌਣੇ ਦਸ ਵਾਲੀ ਗੱਡੀ ਤਾਂ ਆਉਣ ਵਾਲੀ ਹੋਈ ਹੈ, ਦੇਖ ਲਾ ਭੂਤ ਬਣ ਕੇ ਤੇਰੀ ਡੋਲੀ ਵਾਲੀ ਕਾਰ ਦੇ ਨਾਲ ਹੀ ਜਾਊ। ਸੁਣ ਤਾਂ ਲੈ, ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ, ਆਪਣਾ ਬਿਨਾਂ ਭੱਜੇ ਸਰਦਾ, ਦੇਖ ਲਾ ਲਾਰੇ ਤਾਂ ਨਹੀਂ ਲਾਉਂਦੀ। ਮੈਂ ਕੁੱਕੜ ਖਾਣੇ ਆ ਸਹੁਰਿਆਂ ਦੇ, ਕਿਤੇ ਮੱਛਰ ਖਵਾ ਕੇ ਨਾ ਤੋਰਦੀ। ਓਹੋ ਕਿਆ ਨਾ, ਤੈਨੂੰ ਟੈਨਸ਼ਨ ਨਾ ਲੈ, ਸੌਂ ਜਾ ਘਰ ਜਾ ਕੇ। ਸੁੱਤਾ ਤਾਂ ਮਿਰਜ਼ਾ ਚੋਪੜਤਾ ਸੀ ਅਗਲਿਆਂ ਨੇ, ਮੈਂ ਤਾਂ ਇੱਥੇ ਬੈਠੂ, ਜੇ ਤੜਕੇ ਤੇਰੇ ਘਰ ਬਰਾਤ ਆ ਗਈ ਨਾ ਇੱਥੋਂ ਹੀ ਰੋੜੇ ਚਲਾਊ। ਚੰਗਾ ਤੂੰ ਕਰ ਲੈ ਆਪਣਾ ਚਾਹ ਪੂਰਾ। ਸੀਰਤ ਬਚ ਕਰਦੀ, ਇੱਥੇ ਕੀ ਕਰਦੀ ਹੈ? ਭਾਬੀ ਮੈਂ ਤਾਂ ਚੜੀ ਜਵਾਨੀ ਰੋਲ ਗਈ, ਮੈਂ ਕੀ ਪਾਪ ਕੀਤਾ ਸੀ। ਕੁਛ ਨੀ ਹੁੰਦਾ, ਸਭ ਠੀਕ ਹੋਜੂ, ਚੱਲ। ਪਤਾ ਨਹੀਂ ਕਿੱਥੇ ਰਹਿ ਗਿਆ, ਆਇਆ ਨਹੀਂ ਹਲੇ ਤੱਕ, ਉਹ ਕਿੱਥੇ ਰਹਿ ਗਿਆ ਸੀ ਪਤੰਦਰਾ? ਇੱਧਰ ਮੱਛਰਾਂ ਨੇ ਮੇਰਾ ਬੁਰਾ ਹਾਲ ਕਰਤਾ, ਲੈ ਫੜ ਸਿੱਧਾ ਲਿਜਾ ਕੇ ਕਮਰੇ ਠੱਲ ਦੀ, ਐਵੇਂ ਦਵੱਲੀ ਨਾ ਫਿਰੀ ਇਹਨੂੰ। ਚੰਗਾ ਚੰਗਾ, ਮੈਂ ਇਹਦੇ ਨਾਲ ਕੱਦੂ ਕਰਨਾ, ਮੇਰੇ ਤਾਂ ਆਪ ਘਰੇ ਦੋ ਖੜੇ ਨੇ। ਭਾਬੀ ਜੀ ਸਤਿ ਸ਼੍ਰੀ ਅਕਾਲ, ਬਾਗ ਜਾ ਕੇ ਹੁਣ ਗੋਡੇ 'ਤੇ ਵੀ ਬਹਿ ਕੇ ਜਾਏਗਾ, ਗੋਡੇ 'ਤੇ ਦਿਓਰ ਬੈਠਦੇ ਆ, ਮੈਂ ਤਾਂ ਜੇਠ ਲੱਗਦਾ। ਚੰਗਾ ਫਿਰ, ਹੈਪੀ ਰਨਿੰਗ ਮੈਰਿਜ ਲਾਈਫ ਹੈ। ਚਲੋ ਵੀਰੇ, ਨਾਲੇ ਤਾਂ ਕਹਿੰਦਾ ਸੀ ਘਰ ਦੋ ਖੜੇ ਆ, ਗੇਰ ਕੱਢ ਲਾ ਫੁੱਫੜ ਦਾ। ਥੈਂਕ ਯੂ ਨਿੱਕੇ। ਮਾੜਾ ਹੋਇਆ ਭਾਈ ਸਾਹਿਬ, ਅਸੀਂ ਤੁਹਾਨੂੰ ਅਫਸੋਸ ਕਰਨ ਨੂੰ ਨੀ ਸੱਦਿਆ ਇੱਥੇ, ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਭਜਾ ਕੇ। ਤੂੰ ਕੀ ਜਵਾਕ ਨੂੰ ਦਬਕੇ ਚ ਮਾਰੀ ਜਾਂਦਾ, ਇੱਧਰ ਗੱਲ ਕਰ, ਊਂ ਤਾਂ ਤੂੰ ਵੱਡਾ ਮੋਹਤ ਭਰ ਬਣਿਆ ਫਿਰਦਾ, ਉਦੋਂ ਤੇਰੀ ਅਕਲ ਮੌਤ ਕਿੱਥੇ ਗਈ ਸੀ ਵੇ, ਜਦੋਂ ਮੋਟਰਸਾਈਕਲ ਤੇ ਬਿਠਾ ਕੇ ਤੋੜਦੇ ਸੀ ਉਹਦੇ ਨਾਲ। ਲਓ ਕਰ ਲਓ ਗੱਲ, ਇੱਕ ਤਾਂ ਸਾਡੀ ਇੱਜ਼ਤ ਗਈ, ਤੇਰਾ ਕੱਟਾ ਇਹਦੇ ਵਿੱਚ, ਸਾਰੀ ਉਮਰ ਜਨਾਨੀ ਨਹੀਂ ਜੁੜੀ ਤੈਨੂੰ, ਛੜਾ ਮਲੰਗ ਤੂੰ ਹੈਗਾ, ਕਾਹਦੀ ਇੱਜ਼ਤ ਵੇ ਤੇਰੀ, ਆਪਾਂ ਸੌਣ ਨਹੀਂ ਦਿੰਦਾ, ਇੱਕ ਵਾਰੀ ਨਾ ਮਿੰਟ ਚ ਘੋੜੀ ਚੜਾ ਦੂੰ ਤੈਨੂੰ, ਜਿਹੜੀ ਗੱਲ ਕਰਨੀ ਸੀ ਤਾਂ ਉਹ ਕਿ ਮੇਰੇ ਨਾਲ ਕਰ। ਯਾਰ ਕੋਈ ਬੰਦਾ ਹੈ ਨਹੀਂ ਤੁਹਾਡੇ ਚ ਗੱਲ ਕਰਨ ਨੂੰ, ਇਹਦੇ ਨਾਲ ਕਿਹੜਾ ਮੱਥਾ ਮਾਰੇ। ਤੁਹਾਡੀ ਕੱਲਿਆਂ ਦੀ ਕੁੜੀ ਨਹੀਂ ਨਿਕਲੀ, ਸਾਡਾ ਮੁੰਡਾ ਵੀ ਤਾਂ ਨਿਕਲਿਆ ਨਾ, ਕੀ ਬਣਿਆ? ਲੈ ਤੂੰ ਹੁਣ ਬਾਲਾ ਖੀਰ ਚ ਹੱਥ, ਜੇ ਇੱਕ ਵਾਰੀ ਕਿਸੇ ਨੇ ਨਾ ਤਾਂ ਫੁਰਕਦਾ ਜਾਏਗਾ, ਐ ਨਾ ਹੋਵੇ ਵਿਆਹ ਦੇ ਲੱਡੂ ਵਿੱਚ ਤੇਰਾ ਭਾਉ ਪਾਉਣਾ ਪੈ ਜੇ। ਦਾਰੂ ਪਿਲਾ ਦੋ ਬਈ, ਆ ਦੇਖ ਇਹਨਾਂ ਦੇ ਛੇ ਛੇ ਮਹੀਨੇ ਦੇ ਬੋਲਦੇ ਨੇ, ਤੁਹਾਡੇ ਕੀ ਤੰਦੂਆ ਪਿਆ ਹੋਇਆ? ਅਸੀਂ ਪਰਾਉਣੇ ਆਏ ਹਾਂ। ਅੱਛਾ ਲੈ ਹੋ ਮੂਰੇ, ਫਿਰ ਪਵਾ ਲੈ ਲੈ ਮਿਲਣੀ ਵਾਲੇ ਕੰਬਲ, ਤੇ ਤੂੰ ਪਵਾ ਲੈ ਛਾਪਾਂ। ਓਏ ਆਪਣੇ ਵਾਲੇ ਬਹਿ ਜਾਓ ਯਾਰ,
ਇਹਨਾਂ ਨੂੰ ਲੜ ਲੈਣ ਦੋ, ਆਪਾਂ ਬਾਅਦ ਚ ਲੜ ਲਾਂਗੇ। ਬਸ ਕਰੀਆਂ ਜੀਆਂ ਨਾ ਕਰ, ਆ ਫੈਰ ਮੈਂ ਬਰਾਜ ਕੱਢਣੇ ਸੀ, ਆਪਦੀਆਂ ਛਾਤੀਆਂ ਜਿਹਾ ਕਢਾ ਲਿਓ। ਤੂੰ ਠੀਕ ਆ? ਤੈਨੂੰ ਡਰ ਲੱਗ ਰਿਹਾ? ਨਹੀਂ, ਤੈਨੂੰ ਥੋੜਾ ਥੋੜਾ। ਯਾਰ ਆਪਣਾ ਵਿਆਹ ਵੀ ਹੋ ਜੂਗਾ, ਪਰ ਮੇਰੇ ਤੋਂ ਪਾਣੀ ਕੌਣ ਵਾਰੂਗਾ? ਸਭ ਤੋਂ ਟੁੱਟ ਜਾਂਗੇ ਆਪਾਂ। ਮਨਰਾਜ, ਮੈਂ ਤੈਨੂੰ ਭਜਾਉਣਾ ਨਹੀਂ ਸੀ ਚਾਹੁੰਦਾ ਯਾਰ। ਮੈਂ ਵੀ ਭੱਜਣਾ ਨਹੀਂ ਸੀ ਚਾਹੁੰਦੀ। ਇਹੋ ਜਿਹੇ ਪਿਆਰ ਦਾ ਕੀ ਫਾਇਦਾ ਯਾਰ, ਜੋ ਘਰਦਿਆਂ ਦੀ ਇੱਜ਼ਤ ਹੀ ਰੋਲਦੇ। ਤੂੰ ਠੀਕ ਹੈ ਯਾਰ? ਜੋ ਵੀ ਹੋਇਆ ਬਹੁਤ ਮਾੜਾ ਹੋਇਆ ਯਾਰ, ਸੱਚੀ। ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਕਿ ਸਾਨੂੰ ਇੱਕ ਵਾਰ ਘਰਦਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਐਵੇਂ ਕਿਵੇਂ ਕਰ ਲੈਂਦੇ? ਜੇ ਤੇਰਾ ਛੜਾਇਆ ਤਾਂ ਕੁੱਟਣ ਪੈ ਜਾਂਦਾ, ਫਿਰ ਉਹਨੇ ਕੁੱਟ ਕੁੱਟ ਕੇ ਮੇਰੇ ਮੋਰ ਸੇਕ ਦੇਣੇ ਸੀ। ਮਾਂ ਪਿਓ ਇੱਦਾਂ ਦੇ ਨਹੀਂ ਹੁੰਦੇ, ਉਹ ਹਮੇਸ਼ਾ ਆਪਣੇ ਬੱਚਿਆਂ ਦੀ ਖੁਸ਼ੀਆਂ ਹੀ ਚਾਹੁੰਦੇ ਆ। ਜੇ ਮਾਰ ਕੁੱਟ ਕਰਦੇ ਵੀ ਨਾ, ਤਾਂ ਉਹਦੇ 'ਚ ਵੀ ਸਾਡੀ ਭਲਾਈ ਹੁੰਦੀ। ਕੀ ਚੱਕਦਾ ਮੇਰੇ ਕੰਨੀ? ਤੂੰ ਫਸਾਇਆ, ਤੇਰਾ ਕਸੂਰ ਹੈ। ਲੈ ਕਰ ਲੋ ਘਰੋਂ ਭਾਂਡਾ, ਉਹ ਮੈਂ ਜੰਮੇ ਸਲੱਗ, ਰੱਬ ਦਾ ਤੁਹਾਡਾ ਆਪਣਾ ਮਾੜਾ ਨਿਕਲਿਆ, ਨਾਲੇ ਇਹਨਾਂ ਵਿਚਾਰਿਆਂ ਦੇ ਕਿਉਂ ਗੱਲ ਪੈ ਰਹੇ ਹੋ? ਨਾ ਜੇ ਇਹ ਤੁਹਾਨੂੰ ਕੁੱਟਣ ਪੈ ਗਏ ਤਾਂ ਤੁਹਾਡਾ ਬਣੂਗਾ ਕੀ? ਮੈਂ ਤਾਂ ਚਲੋ ਤੁਹਾਡੇ ਵਾਲੀ ਹਾਂ, ਹੁਣ ਚਾਹੇ ਲੰਮੇ ਪਾ ਪਾ ਕੇ ਕੁੱਟੋ। ਨਾ, ਕੱਲੇ ਮੁੰਡੇ ਦਾ ਕਸੂਰ ਹੈ, ਕੁੜੀ ਦਾ ਨਹੀਂ। ਵੱਡੇ ਬਦਮਾਸ਼ ਦੀ ਮੇਰੇ ਕੱਲੇ ਕੀ ਜਾਗਦਾ? ਦੇ ਜਵਾਬ ਹੁਣ ਆਪਦੇ ਪਤੰਦਰਾਂ ਨੂੰ। ਬੇਬੇ ਤੂੰ ਸ਼ਾਂਤੀ ਰੱਖ, ਮੈਂ ਗੋਲੀ ਮਾਰਨੀ ਤੇਰੇ ਗਿੱਟਿਆਂ ਚ। ਅੱਜ ਇੱਕ ਪਾਸਾ ਕਰ ਲੈ, ਵੱਡੀ ਰੱਖਣੀ ਹੈ, ਛੋਟੀ ਰੱਖਣੀ ਹੈ ਕਿ ਸ਼ਾਂਤੀ ਰੱਖਣੀ ਹੈ? ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਹੈ, ਮੈਂ ਤੁਹਾਡੀ ਕੁੜੀ ਨੂੰ ਜਿਵੇਂ ਲੈ ਕੇ ਗਿਆ ਸੀ ਉਵੇਂ ਤੁਹਾਡੇ ਸਾਹਮਣੇ ਖੜੀ ਹੈ ਜੀ ਉਹ। ਪਰ ਪਲੀਜ਼ ਤੁਸੀਂ ਮੇਰੀ ਗੱਲ ਸੁਣ ਲਓ, ਮੈਂ ਅਤੇ ਮਨਰਾਜ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ।
ਤੇ ਉਹ ਰਿਸ਼ਤਾ ਵੀ ਮੈਂ ਇਸ ਲਈ ਭੇਜਿਆ ਸੀਗਾ ਜੀ। ਅੱਛਾ ਜੀ, ਮੈਨੂੰ ਨਹੀਂ ਇਸ ਗੱਲ ਦਾ ਪਤਾ ਸੀ। ਮਨਰਾਜ, ਤੈਨੂੰ ਸ਼ਰਮ ਨਹੀਂ ਆਈ? ਤੂੰ ਪੂਰਾ ਖਿਆਲ ਨਾ ਕੀਤਾ ਸਾਡਾ, ਨਾਲੇ ਸੀਰਤ ਦਾ। ਨਹੀਂ ਜੀ, ਮਨਰਾਜ ਦੀ ਕੋਈ ਗਲਤੀ ਨਹੀਂ ਗਈ ਜੀ ਇਹਦੇ 'ਚ, ਮੈਂ ਹੀ ਉਹਦੇ ਪਿੱਛੇ ਪਿਆ ਸੀ। ਤੁਸੀਂ ਚਾਹੇ ਸ਼ਗਨ ਵਾਲੀਆਂ ਫੋਟੋਆਂ ਕੱਢ ਕੇ ਦੇਖ ਲਓ ਜੀ, ਮੈਂ ਤੁਹਾਨੂੰ ਕਿੱਥੇ ਖੁਸ਼ ਲੱਗਦਾ ਉਹਦੇ 'ਚ। ਨਾਲੇ ਬਾਬੇ ਦੀ ਸਹੁੰ, ਮੈਂ ਕਦੇ ਕਿਸੇ ਕੁੜੀ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਜੀ, ਅਤੇ ਮਨਰਾਜ ਨੂੰ ਮੈਂ ਸੱਚੇ ਦਿਲੋਂ ਪਿਆਰ ਕੀਤਾ ਜੀ, ਅਤੇ ਹੁਣ ਉਹ ਵੀ ਮੈਨੂੰ ਕਰਦੀ ਹੈ। ਮਿੰਨਤ ਵਾਲੀ ਗੱਲ ਹੀ ਆ ਜੀ, ਸਾਨੂੰ ਕੁਝ ਨਹੀਂ ਚਾਹੀਦਾ, ਨਾ ਟੀਵੀ, ਨਾ ਫਰਿੱਜ, ਨਾ ਕਾਰਾਂ, ਬਸ ਤੁਸੀਂ ਤਿੰਨ ਕੱਪੜਿਆਂ 'ਚ ਕੁੜੀ ਤੋਰ ਦਿਓ ਜੀ। ਉਹ ਯਾਰ, ਤੁਸੀਂ ਪੈਰ ਪੈਰ 'ਤੇ ਮੈਨੂੰ ਕਿਉਂ ਝੂਠਾ ਪਾਈ ਜਾਂਦੇ ਹੋ? ਨਾ ਰਿਸ਼ਤੇਦਾਰੀ 'ਚ ਜਿਹੜੀ ਸਾਡੀ ਨੱਕ ਵੱਢੀ ਜਾਊਗੀ। ਬਾਈ ਜੀ, ਤੁਸੀਂ ਕਹਿ ਦਿਓ ਵੀ ਕਾਰਡਾਂ 'ਤੇ ਨਾਂ ਗਲਤ ਛਪ ਗਏ ਸੀ, ਕਿਸੇ ਨੂੰ ਕਿਹੜਾ ਪਤਾ ਲੱਗਦਾ ਜੀ। ਬਸ ਓਏ, ਜੇ ਵੱਡਿਆਂ ਦੀ ਇੱਜ਼ਤ ਦਾ ਖਿਆਲ ਨਾ ਹੁੰਦਾ, ਤੁਰ ਜਾਓ ਇੱਥੋਂ। ਦੇਖੋ ਜੀ, ਕੰਮ ਤਾਂ ਮੁੰਡੇ ਸਾਡੇ ਨੇ ਮਾੜਾ ਕੀਤਾ, ਜੇ ਹੁਣ ਤੁਸੀਂ ਇਹਦੇ ਨਾਲ ਕੁੱਟਮਾਰ ਕਰਨੀ ਹੈ, ਇਹਨੂੰ ਪੁਲਿਸ 'ਚ ਦੇਣਾ, ਜਿਵੇਂ ਤੁਹਾਡੀ ਮਰਜ਼ੀ। ਨਹੀਂ ਨਹੀਂ, ਠੀਕ ਹੈ, ਬਸ ਕਹਿਣੀ ਹੈ ਭਾਈ, ਜਵਾਕਾਂ ਨੇ ਗਲਤੀ ਜ਼ਰੂਰ ਕੀਤੀ ਹੈ, ਪਰ ਸਿਆਣਪ ਵੀ ਕੀਤੀ ਹੈ, ਵਾਪਸ ਆ ਗਏ। ਜੇ ਭੱਜ ਜਾਂਦੇ ਤਾਂ ਆਪਾਂ ਕੀ ਕਰ ਲੈਂਦੇ? ਛਿੱਤਰੋ ਛਿੱਤਰੀ ਹੋ ਕੇ ਆਪਣੇ ਆਪਣੇ ਘਰੇ ਵੜਦੇ। ਮੁੰਡਾ ਸਾਡਾ ਜਵਾਕ ਹੈ, ਇਹਨਾਂ ਦਾ ਦੁੱਖ ਮੈਥੋਂ ਦੇਖਿਆ ਨਹੀਂ ਜਾਣਾ। ਜਿਹੜੀ ਵੱਡੀ ਛੋਟੀ ਮੰਗਦਾ ਦੇ ਦਿਓ ਭਾਈ। ਆਏ ਕਿਵੇਂ ਦੇ ਦਈਏ?
ਤੜਕੇ ਬਰਾਤ ਲੈ ਕੇ ਆਇਓ। ਓਏ ਆਜੋ ਵੀ ਆਜੋ, ਚਾਹ ਪਾਣੀ ਪੀ ਕੇ ਜਾਇਓ, ਆਜੋ ਆਜੋ। ਉਹ ਚਲੋ ਵੀ ਕੁੜੀਓ, ਧਰੋ ਤੁਸੀਂ ਚਾਹ ਪਾਣੀ ਕਿਹੜਾ, ਸ਼ਾਬਾਸ਼। ਉਹ ਬਸ ਜੀ, ਰੱਬ ਜੋ ਕਰਦਾ ਠੀਕ ਕਰਦਾ। ਬੇਬੇ ਸ਼ਾਂਤੀ ਨੂੰ ਬੁਲਾ ਲਿਓ ਹੁਣ। ਪੁੱਤ, ਉਹ ਸੇਠਾਂ ਵਾਲੀ ਕਿੱਥੇ ਛੱਡਿਆ? ਉਹ ਤਾਂ ਬੇਬੇ ਮੈਂ ਹੀ ਤੇਰੀ ਚਿੱਠੀਆਂ ਲਿਖ ਲਿਖ ਕੇ ਭੇਜਦਾ ਸੀ, ਉਹਨੂੰ ਵਿਚਾਰੀ ਨੂੰ ਤਾਂ ਪਤਾ ਵੀ ਨਹੀਂ ਹੋਣਾ। ਹੋਟ, ਮੈਂ ਐਵੇਂ ਗਰੀਬਣੀ ਦਾ ਬਾਪ ਖੜਦੀ ਰਹੀ? ਉਹ ਬੇਬੇ ਮੇਰੇ ਨਾਲ ਰਿਸ਼ਤਾ ਕਰਾ ਕੇ ਉਹਦਾ ਪੁੰਨ ਖੱਟ ਲੈ। ਖਾਂਸੜੇ ਨਾ ਖਾ ਲਈ ਮੈਂ ਤੋਂ। ਗੰਡਾਸੇ ਨਾਲੋਂ ਵੀ ਤਿੱਖੀ ਕੂਣੀ ਹੈ ਬੇਬੇ ਤੇਰੀ, ਬਖੀਏ ਪਾੜ ਦੇਣੀ ਸੀ। ਬਸ ਕਰ ਹੁਣ, ਕਿ ਖਟਾ ਕੇ ਲੈ ਕੇ ਜਾਏਗਾ। ਬਸ ਬੇਬੇ, ਆਪਾਂ ਸੀਮਾ ਨੀ ਟੱਪਣੀ ਹੁਣ। ਬੇ, ਆ ਸੀਮਾ ਕੌਣ ਹੈ? ਤੂੰ ਸ਼ਾਂਤੀ ਰੱਖ ਬੇਬੇ। ਦੇਖੋ ਜੀ, ਕੁੜੀ ਚਾਹੀਦੀ ਤਿੰਨ ਕੱਪੜਿਆਂ ਚ, ਬਾਕੀ ਦੁੱਕੀ ਨੀ ਚਾਹੀਦੀ। ਦੇਖੋ ਮੁੰਡਾ ਤੁਹਾਡੇ ਸਾਹਮਣੇ ਬੈਠਾ, ਬਣਿਆ ਤਣਿਆ ਸ਼ਹਿਰੀਮਾਨ ਹੈ, ਕੋਈ ਕੱਜ ਨੀ। ਜੇ ਤੋਰ ਕੇ ਦੇਖਣਾ ਤੋਰ ਕੇ ਦੇਖ ਲੋ, ਜੇ ਉਂਗਲਾਂ ਅਗਲਾਂ ਗੱਡੀਆਂ ਉਹ ਗਿਣ ਲੋ, ਬਾਕੀ ਬੇਬੇ ਵਾਲਾ ਅਸੀਂ ਜੱਬ ਹੀ ਮੁਕਾਤਾ ਹੈ ਜੀ। ਇਸੇ ਕਰਕੇ ਮੁੰਡਾ ਸਿੱਧਾ ਹੀ ਮਿਲਾਤਾ ਤੁਹਾਨੂੰ ਹੈ ਜੀ। ਐਵੇਂ ਬੁੜੀਆਂ ਆ ਕੇ ਨਗੋਚਾਂ ਕੱਢਦੀਆਂ, ਕੁੜੀ ਨੇ ਪੈਰੀ ਹੱਥ ਨੀ ਲਾਏ, ਮੱਥਾ ਨੀ ਟੇਕਿਆ, ਬਸ ਤੁਸੀਂ ਉਹਨੂੰ ਕੁੜੀ ਦਿਖਾ ਦੋ। ਨਹੀਂ ਜੀ, ਕੁੜੀ ਦਾ ਤਾਂ ਕੀ ਦੇਖਣਾ, ਨਾਲੇ ਰੰਗ ਤਾਂ ਦੋ ਹੀ ਹੁੰਦੇ ਜੀ, ਰੰਗਾਂ ਨੂੰ ਕੀ ਚੱਟਣਾ। ਧੀ ਪੁੱਤ ਸਿਆਣਾ ਹੋਣਾ ਚਾਹੀਦਾ, ਸ਼ਕਲਾਂ ਸ਼ੁਕਲਾਂ ਚ ਕੀ ਰੱਖਿਆ, ਜੋ ਉਹਨੇ ਲੇਖਾਂ ਚ ਲਿਖਤਾ ਹੋਣਾ ਤਾਂ ਉਹੀ ਹੈ। ਬਈ ਕਾਕਾ ਜੀ, ਪਹਿਲੀ ਵਾਰ ਤਾਂ ਮੈਂ ਧੋਖਾ ਖਾ ਗਿਆ ਸੀ, ਪਰ ਇਸ ਵਾਰੀ ਮੁੰਡਾ 16 ਨੇ ਸਹੀ ਹੈ, ਮੈਨੂੰ ਪਤਾ ਹੈ। ਬਈ ਆ ਮੁੰਡੇ ਦੀ ਅਖੀਰਲੀ ਗੱਲ ਨੇ ਧਰਮ ਨਾਲ ਮੈਨੂੰ ਕੀਲ ਕੇ ਰੱਖਤਾ। ਆ ਦੇਖ ਲਓ ਜੀ, ਇਹ ਅਖੀਰਲੀ ਗੱਲ ਤੇ ਹਮੇਸ਼ਾ ਕੀਲੇ ਜਾਂਦੇ ਆ। ਮਿਰਜ਼ੇ ਹੋਰੀ ਬਹੁਤ ਸਿਆਣੇ ਸੀ ਵੀਰੇ, ਪਿਆਰ ਕੀਤਾ ਵੀ ਦਿਲ ਨਾਲ ਜਾਂਦਾ ਤੇ ਜਿੱਤਿਆ ਵੀ ਦਿਲ ਨਾਲ ਹੀ ਜਾਂਦਾ, ਦਿਮਾਗ ਦਮੂਗ ਦਾ ਕੋਈ ਕੰਮ ਨਹੀਂ ਇੱਥੇ। ਹਾਂ ਸੱਚ, ਵਿਆਹ ਤੇ ਭੁੱਲ ਹੀ ਗਏ, ਜਵਾਕਾਂ ਦੀ ਲੋਹੜੀ ਤੇ ਸੱਦੂ ਦੋਨੂੰ। ਆਹ ਕਾਰਨਰ ਸੀਟਾਂ ਤੇ ਜਿਹੜੇ ਬੈਠੇ ਆ ਨਾ, ਵਿਆਹ ਕਰਾ ਲਓ ਵੀਰੇ।